ਬਾਦਲ ਸਾਹਿਬ ਨੂੰ ਕੈਂਸਰ ਹੋ ਗਿਆ ਇਹ ਵਜ਼ੀਰ ਬਣਨ ਤੋਂ ਪਹਿਲਾਂ ਹੀ ਬਾਦਲ ਸਾਹਿਬ ਨੂੰ ਕੈਂਸਰ ਹੋ ਗਿਆ ਤੁਹਾਨੂੰ ਪਤਾ ਹੀ ਨਾ ਨਾ ਬਾਦਲ ਸਾਹਿਬ ਨੂੰ ਕੈਂਸਰ ਹੋ ਗਿਆ ਸੀ ਅੱਛਾ ਤੇ ਇਹਨਾਂ ਨੂੰ ਫਲਾਈ ਕੀਤਾ ਸਿੱਧਾ ਉੱਥੇ ਨਿਊਯਾਰਕ ਰਮੇਸ਼ ਇੰਦਰ ਨਾਲ ਗਿਆ ਤੇ ਜਦੋਂ ਜਾਣਾ ਸੀ ਇਹ ਮੈਨੂੰ ਕਹਿੰਦੇ ਚੱਲ ਵਾਜਪਾਈ ਦੀ ਕੋਠੀ ਅੱਛਾ ਵੇਖੋ ਬਾਦਲ ਮੇਰੇ ਬਿਨਾਂ ਟੁਰਦਾ ਨਹੀਂ ਸੀ ਫਿਰ ਮੈਂ ਅਸੀਂ ਗਏ ਬਾਦਲ ਦੀ ਸੁਖਬੀਰ ਦੀ ਕੋਠੀ ਨਾ ਉਹਦੀ ਮੈਂ ਬਾਦਲ ਸਾਹਿਬ ਤਿੰਨੋਂ ਬਹਿ ਗਏ ਤੇ ਇਹਨਾਂ ਨੇ ਕਿਹਾ ਵੀ ਆਪ ਤੋਂ ਵਾਜਪਾਈ ਦੀ ਕੋਠੀ ਵਾਜਪਾਈ ਦੀ ਇਹ ਕਹਿੰਦੀ ਮੈਂ ਜਾ ਰਹਾ ਹੂੰ ਕਹਿੰਦੇ ਨਹੀਂ ਬਾਦਲ ਸਾਹਿਬ ਆਪ ਠੀਕ ਹੋ ਕੇ ਆਏਗੇ ਜੋ ਮਰਜ਼ੀ ਕਰ ਮੈਂ ਪ੍ਰਾਈਮ ਮਿਨਿਸਟਰ ਬਣ ਰਿਹਾ ਆਪ ਜੋ ਕਹੋਗੇ ਹੋਗਾ ਮੇਰਾ ਮੈਂ ਉੱਥੋਂ ਲੈਣ ਵਾਲਾ ਹਾਂ ਆਪ ਜਾਓ ਕਹਿੰਦੇ ਜੀ ਮੇਰੀ ਇੱਕ ਰਿਕੁਐਸਟ ਹੈ ਹੁਣ ਦੱਸੋ ਮੈਂ ਕਹਿੰਦੇ ਜੀ ਇੱਕ ਰਿਕੁਐਸਟ ਕਿ ਤਰਲੋਚਨ ਸਿੰਘ ਬੈਠਾ ਹੈ ਆਪਕਾ ਇਹ ਆਪਕਾ ਹੀ ਹੈ ਇਸਕੇ ਜ਼ੁੰਮੇ ਹੈ ਕਹਿੰਦੇ ਕਿਹਾ ਮੇਰੇ ਲੜਕੇ ਕੋ ਮਿਨਿਸਟਰ ਬਣਾ ਦੋ ਅੱਛਾ ਮੈਂ ਜਾ ਰਹਾ ਹੂੰ ਮੈਂ ਪਤਾ ਨਹੀਂ ਆਉਣਾ ਉਹ ਕਹਿੰਦੇ ਫਿਰ ਕੀ ਕਿਉਂ ਕਹਤੇ ਆਉਣਾ ਨਹੀਂ ਆਉਣਾ ਬਸ ਇਸਕੋ ਮੇਰੇ ਲੜਕੇ ਮੇਰੇ ਕੋ ਗਵਰਨਰ ਰਾਜਸਥਾਨ ਕਦੋਂ ਦੀ ਗੱਲ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਸੀ ਤੇ ਵੀਟੋ ਕਰਕੇ ਬਾਦਲ ਸਾਹਿਬ ਕਹਿੰਦੇ ਨਹੀਂ ਨਹੀਂ ਲੈਣਾ ਉਹ ਇੱਕ ਦਿਨ ਰਾਤ ਨੂੰ ਕੀ ਹੋਇਆ ਮੈਨੂੰ ਟੈਲੀਫੋਨ ਕਰਦਾ ਰਾਜੀਵ ਗਾਂਧੀ 10:30 ਸਾਨੂੰ ਪੌਣੇ ਯਾਰ ਉਦੋਂ ਟੈਲੀਫੋਨ ਦੂਜੇ ਹੁੰਦੇ ਘੁੰਮਣ ਕਹਿੰਦੇ ਤਰਲੋਚਨ ਹਾਂਜੀ ਉਹ ਤੋਂ ਗਿਆਨੀ ਜੀ ਤੋਂ ਸਾਈਨ ਕਰਨ ਲੱਗੇ ਅੱਜ ਤੂੰ ਤਾਂ ਕਹਿੰਦਾ ਤਾ ਵੀ ਸਭ ਠੀਕ ਹੋ ਗਿਆ ਮੈਂ ਕਿਹਾ ਕਿਆ ਕਰਨ ਲੱਗੇ ਕਹਿੰਦਾ ਮੇਰੀ ਡਿਸਮਿਸਲ ਕੇ ਅੱਛਾ ਹਾਂ ਮੈਂ ਕਿਹਾ ਕਹਿੰਦਾ IB ਵਾਲੇ ਮੇਰੇ ਬਾਹਰ ਬੈਠੇ ਹੈ ਡਾਇਰੈਕਟਰ ਉਹ ਕਹਿੰਦੇ ਜੀ ਸਾਰਾ ਵਾਂਟ ਟਾਈਪ ਹੋ ਚੁੱਕਾ ਹੈ ਲੈਟਰ ਬਣ ਗਿਆ ਅਭੀ ਪ੍ਰੈਜੀਡੈਂਟ ਸਾਈਨ ਕਰ ਦੇਗਾ ਮੈਂ ਕਿਹਾ ਜੀ ਇਹ ਜੋ ਬਾਹਰ ਬੈਠੇ ਹੈ ਜੇ ਆਪਕੋ ਡਰਾਨੇ ਇਹ ਕੁਝ ਇਨਕੋ ਨੌਕਰੀ ਦੇ ਦੋ ਇਨਕੋ ਔਰ ਕੋਈ ਕਹਿੰਦਾ ਮਾਹੌਲ ਨਾ ਕਰੋ ਅੱਛਾ ਹਾਂ ਕਿਆ ਕਰ ਰਹੇ ਹੋ ਮੈਨੂੰ ਨੀਂਦ ਨਹੀਂ ਆ ਰਹੀ ਕਹਿੰਦਾ ਨੀਂਦ ਨਹੀਂ ਆ ਰਹੀ ਮੈਨੂੰ ਤੂੰ ਆਪ ਕਹਿੰਦਾ ਯੇ ਮੈਂ ਤਾਂ ਸਾਰੀ ਰਾਤ ਸੋਊਂਗਾ ਨਹੀਂ ਮੈਂ ਕਿਹਾ ਜੀ ਆਪ ਸੋ ਜਾਓ ਮੈਂ ਜੇ ਕਹਿ ਰਿਹਾ ਕਹਿੰਦੇ ਕਿਉਂ ਮੈਂ ਕਿਹਾ ਜੀ ਮੈਂ ਆਪਣੇ ਘਰ ਮੈਂ ਸੋ ਰਹਾ ਹੂੰ ਕਹਿੰਦੇ ਇਸਕਾ ਮਤਲਬ ਕੀ ਹੁਆ ਮੈਂ ਕਿਹਾ ਗਿਆਨੀ ਜੈਲ ਸਿੰਘ ਜਗ ਤੱਕ ਤਰਲੋਚਨ ਸਿੰਘ ਕਾਗਜ਼ ਕੋ ਦੇਖ ਨਾ ਲੈ ਸਾਈਨ ਨਹੀਂ ਕਰ ਸਕਦਾ ਕਹਿੰਦਾ ਕਿਉਂ ਮੈਂ ਕਿਹਾ ਯੇ ਹਮਾਰਾ ਆਪਸ ਮੇਂ ਫੈਸਲਾ ਹੈ ਕਿ ਜਦ ਤੱਕ ਤਰਲੋਚਨ ਸਿੰਘ ਨਹੀਂ ਦੇਖੇਗਾ ਉਹ ਸਾਈਨ ਨਹੀਂ ਜਾਏਗਾ ਫਿਰ ਮੈਨੂੰ ਕਹਿੰਦਾ ਤੁਜੀ ਮੁਲਕਾ ਤਰਲੋਚਨ ਸਿੰਘ ਤੂੰ ਨੇ ਫਸਾ ਦੀ ਮਜਾ ਕਿਉਂ ਕਹਿੰਦਾ ਉਹ ਤਾਂ ਬੋਲਤੇ ਹੀ ਰਹਤੇ ਮੁਝੇ ਤਾਂ ਬੋਲਣੇ ਕਾ ਟਾਈਮ ਹੀ ਨਹੀਂ ਦੇਤੇ ਕਹਿੰਦਾ ਉਹ ਤਾਂ ਬੋਲਤੇ ਹੀ ਰਹਤੇ ਕਹਿੰਦੇ ਨਾ ਜੋ ਬੋਲਤੇ ਹੈ ਮੈਨੂੰ ਸਮਝ ਨਹੀਂ ਆਤੀ ਪਤਾ ਗਿਆਨੀ ਜੀ ਕਹਿੰਦੇ ਮੱਝ ਟੋਬੇ ਚ ਵੜ ਗਈ ਤੇ ਉਹ ਚੋਂ ਮੱਝ ਕੱਢਣੀ ਸਭ ਤੋਂ ਵੱਡਾ ਇੱਕ ਆਰਟ ਹੈ ਤੇ ਮੈਨੂੰ ਉਹ ਆਉਂਦਾ ਹੈ ਤੇ ਜਿਹੜਾ ਇਹ ਹੀ ਸਰਕਾਰ ਹੈ ਫਿਰ ਬਹਿ ਗਿਆ ਬਾਹਰ ਬਰਾਂਡੇ ਚ ਕਹਿੰਦਾ ਬਤਾਓ ਮੈਂ ਕਿਹਾ ਜੀ ਦੋ MP ਬਣਨੇ ਹਰਿਆਣੇ ਮੈਂ ਕਹਿੰਦਾ ਹੁਣ ਬਣਨੇ ਮੈਂ ਕਿਆ ਕਰੂੰ ਹਾਂ ਚੁਟਾਲੇ ਕੋ ਪੁੱਛੋ ਇਸਕੇ ਲੜਕਾ ਨਾਲ ਸੀ ਕਹਿੰਦਾ ਚੁਟਾਲਾ ਨੇ ਬੜਾ ਦਗਾ ਕੀਆ ਹਮਾਰੇ ਸੇ ਕਹਿੰਦਾ ਤੇਰੇ ਕਹਿਣੇ ਸੇ ਮੈਨੇ ਬਣਾਇਆ ਚੁਟਾਲਾ ਬੰਸੀ ਲਾਲ ਨਿਕਾਲਾ ਕਭੀ ਪੁੱਛਿਆ ਤੁਮਨੇ ਕਿ ਉਸਨੇ ਮੇਰੇ ਲੰਮੇ ਮਲੇ MLA ਕੋ ਕਿਆ ਕੀਆ ਜੇਲ੍ਹ ਮੈਂ ਡਾਲ ਦੀਏ ਮੁੱਖ ਨੁਕਸਾਨ ਉਠਾਇਆ ਮੈਂ ਤਾਂ ਬੋਲਾ ਨਹੀਂ ਕਿ ਤਰਲੋਚਨ ਸਿੰਘ ਬੀਚ ਮੇ ਪੜਾ ਮਨਮੋਹਨ ਸਿੰਘ ਮੇਰੇ ਖਿਲਾਫ਼ ਸੀ ਇਸ ਕਰਕੇ ਮੇਰਾ ਰਿਸ਼ਤੇਦਾਰ ਹੈ ਜਦੋਂ ਇਲੈਕਸ਼ਨ ਲੜਨ ਲੱਗਿਆ ਮੈਨੂੰ ਘਰ ਬੁਲਾਇਆ ਉਹਨੇ ਬ੍ਰੇਕਫਾਸਟ ਪਾਇਆ ਜੀ ਵੋਟਿੰਗ ਮੈਥਡ ਕਹਿੰਦਾ ਮੈਨੂੰ ਕਿਹਾ ਪਾਰਟੀ ਸ਼ਾਇਦ ਇਲੈਕਸ਼ਨ ਲੜਾ ਰਹੀ ਹੈ ਮੈਂ ਕਹੀ ਗਲਤੀ ਨਾ ਕਰਿਓ ਹਾਰ ਜਾਓਗੇ ਉਹਦੀ ਵੋਟੀ ਲੜ ਪਈ ਜੀ ਤੁਸੀਂ ਕਹਿੰਦੇ ਹੋ ਮੈਂ ਕਿਹਾ ਹਾਰ ਜਾਓਗੇ ਅੱਛਾ ਮੈਂ ਕਿਹਾ ਤੁਸੀਂ ਨਾ ਕਰੋ ਕਹਿੰਦੇ ਕਿਉਂ ਮੈਂ ਕਿਹਾ ਤੁਹਾਨੂੰ ਕਾਂਗਰਸੀਆਂ ਨੇ ਹੀ ਹਰਾ ਦੇਣਾ ਹੈ ਉਹ ਤੁਹਾਨੂੰ ਕਿਵੇਂ ਐਕਸੈਪਟ ਕਰਨਗੇ ਮੈਂ ਇੱਕ ਤੇਰੇ ਤੋਂ ਕੰਮ ਲੈਣਾ ਚਾਹੁੰਦਾ ਮੈਂ ਕਿਹਾ ਦੱਸੋ ਕਹਿੰਦੇ ਮੈਂ ਹੁਣ ਮੁੱਖ ਮੰਤਰੀ ਤਾਂ ਬਣ ਗਿਆ ਅੱਛਾ ਮੇਰੇ ਮਨ ਦੀ ਇੱਕ ਭਾਵਨਾ ਕਿ ਮੈਂ ਇੰਨਾ ਸਿੱਖੀ ਦਾ ਕੰਮ ਕਰਾਂ ਕਿ ਇਤਿਹਾਸ ਯਾਦ ਰੱਖੇ ਮੈਂ ਕਿਹਾ ਜੀ ਕਾਂਗਰਸੀ ਮੁੱਖ ਕਹਿੰਦਾ ਮੈਂ ਕਾਂਗਰਸੀ ਹੋਵਾਂ ਕੁਛ ਹੋ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਸਿੱਖਾਂ ਦੇ ਲੀਡਰ ਲੇਕਿਨ ਬਾਦਲ ਸਾਹਿਬ ਦੇ ਇੱਕ ਕੈਰੀਅਰ ਚ ਤੁਸੀਂ ਕਦੇ ਪੜ੍ਹੋ ਇਹਨਾਂ ਨੇ ਆਪਣੇ ਸਾਰੇ ਕੈਰੀਅਰ ਚ ਕਿਸੇ ਨੂੰ ਇਹ ਸੋਚ ਕੇ ਦੂਰੋਂ ਵੀ ਇਹ 5 ਸਾਲ ਬਾਅਦ ਵੀ ਮੇਰੇ ਲੜਕੇ ਦੇ ਰਸਤੇ ਚ ਆ ਸਕਦਾ ਉਹਨੂੰ ਉੱਥੋਂ ਹੀ ਦੂਰ ਕਰਤਾ ਇੱਕ ਬਹੁਤ ਹੀ ਖਸੂਸੀ ਗੱਲਬਾਤ ਨਾਲ ਤੁਹਾਡੀ ਸਾਂਝ ਪਾਉਣੀ ਆ ਬਹੁਤ ਸਾਰੀਆਂ ਮਿੱਥਾਂ ਤੁਹਾਡੀਆਂ ਟੁੱਟਣਗੀਆਂ ਮੇਰਾ ਯਕੀਨ ਹੈ ਔਰ ਮੇਰੇ ਨਾਲ ਹੋਣਗੇ ਵੱਖਰੀ ਤਰ੍ਹਾਂ ਦੇ ਕਿੱਸੇ ਕਹਾਣੀਆਂ ਨਾਲ ਸਰਦਾਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਔਰ ਸਾਬਕਾ ਮੈਂਬਰ ਰਾਜ ਸਭਾ ਯਕੀਨਨ ਤੁਹਾਡੀ ਦਿਲਚਸਪੀ ਅਖੀਰ ਤੱਕ ਬਣੀ ਰਹੂਗੀ ਔਰ ਕਈ ਨਵੀਆਂ ਚੀਜ਼ਾਂ ਤੁਹਾਨੂੰ ਪਤਾ ਲੱਗਣਗੀਆਂ ਇਹ ਮੇਰਾ ਦਾਅਵਾ ਇਹ ਜਿਹੜੇ ਬੰਦੇ ਆ ਜਦੋਂ ਇਹ ਏਡੇ ਵੱਡੇ ਅਹੁਦਿਆਂ ਤੇ ਚਲੇ ਜਾਂਦੇ ਆ ਇਹਨਾਂ ਦਾ ਨਿੱਜ
ਤੇ ਇਹਨਾਂ ਦੀ ਜਿਹੜੀ ਪਬਲਿਕ ਲਾਈਫ ਆ ਉਹਨੂੰ ਕਿਵੇਂ ਨੇੜਿਓਂ ਦੇਖਿਆ? ਇਹ ਤਾਂ ਫਰਕ ਪੈਂਦਾ ਕੋਈ? ਦੇਖੋ ਜੀ, ਮੈਂ ਜਿਤਨੇ ਮੁੱਖ ਮੰਤਰੀ ਦੇਖੇ, ਤੁਸੀਂ ਮੈਨੂੰ ਪੁੱਛਿਆ ਨਾ, ਇੱਕ ਗੱਲ ਜ਼ਰੂਰ ਯਾਦ ਰੱਖਿਓ, ਹਰ ਇੱਕ ਦੀ ਜਿਹੜੀ ਨਿੱਜੀ ਭਾਵਨਾ ਨਾ, ਪਰਸਨਲ ਗੇਨ, ਉਹ ਸੁਪਰੀਮ ਹੈ। ਅੱਛਾ, ਹਰ ਇੱਕ ਨੇ, ਮਾਫ ਕਰਿਓ ਤੁਸੀਂ ਕਿਉਂਕਿ ਮੈਨੂੰ ਸਵਾਲ ਕਰ ਰਹੇ ਹੋ ਤੇ ਮੈਂ ਤੁਹਾਡੇ ਸਾਹਮਣੇ ਜਵਾਬ ਦੇ ਆ ਲੋਕਾਂ ਨੂੰ, ਹਰ ਇੱਕ ਨੇ ਮੈਨੂੰ ਵਰਤਿਆ। ਅੱਛਾ, ਮੈਨੂੰ ਰੱਬ ਨੇ ਦਿੱਤਾ ਟੈਲੈਂਟ, ਉਹ ਹੈਗਾ ਪੀ ਆਰ ਜੀ, ਮੇਰਾ ਹੈਗਾ ਵਿਜ਼ਨ ਕਿ ਪਬਲਿਕ ਇਲੈਕਸ਼ਨ 'ਚ ਬੰਦਾ ਇਹਨੂੰ ਕਿਸੇ ਨੂੰ ਕਾਮਯਾਬ ਕਰਨਾ ਹੋਵੇ। ਅੱਜ ਦੁਨੀਆ ਏਜੰਸੀਆਂ ਹਾਇਰ ਕਰਦੀ ਹੈ, ਅੱਜ ਕੱਲ੍ਹ ਦਾ ਜ਼ਮਾਨਾ ਆ ਗਿਆ ਨਾ ਕਿ ਸਾਨੂੰ ਪ੍ਰਮੋਟ ਕਿਵੇਂ ਕਰੋ, ਐਡਵਰਟਾਈਜ਼ਮੈਂਟ ਹੁੰਦੀ ਰੋਜ਼। ਹਾਂ, ਮੈਨੂੰ ਇਹ ਸ਼ੁਰੂ ਤੋਂ ਮੈਂ ਸਮਝ ਗਿਆ ਕਿ ਹਰ ਮੁੱਖ ਮੰਤਰੀ ਨੇ ਮੈਨੂੰ ਮੇਰੇ ਟੈਲੈਂਟ ਨੂੰ ਵਰਤਿਆ ਜੀ, ਔਰ ਹਰ ਮੁੱਖ ਮੰਤਰੀ ਨਿੱਜੀ ਉਹਦੀ ਜਿਹੜੀ ਮੈਂਟਲ ਭਾਵਨਾ ਹੈ ਹੀ ਰਹੀ ਕਿ ਮੈਂ ਕੁਛ ਲਵਾਂ ਕਰਾਂ। ਮੈਂ ਇਹ ਬੜੀ ਗੱਲ ਨੋਟ ਕੀਤੀ, ਲੇਕਿਨ ਹਰ ਸੀ ਐਮ ਦੀ ਨੇਚਰ ਆਪਣੀ ਹੈ। ਜੇ ਕਿਸੇ ਨੇ ਪੀ ਆਰ ਨੂੰ ਰੀਅਲ ਕਿਸੇ ਨੇ ਅਡਾਪਟ ਕੀਤਾ, ਉਹ ਕਹਿ ਰਹੋ ਪਬਲਿਕ ਰਿਲੇਸ਼ਨ ਨੂੰ ਸਮਝਣ ਵਾਲਾ, ਚਲਾਉਣ ਵਾਲਾ, ਵਧਾਉਣ ਵਾਲਾ ਕਹਿ ਰਹੋ ਹੈ। ਉਹਨੇ ਪਬਲਿਕ ਰਿਲੇਸ਼ਨ ਨੂੰ ਜੋ ਇੰਪੋਰਟੈਂਸ ਦੇ ਗਿਆ ਉਹ ਅੱਜ ਤੱਕ ਨਹੀਂ ਮਿਲੀ। ਕੀ ਕਰਦਾ ਸੀ ਨੋਟ ਕਰ ਲਓ, ਕਹਿ ਰਹੋ ਜਦੋਂ ਜ਼ਿਲ੍ਹੇ 'ਚ ਐਂਟਰ ਹੁੰਦਾ ਸੀ ਨਾ, ਉੱਥੇ ਬਾਰਡਰ 'ਤੇ ਡੀ ਸੀ ਐਸ ਪੀ ਅਫਸਰ ਖੜ੍ਹੇ ਹੁੰਦੇ, ਉਹ ਹਰ ਇੱਕ ਨੂੰ ਹੱਥ ਮਿਲਾਉਂਦਾ ਅਤੇ ਉੱਥੋਂ ਡੀ ਪੀ ਆਰ ਉਹਨੂੰ ਆਪਣੀ ਕਾਰਜ ਬਿਠਾਉਂਦਾ ਅਤੇ ਬਾਕੀ ਕਹਿੰਦਾ ਪਿੱਛੇ ਹੋ। ਕਹਿ ਰਹੋ ਐਂਟਰੀ ਵਿੱਚ ਜ਼ਿਲ੍ਹੇ ਵਿੱਚ ਡੀ ਪੀ ਆਰ ਉਹਨੂੰ ਆਪਣਾ ਸੀ ਆਈ ਡੀ ਮੰਨਦਾ ਕਿ ਤੂੰ ਮੈਨੂੰ ਰਾਏ ਦੇ ਹੁਣ ਕੀ ਹੋ ਰਿਹਾ ਜ਼ਿਲ੍ਹੇ 'ਚ, ਨਾਲੇ ਪੋਲੀਟੀਕਲ ਨਾਲੇ ਐਡਮਿਨਿਸਟ੍ਰੇਟਿਵ। ਸੋ ਡੀ ਪੀ ਆਰ ਓ ਦੀ ਇੰਪੋਰਟੈਂਸ ਕਹਿ ਰਹੋ ਬਣਾ ਗਿਆ ਕਿ ਡੀ ਪੀ ਆਰ ਓ ਖੁਦਾ ਬਣ ਗਿਆ ਕਿ ਜਿਹੜੇ ਅਫਸਰ ਕਹਿਣਾ ਮੇਰੀ ਸ਼ਿਕਾਇਤ ਨਾ ਕਰਦੇ। ਸੋ ਕਹਿ ਰਹੋ ਨੇ ਪਰਤਿਆ, ਲੇਕਿਨ ਗਿਆਨੀ ਜ਼ੈਲ ਸਿੰਘ ਪਬਲਿਕ ਰਿਲੇਸ਼ਨ ਆਪ ਸੀ, ਉਹਦੀ ਜਿਹੜੀ ਪੀ ਆਰ ਅਪਰੋਚ ਸੀ ਨਾ ਗਿਆਨੀ ਦੀ, ਉਹ ਪਾਰ ਐਕਸੀਲੈਂਸ। ਸੋ ਇਹ ਦੇਖੀ ਬਾਦਲ ਸਾਹਿਬ ਦੀ ਕੋਈ ਪੀ ਆਰ ਅਪਰੋਚ ਨਹੀਂ, ਬਰਨਾਲੇ ਦੀ ਕੋਈ ਨਹੀਂ, ਬੇਅੰਤ ਸਿੰਘ ਦੀ ਕੋਈ ਨਹੀਂ, ਈਵਨ ਮਹਾਰਾਜਾ ਪਟਿਆਲਾ ਦੀ ਜ਼ੀਰੋ, ਲੇਕਿਨ ਮੈਂ ਇਹ ਸਾਰੀ ਦੇਖੀ ਕਿ ਪੀ ਆਰ ਅਪਰੋਚ ਜਿਹੜੀ ਹੈ ਉਹ ਕਹਿ ਰਹੋ ਜਾਂ ਗਿਆਨੀ ਸਾਹਿਬ। ਵੈਸੇ ਜਿਹੜੇ ਇਹਨਾਂ ਨਾਲ ਤੁਸੀਂ ਵਿਚਰਦਿਆਂ ਨਿੱਜੀ ਹੈਸੀਅਤ ਦੇ ਵਿੱਚ, ਜਿਹੜੇ ਲੋਕ ਰਿਸ਼ਤੇ ਬਣਾਉਣ ਲਈ ਇਹਨਾਂ ਦੇ ਨੇੜੇ ਜਾਣ ਲਈ, ਜਿਹੜੇ ਇਹਨਾਂ ਨਾਲ ਮਿਨਿਸਟਰ ਹੁੰਦੇ ਆ ਜਾਂ ਜਿਹੜੇ ਇਹਨਾਂ ਦੇ ਜਥੇਦਾਰ ਲਾ ਲਓ ਜਾਂ ਕਾਂਗਰਸੀ ਕਲਚਰ ਵੀ ਹੈ, ਬੁਨਿਆਦੀ ਤੁਸੀਂ ਇਹਨਾਂ 'ਚ ਚੀਜ਼ ਕਿਹੜੀ ਵੇਖੀ ਕਿ ਜਿਹੜਾ ਸਭ ਤੋਂ ਸਿਖਰਲਾ ਲੀਡਰ ਹੈ ਥੱਲੇ ਵਾਲਿਆਂ ਨਾਲ ਉਹਦੇ ਰਿਸ਼ਤੇ ਜਿਹੜੇ ਆ ਉਹਦਾ ਆਧਾਰ ਕੀ ਰਹਿੰਦਾ? ਮੈਂ ਇਹ ਨੋਟ ਕੀਤੀ ਹੈ, ਗੱਲ ਮੇਰੀ ਆਪਣੀ ਹੈ, ਆਮ ਤੌਰ ਤੇ ਹੁੰਦਾ ਜਾਂ ਚਾਪਲੂਸੀ ਕਰ ਲਓ, ਕਰਪਸ਼ਨ ਬੜੀ ਆ ਗਈ, ਸਾਰਾ ਕੁਛ ਹੈ, ਲੇਕਿਨ ਬੁਨਿਆਦੀ ਨੁਕਤਾ ਕੀ ਹੈ, ਇਹ ਲੋਕਾਂ ਨੂੰ ਕਿਵੇਂ ਚੂਜ਼ ਕਰਦੇ ਆ? ਮੈਨੂੰ ਗਿਆਨੀ ਜ਼ੈਲ ਸਿੰਘ ਕਹਿੰਦੇ ਇੱਕ ਵਾਰੀ, ਇਹ ਗੱਲ ਨੋਟ ਤੁਹਾਨੂੰ ਕਰ, ਮੈਂ ਕਿਹਾ ਤੁਸੀਂ ਲੋਕਾਂ ਦੇ ਕੰਮ ਕਿਵੇਂ ਕਰਦੇ ਹੋ, ਕਿਉਂਕਿ ਮੇਰੇ ਨਾਲ ਬੜੀ ਖੁੱਲ ਹੋ ਗਈ ਸੀ। ਮੈਨੂੰ ਲੋਕ ਮਾਫ਼ ਕਰਿਓ, ਫਿਰ ਮੈਂ ਕਾਰਜ ਨਾ ਮੈਨੂੰ ਦੇਵੇ ਜਾ ਕੇ, ਗਿਆਨੀ ਜ਼ੈਲ ਸਿੰਘ ਦਾ ਉਹਨੂੰ ਕਾਨਸ਼ੀਅਸ ਕੀਪਰ ਲੋਕ ਕਹਿੰਦੇ ਸੀ। ਅੱਛਾ, ਉਹਦੀ ਸਾਰੀ ਕੈਬਨਿਟ, ਹੋਮ ਮਿਨਿਸਟਰ, ਰਾਸ਼ਟਰਪਤੀ, ਜਿੱਥੇ ਵੀ ਰਹੇ ਉਹ ਕਹਿੰਦੇ ਸੀ ਵੀ ਗਿਆਨੀ ਜ਼ੈਲ ਸਿੰਘ ਜਦ ਤੱਕ ਤਰਲੋਚਨ ਸਿੰਘ ਦੀ ਅਪਰੂਵਲ ਨਾ ਲਵੇ ਕੋਈ ਕੰਮ ਨਹੀਂ ਕਰਦਾ। ਇੱਕ ਵਾਰੀ ਮੈਂ ਕਿਹਾ ਗਿਆਨੀ ਜੀ ਇਹ ਲੋਕਾਂ ਦੇ ਕੰਮ ਕਿਵੇਂ ਕਰਦੇ ਹੋ, ਦੁਨੀਆ ਬੜੀ ਭੀੜ ਲੱਗਦੀ ਹੈ। ਕਹਿੰਦਾ ਸੁਣ ਲੈ, ਕੋਈ ਲੀਡਰ ਹੋਏਗਾ ਉਹ ਦੋ ਲੋਕਾਂ ਦੇ ਕੰਮ ਕਰਦਾ ਬਾਈ। ਕਹਿੰਦਾ ਇੱਕ ਤਾਂ ਮੇਰੇ ਤੋਂ ਉਪਰਲਾ, ਕੋਈ ਮੈਨੂੰ ਟੈਲੀਫੋਨ ਕਰੇ ਤੇ ਮੈਂ ਕੰਮ ਕਰਕੇ ਉਹਨੂੰ ਚਲਾ ਦਿਆਂਗਾ ਜੀ, ਕਰਤਾ ਕਰਤਾ। ਮੈਂ ਕਿਹਾ ਜੀ ਹੋਰ ਦੂਜਾ ਉਹ ਜਿਹੜਾ ਮੇਰੇ ਖੇੜੇ ਪੈ ਜਾਏ। ਅੱਛਾ, ਮੈਂ ਕਿਹਾ ਜੀ ਉਹ ਕਿਵੇਂ? ਕਹਿੰਦਾ ਜੀ ਮੈਂ ਘਰੋਂ ਨਿਕਲਾਂ ਸਾਹਮਣੇ ਖੜਾ। ਮੈਂ ਕਿਹਾ ਛੱਟ, ਫਿਰ ਜਾਵਾਂ ਫਿਰ ਖੜਾ। ਕਹਿੰਦਾ ਅਖੀਰ ਮੈਂ ਉਹਨੂੰ ਗੱਲਾਂ ਲਾਉਣ ਲਈ ਮੈਂ ਉਹਦਾ ਕੰਮ ਕਰਾਂਗਾ। ਕਹਿੰਦਾ ਜਿਹੜਾ ਕੰਸਿਸਟੈਂਟ ਮੇਰੇ ਮਗਰ ਪਏਗਾ ਨਾ ਮੈਂ ਉਹਦਾ ਕੰਮ ਕਰਾਂਗਾ। ਲੇਕਿਨ ਗਿਆਨੀ ਜ਼ੈਲ ਸਿੰਘ ਦੀ ਐਜ਼ ਕੰਪੇਅਰ ਟੂ ਆਲ ਅਦਰ ਸੀ ਐਮ ਇੱਕ ਅਪਰੋਚ ਸੀ ਕਿ ਉਹ ਛੋਟੇ ਗਰੀਬ ਨੂੰ ਤੇ ਪੁਰਾਣੇ ਵਰਕਰ ਨੂੰ, ਗਿਆਨੀ ਬੜੀ ਗਰੀਬੀ 'ਚੋਂ ਆਇਆ, ਉਹਨੇ ਉਹਨਾਂ ਨੂੰ ਸਾਰਿਆਂ ਨੂੰ ਬੜਾ ਓਬਲਾਈਜ਼ ਕੀਤਾ, ਜਿੰਨੇ ਪੁਰਾਣੇ ਪਿੰਡਾਂ ਦੇ ਕਾਂਗਰਸ ਉਹਨਾਂ ਸਭ ਨੂੰ ਕੁਝ ਨਾ ਕੁਝ ਦਿੱਤਾ, ਕੱਪੜੇ ਵੀ ਲਾ ਕੇ ਆਪਣੇ ਪੁਰਾਣੇ ਦਿੰਦਾ ਸੀ, ਉਹਨਾਂ ਦੇ ਵਿਆਹਾਂ ਦੇ ਸ਼ਗਨ ਭੱਜ ਦਿੰਦਾ ਸੀ 500,000 ਰੁਪਇਆ। ਉਹਦੀ ਇੱਕ ਗੱਲ ਬੜੀ ਸੀ ਕਿ ਗਰੀਬ ਵਰਕਰ ਨੂੰ ਗਿਆਨੀ ਜ਼ੈਲ ਸਿੰਘ ਨੇ ਬੜਾ ਜੱਫੀ ਪਾਏ। ਬਾਕੀ ਮੈਂ ਇਹ ਕਿਸੇ ਸੀ ਐਮ ਚੀਜ਼, ਮੈਂ ਤੁਹਾਡੇ ਕੋਲ ਗਿਆਨੀ ਜ਼ੈਲ ਸਿੰਘ ਦੀਆਂ ਗੱਲਾਂ ਸੁਣਨੀਆਂ ਨੇ, ਪਰ ਮੈਂ ਉਸ ਤੋਂ ਪਹਿਲਾਂ ਚਾਹੁੰਦਾ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ, ਕਿਉਂਕਿ ਜਿਹੜੀ ਸਾਡੀ ਹੁਣ ਵਾਲੀ ਪੀੜ੍ਹੀ ਹੈ ਉਹ ਜੋ ਉਹਨੇ ਦੇਖਿਆ ਹੁੰਦਾ, ਜੋ ਪਰਸੈਪਸ਼ਨਸ ਹੁੰਦੀਆਂ ਉਹਦੇ ਦੁਆਲੇ ਦੁਆਲੇ ਘੁੰਮਦੀ, ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੀਆਂ ਜਿਹੜੀਆਂ ਤੁਹਾਡੀਆਂ ਗੱਲਾਂ ਬਾਤਾਂ ਜਾਂ ਜੋ ਤੁਸੀਂ ਅਬਜ਼ਰਵ ਕੀਤਾ, ਚੰਗੀਆਂ ਮਾੜੀਆਂ, ਔਨ ਦਾ ਹੋਲ, ਤੁਸੀਂ ਇਸ ਇਹਦੀਆਂ ਜਿਹੜੇ ਇੱਕ ਸੇ ਕਹਾਣੀਆਂ ਦੀ ਇੱਕ ਮੈਨੂੰ ਕੋਈ ਦੱਸੋ ਜ਼ਰਾ ਸਿਲਸਿਲਾ ਬਣਾਓ। ਦੇਖੋ ਬਾਦਲ ਸਾਹਿਬ ਦੀ ਸਿਫਤ ਕੀ ਹੈ, ਤੁਸੀਂ ਪਹਿਲੀ ਵਾਰੀ ਕਦੋਂ ਮਿਲੇ ਬਾਦਲ ਸਾਹਿਬ?
ਨਹੀਂ 57 ਮੈਂ ਜਦੋਂ ਡੀ ਪੀ ਆਰ ਓ ਬਣਾਇਆ ਐਮਐਲਏ ਅੱਛਾ ਤੇ ਇੰਨੀ ਨੇੜਤਾ ਹੋਈ ਸਾਡੀ ਵੀ ਉਦੋਂ ਦੀ ਸ਼ਾਦੀ ਨਹੀਂ ਹੋਈ ਸੀ ਮੇਰੀ ਵੀ ਨਹੀਂ ਸੀ ਹੋਈ ਤੇ ਆਪਣੀ ਕਾਰ ਚ ਲਿਜਾ ਕੇ ਮੈਂ ਉਹਨੂੰ ਆਪਣੇ ਪਿੰਡ ਲੈ ਜਾਣਾ ਬਾਦਲ ਇਹ ਤਾਂ ਦਾਸ ਜੀ ਦੋਨੋਂ ਅਸੀਂ ਤਿੰਨੋਂ ਉੱਥੇ ਰੋਟੀ ਖਾਣੀ ਪਈ ਰਾਤੀ ਕਾਫੀ ਸਵੇਰੇ ਆ ਜਾਣਾ ਸੋ ਬੜੇ ਕਲੋਜ਼ ਹੋ ਗਏ ਅਸੀਂ ਬੜੀ ਮੈਂ ਐਪਰੀਸ਼ੀਏਟ ਕੀਤੀ ਵੀ ਇਸ ਬੰਦੇ ਦੀ ਕਿੰਨੀ ਨੇੜਤਾ ਹੈ ਮੇਰੇ ਨਾਲ ਮਤਲਬ ਕਿ ਬਾਦਲ ਸਾਹਿਬ ਜੀ ਮੈਂ ਸ਼ੁਰੂ ਤੋਂ ਹੀ ਔਰ ਮੇਰਾ ਬੜਾ ਰੋਲ ਹੈ ਜ਼ਾਤੀ ਕਿ ਜਦੋਂ ਇਹ ਸੀ ਐਮ ਬਣਦੇ ਆ ਦੇਖੋ ਬਾਦਲ ਸਾਹਿਬ ਸੀ ਐਮ ਬਣਦੇ ਆ 1970 ਚ ਤੇ ਉਦੋਂ ਗੁਰਨਾਮ ਸਿੰਘ ਨੂੰ ਲਾਹ ਕੇ ਬਣਦੇ ਆ ਔਰ ਇਹ ਇਤਿਹਾਸਕ ਵਾਕਿਆ ਹੈ ਕਿ ਹਾਂ ਬਣੇ ਕਿਉਂ ਕਿ ਜਿਹੜਾ ਪਾਰਲੀਮੈਂਟ ਦੀ ਸੀਟ ਅਕਾਲੀ ਹਾਰ ਗਏ ਜਦਰ ਸੰਤੋਖ ਸਿੰਘ ਤੇ ਇੰਡੀਪੈਂਡੈਂਟ ਜਿੱਤ ਗਿਆ ਗਿਆਨੀ ਭੁਪਿੰਦਰ ਸਿੰਘ ਜਿਹਨੂੰ ਆਤਮਾ ਸਿੰਘ ਤੇ ਮੈਂ ਦੋਨਾਂ ਨੇ ਖੜਾ ਕੀਤਾ ਸੀ ਉਸ ਕ੍ਰਾਈਸਿਸ ਵਿੱਚ ਸੰਤ ਫਤਿਹ ਜੀ ਨਾਰਾਜ਼ ਹੋ ਕੇ ਉਹਨੇ ਗੁਰਨਾਮ ਸਿੰਘ ਨੂੰ ਹਟਾ ਦਿੱਤਾ ਬਈ ਉਹ ਤੇ ਕਰ ਕਰੇ ਮੇਰਾ ਕੈਂਡੀਡੇਟ ਹਾਰ ਗਿਆ ਸੰਤੋਖ ਸਿੰਘ ਸੰਤੋਖ ਕੈਂਡੀਡੇਟ ਸੀ ਸੰਤ ਫਤਿਹ ਸਿੰਘ ਦਾ ਸੰਤ ਫਤਿਹ ਸਿੰਘ ਤੇ ਉਹ ਫਿਰ ਬਾਦਲ ਸਾਹਿਬ ਕਿਵੇਂ ਬਣੇ ਉਹ ਬਾਦਲ ਸਾਹਿਬ ਨੂੰ ਬਣਾਉਣ ਵਾਲੇ ਉਸ ਵਕਤ ਸਭ ਤੋਂ ਵੱਧ ਰਾੜੇ ਵਾਲਾ ਗਰੁੱਪ ਸੀ ਇਹ ਲੋਕਾਂ ਨੂੰ ਪਤਾ ਹੀ ਨਹੀਂ ਸਰ ਗਿਆਨ ਸਿੰਘ ਦੇ ਨਾਲ ਉਸ ਵੇਲੇ ਘੱਟ ਤੋਂ ਘੱਟ 10-12 ਅਕਾਲੀ ਐਮਐਲਏ ਹੁੰਦੇ ਇਹ ਗੱਲ ਤਾਂ ਰਵਿੰਦਰ ਸਿੰਘ ਕਹਿੰਦੇ ਆ ਵੀ ਉਹ ਦੁਮਣਾ ਪਿੰਡ ਚ ਉਹਨਾਂ ਦੇ ਘਰੇ ਬਹੁਤੇ ਬੰਦੇ ਬੈਠੇ ਮੈਂ ਉਹੀ ਕਹਿਣਾ ਨਾ ਰਵਿੰਦਰ ਸਿੰਘ ਜੋ ਹੈ ਉਹਦੇ ਨਾਲ ਜੈਲਦਾਰ ਸੰਤ ਸਿੰਘ ਤੇਜਾ ਸਿੰਘ ਬਠਿੰਡਾ ਇਹ ਰਾੜਾ ਵਾ ਗਰੁੱਪ ਸੀ ਸਾਰਾ ਸਾਰਾ ਇਕੱਠਾ ਗਰੁੱਪ ਇਹ ਸਾਰਾ ਗਰੁੱਪ ਇਕੱਠਾ ਸੀ ਇਹਨਾਂ ਨੇ ਬਾਦਲ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਤੇ ਉਹਨਾਂ ਨੇ ਬਾਦਲ ਸਾਹਿਬ ਨੂੰ ਚੁੱਕ ਕੇ ਲੀਡਰ ਪ੍ਰਧਾਨ ਪ੍ਰਧਾਨ ਬਣਾ ਲਿਆ ਸੋ ਬੜੀ ਵੱਡੀ ਗੱਲ ਹੈ ਤੇ ਉਸ ਦਿਨ ਪਹਿਲੀ ਵਾਰੀ ਗੁਰਨਾਮ ਸਿੰਘ ਨੂੰ ਲਿਆਉਣ ਵਾਲਾ ਪਾਲਟਿਕਸ ਵਿੱਚ ਰਾੜੇ ਵਾਲਾ ਸਾਹਿਬ ਪਰ ਰਾੜੇ ਵਾਲਾ ਸਾਹਿਬ ਨੂੰ ਡੈਮੇਜ ਕਰਨ ਵਾਲਾ ਵੀ ਗੁਰਨਾਮ ਸਿੰਘ ਸੀ ਉਹਨਾਂ ਨੂੰ ਸਭ ਕੁਝ ਪਰ ਇਹ ਸਾਰੇ ਦੇ ਵਿੱਚ ਦੋਵੇਂ ਡੈਮੇਜ ਹੋ ਗਏ ਤੇ ਪ੍ਰਕਾਸ਼ ਸਿੰਘ ਬਾਦ ਲੱਗ ਗਿਆ ਬਾਦਲ ਸਾਹਿਬ ਆ ਗਏ ਜਦੋਂ ਬਾਦਲ ਸਾਹਿਬ ਬਣ ਗਏ ਨੈਚੁਰਲੀ ਉਹ ਰਵਿੰਦਰ ਸਿੰਘ ਤੋਂ ਸਪੀਕਰ ਬਣੇ ਲੇਕਿਨ ਬਾਦਲ ਸਾਹਿਬ ਦੀ ਜਿਹੜੀ ਤੁਸੀਂ ਸਵਾਲ ਕੀਤਾ ਨਾ ਬਾਦਲ ਸਾਹਿਬ ਦਾ ਜਿਹੜਾ ਵੇਖੋ 15 ਸਾਲ ਮੁੱਖ ਮੰਤਰੀ ਬਣਨਾ ਬੜੀ ਵੱਡੀ ਕਾਮਯਾਬੀ ਹੈ ਉਹ ਵੀ ਪੰਜਾਬ ਚ ਸਿੱਖਾਂ ਦੇ ਲੀਡਰ ਲੇਕਿਨ ਬਾਦਲ ਸਾਹਿਬ ਦੇ ਇੱਕ ਕੈਰੀਅਰ ਚ ਤੁਸੀਂ ਕਦੇ ਪੜ੍ਹੋ ਹਾਂਜੀ ਇਹਨਾਂ ਨੇ ਆਪਣੇ ਸਾਰੇ ਕੈਰੀਅਰ ਚ ਕਿਸੇ ਨੂੰ ਇਹ ਸੋਚ ਕੇ ਦੂਰੋਂ ਬਈ ਇਹ 5 ਸਾਲ ਬਾਅਦ ਵੀ ਮੇਰੇ ਲੜਕੇ ਦੇ ਰਸਤੇ ਚ ਆ ਸਕਦਾ ਹੈ ਉਹਨੂੰ ਉੱਥੋਂ ਇਹ ਦੂਰ ਕਰਤਾ ਇੰਨੀ ਵਿਜਨਰੀ ਬੰਦਾ ਜਿਹਨੇ ਇਹ ਸੋਚ ਕੇ ਰੱਖਿਆ ਕਿ ਜਿਵੇਂ ਅੱਜ ਕਹਿੰਦੇ ਨਾ ਰਾਇਲ ਲਿਖਿਆ ਹੁੰਦਾ ਹੈ ਕਿ ਇਹ ਬਾਦਸ਼ਾਹ ਮਰਨਾ ਉਸ ਬਾਦਸ਼ਾਹ ਚ ਕਿਹੜਾ ਚੌਥੀ ਪੁਸ਼ਤ ਤੇ ਕਿਹੜੀ ਵਾਰੀ ਆਉਣੀ ਇਹਨਾਂ ਨੇ ਜਿੱਦਣ ਬਣਿਆ ਪਹਿਲੇ ਸੋਚਿਆ ਕਿ ਰਵਿੰਦਰ ਸਿੰਘ ਰਵਿੰਦਰ ਸਿੰਘ ਵਰਗਾ ਲੈਕ ਸਿੱਖ ਬੜਾ ਪਾਲਟਿਕਸ ਘੱਟ ਆਇਆ ਆਨੈਸਟ ਇਤਨਾ ਲੈਕ ਇਤਨਾ ਕਮਿਟਡ ਸਿੱਖ ਇੱਕੋ ਸਿੱਖ ਹੈ ਜਿਹਦੇ ਘਰ ਨੇ ਮਸਤਾਰਾ ਸਿੰਘ ਦੀ ਫੋਟੋ ਦੇਖੀ ਉਹ ਰਵਿੰਦਰ ਸਿੰਘ ਅੱਛਾ ਉਹ ਕਹਿੰਦਾ ਸਿੱਖ ਕੌਮ ਦਾ ਜੇ ਬਚਾਉਣ ਵਾਲਾ ਮਸਤਾਰਾ ਸਿੰਘ ਉਹਦੇ ਘਰ ਫੋਟੋ ਲੱਗੇ ਸੀ ਬਾਦਲ ਸਾਹਿਬ ਨੇ ਮਸਤਾਰਾ ਸਿੰਘ ਨੂੰ ਨਹੀਂ ਮੰਨਿਆ ਜੋ ਰਵਿੰਦਰ ਨੇ ਮੰਨਿਆ ਸੋ ਰਵਿੰਦਰ ਇਹਨਾਂ ਨੂੰ ਬਣਾਉਣ ਵਾਲਾ ਪਰ ਰਵਿੰਦਰ ਸਿੰਘ ਨੂੰ ਕੱਢਣ ਵਾਲੇ ਬਾਦਲ ਸਾਹਿਬ ਨਾਲ ਰਿਸ਼ਤੇਦਾਰ ਨਾਲ ਮੇਰਾ ਮਤਲਬ ਬਾਦਲ ਸਾਹਿਬ ਨੇ ਸੋਚਿਆ ਜੇ ਬਰਨਾਲਾ ਇਹਨੂੰ ਹੁਣ ਪਹਿਲਾਂ ਸੋਚ ਲਓ ਉਟੋੜਾ ਨਹੀਂ ਛੱਡਿਆ ਮੇਰਾ ਮਤਲਬ ਸਾਰੀ ਲਿਸਟ ਦੇਖੋ ਉਹਨਾਂ ਨੇ ਰਾੜੇ ਵਾਲਾ ਨੂੰ ਮੁੜ ਕੇ ਉੱਪਰ ਲਿਆਂਦਾ ਨਹੀਂ ਮੈਂ ਕਿਤੇ ਕਿਤੇ ਤੇ ਇਹ ਵੀ ਦੋਸ਼ ਆਉਂਦਾ ਹੈ ਕਿ ਜਦੋਂ ਵੀ ਹਾਲਾਤ ਪੁੱਠੇ ਸਿੱਧੇ ਬਣੇ ਬਾਦਲ ਸਾਹਿਬ ਲਈ ਉਦੋਂ ਤੁਸੀਂ ਬਾਦਲ ਕੈਂਪ ਦੇ ਵਿੱਚ ਹੀ ਖੜੇ ਰਹੇ ਮੈਂ ਬਾਦਲ ਸਾਹਿਬ ਦੀ ਹਰ ਵਕਤ ਸਪੋਰਟ ਕੀਤੀ ਇਹ ਵੀ ਕਿਹਾ ਜਾਂਦਾ ਵੀ ਤੁਹਾਡੀ ਰਾਏ ਵੀ ਸ਼ਾਇਦ ਵਿੱਚ ਸੀ ਜਦੋਂ 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 ਵੀ ਕਿਸੇ ਨੂੰ ਸਾਈਡਲਾਈਨ ਕੀਤਾ ਸਰਦਾਰ ਤਰਲੋਚਨ ਸਿੰਘ ਸੱਤਾਧਾਰੀ ਧਿਰ ਨਾਲ ਖੜੇ ਨਜ਼ਰ ਆਏ ਮੈਂ ਤਾਂ ਬਲਕਿ ਮੇਰੀ ਕਦੇ ਕਿਸੇ ਨੂੰ ਮੇਰਾ ਰਵਿੰਦਰ ਜਿੰਨਾ ਦੋਸਤ ਹੈ ਕੋਈ ਨਹੀਂ ਜੀ ਹੁਣ ਵੀ ਉਸ ਵਕਤ ਵੀ ਰਵਿੰਦਰ ਸਿੰਘ ਮੇਰੀ ਔਰ ਸੁਰਜੀਤ ਸਿੰਘ ਜਿਹੜਾ ਇਹ ਮੇਰੇ ਸਭ ਤੋਂ ਨੇੜੇ ਸੀ ਮੈਂ ਮਤਲਬ ਕਿ ਇਹ ਗੱਲ ਬੜੀ ਕਲੀਅਰ ਹੈ ਮੈਂ ਕਦੇ ਕਿਸੇ ਨੂੰ ਬਿਟਰੇ ਲਾਈਫ ਵਿੱਚ ਨਹੀਂ ਕੀਤਾ ਅੱਜ ਮੈਂ ਗਿਆਨੀ ਜੈਲ ਸਿੰਘ ਆਖਣਾ ਉਹਨੂੰ ਮਰੇ ਨੂੰ ਕਿੰਨੇ 30 ਸਾਲ ਹੋ ਗਏ ਮੈਂ ਉਹਦੇ ਹੱਕ 'ਚ ਲਿਖਦਾ ਕਿਉਂ ਮੈਂ ਕਦੇ ਮੈਂ ਬੂਟਾ ਸਿੰਘ ਲਿਖਦਾ ਕਿ ਬੂਟਾ ਸਿੰਘ ਉੱਥੇ ਉੱਥੇ ਵੀ ਇਹ ਗੱਲ ਕਹੀ ਜਾਂਦੀ ਸੀਗੀ ਕਿ ਸਰਦਾਰ ਤਰਲੋਚਨ ਸਿੰਘ ਗਿਆਨੀ ਜੈਲ ਸਿੰਘ ਦੇ ਨਾਲ ਹੁੰਦਿਆਂ ਹੁੰਦਿਆਂ ਵੀ ਰਾਜੀਵ ਗਾਂਧੀ ਦੇ ਕੰਨ 'ਚ ਫੂਕ ਮਾਰ ਆਉਂਦੇ ਸੀ ਤੇ ਕਿਸੇ ਵੇਲੇ ਜਦੋਂ ਕੋਈ ਗੱਲ ਰਾਜੀਵ ਗਾਂਧੀ ਤੱਕ ਪਹੁੰਚਾਉਣੀ ਹੁੰਦੀ ਸੀ ਗਿਆਨੀ ਜੈਲ ਸਿੰਘ ਜਿਹੜਾ ਉੱਚੀ ਬੋਲ ਕੇ ਤੁਹਾਨੂੰ ਸੁਣਾਉਂਦੇ ਹੁੰਦੇ ਸੀ ਔਰ ਇਹ ਗੱਲ ਤੁਹਾਡੇ ਰਿਸ਼ਤਿਆਂ 'ਚ ਖਟਾਸ ਵੀ ਆਈ ਰਹੀ ਕਈ ਗੱਲਾਂ ਮੈਂ ਪੜਦੇ ਜਿਹੜੇ ਕਦੀ ਨਹੀਂ ਸੀ ਚਾਹੁੰਦਾ ਪਰ ਅੱਜ ਕਿਉਂਕਿ ਤੁਸੀਂ ਪੁੱਛ ਰਹੇ ਹੋ ਗਿਆਨੀ ਜੈਲ ਸਿੰਘ ਨੇ ਹੀ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਾਇਆ ਇਹ ਕਿਸੇ ਨੂੰ ਨਹੀਂ ਪਤਾ ਕਿ ਅਸੀਂ ਸਾਨਾ ਕੰਟਰੀ ਸੀ ਯਮਨ ਦਾ ਜਿੱਥੇ ਸਵੇਰੇ 8 ਵਜੇ ਸਾਨੂੰ ਇਤਲਾਹ ਹੋਈ ਕਿ ਰਾਜੀਵ ਇੰਦਰਾ ਜੀ ਨੂੰ ਗੋਲੀ ਲੱਗੀ ਅਸੀਂ ਉੱਥੋਂ ਜਹਾਜ਼ ਚੱਲ ਪਏ ਤੇ ਜਹਾਜ਼ 'ਚੋਂ ਚੱਲ ਕੇ ਅਸੀਂ ਦਿੱਲੀ ਆ ਰਹੇ ਹਾਂ ਤੇ ਰਸਤੇ 'ਚ ਜਿੰਨੇ ਸਾਡੇ ਜਹਾਜ਼ ਦੇ ਅਫਸਰ ਸਨ ਉਹ ਵੀ ਨਾਲ ਸਨ ਪ੍ਰਭੂ ਚਾਵਲਾ ਜਰਨਲਿਸਟ ਸਾਰੇ ਬੜੇ ਸਾਰੇ ਨਾਲ ਸਨ
ਤੇ ਗਿਆਨੀ ਜੀ ਦੀ ਇੱਕ ਆਦਤ ਹੈ, ਤੁਹਾਨੂੰ ਦੱਸਦਿਆਂ, ਗਿਆਨੀ ਜੀ ਲੋਕਾਂ ਨੂੰ ਕੰਸਲਟ ਬੜਾ ਕਰਦੇ ਸੀ, ਵਿੱਚ ਨੋ ਅਦਰ ਚੀਫ ਮਿਨਿਸਟਰ ਆਇਆ, ਸਲਾਹ ਲੈਂਦੇ। ਤੁਸੀਂ ਪਹਿਲੀ ਗੱਲ ਮੈਂ ਤੁਹਾਨੂੰ ਇਹ ਪੁੱਛਣ ਕਰ ਰਹੇ ਹੋ, ਬਾਦਲ ਸਾਹਿਬ ਬਾਕੀ ਨਾ ਗਿਆਨੀ ਜ਼ੈਲ ਸਿੰਘ ਤੁਸੀਂ ਮਿਲਣ ਗਏ ਹੋ ਤਾਂ ਤੁਹਾਡੀ ਰਾਏ ਲੈ ਲੇਗਾ, ਉਹ ਤੁਹਾਨੂੰ ਕਹਿ ਜਾਏਗਾ ਅੱਛਾ ਯਾਰ ਮੈਨੂੰ ਰਾਏ ਦੇ। ਸੋ ਗਿਆਨੀ ਜ਼ੈਲ ਸਿੰਘ ਨੇ ਉਸ ਫੇਰੀ 'ਚ ਸਭ ਨੂੰ ਪੁੱਛਿਆ ਕੀ ਕਰਾਂ, ਤੁਸੀਂ ਹੈਰਾਨ ਹੋਵੋਗੇ ਕਿ ਜਿਤਨੇ ਨਾਲ ਸੀ ਉਹਨੂੰ ਸਭ ਨੇ ਕਿਹਾ ਕਿ ਰਾਜੀਵ ਗਾਂਧੀ ਨਹੀਂ ਬਣਨਾ ਚਾਹੀਦਾ, ਬਾਕੀ ਕੋਈ ਬਣੇ। ਅੱਛਾ, ਮੈਨੂੰ ਗਿਆਨੀ ਜੀ ਨੇ ਬੁਲਾਇਆ ਤੇ ਉਹ ਅੰਦਰ ਬਹਿ ਕੇ ਕਹਿੰਦੇ, ਮੈਂ ਕਿਹਾ ਕੀ ਹੈ? ਕਹਿੰਦੇ ਸਾਰੇ ਜਿਹੜੇ ਤੇਰੇ ਦੋਸਤ ਨਾ, ਇਹ ਤੇ ਰਾਜੀਵ ਗਾਂਧੀ ਦੇ ਖਿਲਾਫ ਹਨ। ਮੈਂ ਕਿਹਾ ਹੁਣ ਤੁਸੀਂ ਮੈਨੂੰ ਦੱਸੋ। ਕਹਿੰਦਾ ਤੂੰ ਔਰ ਮੈਂ ਬੈਠੇ ਹਾਂ, ਮੈਂ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ। ਇਹ ਮੈਨੂੰ ਗਿਆਨੀ ਜੀ ਨੇ ਹਵਾਈ ਜਹਾਜ਼ ਦੇ ਕਿਹਾ, ਮੈਂ ਅੱਜ ਰਿਕਾਰਡ ਤੇ ਜਾ ਰਿਹਾ। ਉਦੋਂ ਤੱਕ ਰਾਜੀਵ ਗਾਂਧੀ ਕਹਿ ਚੁੱਕੇ ਸੀ? ਨਾ ਰਾਜੀਵ ਗਾਂਧੀ ਨੂੰ ਪਤਾ, ਇਸਤੇ ਜਹਾਜ਼ 'ਚ ਰਾਜੀਵ ਗਾਂਧੀ ਕਲਕੱਤੇ ਹੈ। ਰਾਜੀਵ ਗਾਂਧੀ ਨੇ ਕਿਹਾ ਸੀ ਵੀ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਨਾ ਇਸ ਤੋਂ ਬਾਅਦ ਦੀ ਗੱਲ, ਇਹ ਤਾਂ 3 ਦਿਨ ਬਾਅਦ ਦੀ ਗੱਲ ਹੈ। ਅੱਛਾ, ਗੋਲੀ 8 ਵਜੇ ਲੱਗਦੀ ਹੈ ਤਾਂ ਅਸੀਂ ਚੱਲ ਪੈਂਦੇ ਹਾਂ 9 ਵਜੇ ਉੱਥੋਂ, ਅਸੀਂ ਆ ਕੇ 3 ਵਜੇ 3:30 ਵਜੇ ਲੈਂਡ ਕਰਦੇ ਹਾਂ। ਰਸਤੇ ਜਿਹੜਾ 6 ਘੰਟੇ 7 ਘੰਟੇ ਜਹਾਜ਼ ਹੈ ਉਹਦੇ 'ਚ ਮੈਨੂੰ ਗਿਆਨੀ ਜੀ ਕਹਿਤਾ ਕਿ ਮੇਰਾ ਫੈਸਲਾ ਤਲੋਚਨ ਸਿੰਘ ਕਿ ਮੈਂ ਰਾਜੀਵ ਗਾਂਧੀ ਨੂੰ ਮਿਲਣਾ, ਬਾਕੀ ਜਿੰਨੇ ਤੇਰੇ ਦੋਸਤ ਹਨ ਇਹ ਜੋ ਮਰਜ਼ੀ ਕਹਿੰਦੇ। ਮੈਂ ਕਿਉਂ? ਕਹਿੰਦੇ ਮੈਂ ਬਦਲਾ ਲਾਉਣਾ, ਇੰਦਰਾ ਨੇ ਮੈਨੂੰ ਚੁੱਕ ਕੇ ਰਾਸ਼ਟਰਪਤੀ ਬਣਾਇਆ, ਮੈਂ ਕਿਰਤ ਕਰਨ ਨਹੀਂ, ਮੈਂ ਉਹਦੇ ਪੁੱਤਰ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ, ਮੇਰਾ ਫੈਸਲਾ, ਮੈਂ ਜਾਂਦੇ ਸਾਰ ਪਹਿਲਾਂ ਕੰਮ ਇਹ ਕਰਨਾ। ਇਹ ਮੈਂ ਅੱਜ ਰਿਕਾਰਡ ਤੇ ਕਹਿ ਰਿਹਾ, ਮੈਨੂੰ ਗਿਆਨੀ ਜੀ ਨੇ ਜਾਲ ਚੁੱਕਿਆ। ਪਰ ਫਿਰ ਸਿੱਖ ਠੀਕ ਹੀ ਸਮਝਦੇ ਆ ਨਾ ਵੀ ਜਿਸ ਔਰਤ ਨੇ ਇੱਕ ਬਹੁਤ ਕਾਹਲੀ ਚ ਫੈਸਲਾ ਲੈ ਕੇ, ਕਿਉਂਕਿ ਹੋਰ ਬਦਲ ਵੀ ਖੁੱਲੇ ਸੀ ਬਲੂ ਸਟਾਰ ਆਪਰੇਸ਼ਨ ਦੇ, ਔਰ ਆਖਰੀ ਜਦੋਂ ਉਹ ਸਾਰਾ ਕੁਛ ਵਾਪਰ ਚੁੱਕਿਆ, ਬਲੂ ਸਟਾਰ ਆਪਰੇਸ਼ਨ ਹੋ ਚੁੱਕਿਆ, ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਫਿਰ ਵੀ ਗਿਆਨੀ ਜੈਲ ਸਿੰਘ ਆਪਣਾ ਉਹ ਅਹਿਸਾਨ ਲਾਉਣਾ ਚਾਹੁੰਦੇ ਸੀ, ਫਿਰ ਠੀਕ ਲੋਕ ਨਫ਼ਰਤ ਕਰਦੇ ਨਾ ਕੁਝ, ਉਹ ਜਿਹੜਾ ਉਹ ਕੁਸ਼ਚਨ ਆ ਉਹ ਵੱਖਰਾ ਕਦੇ ਡਿਬੇਟ ਹੋ ਸਕਦੀ ਹੈ। ਲੇਕਿਨ ਗਿਆਨੀ ਜੀ ਨੇ ਫੈਸਲਾ ਕੀਤਾ ਕਿ ਮੈਂ ਵਾਪਸ ਜਾਣਾ, ਮੈਂ ਡਿਸੀਜਨ ਲੈਣਾ, ਇੰਡੀਆ ਬਚਾਉਣਾ। ਰਾਜੀਵ ਗਾਂਧੀ ਹੀ ਇਸ ਵੇਲੇ ਫਿੱਟ ਹੈ ਪ੍ਰਾਈਮ ਮਿਨਿਸਟਰ ਦੇ, ਜੋ ਇੰਡੀਆ 'ਚ ਕਿਆਸ ਹੋਣਾ ਮੈਂ ਇਹਨੂੰ ਬਣਾਉਣਾ। ਉਹ ਹੀ ਕੀਤਾ ਉਹਨਾਂ ਨੇ। ਉਹ ਲੋਕ ਕਹਿੰਦੇ ਜੀ ਗਿਆਨੀ ਨੂੰ ਡਰਾ ਕੇ ਲਿਖਵਾ ਲਿਆ, ਡਿਸੀਜਨ ਉਹ ਕਰਕੇ ਆਇਆ। ਉਤਰਦਿਆਂ ਸਾਰ ਹਾਲਾਂਕਿ ਗਿਆਨੀ ਜੀ ਦੇ ਖਿਲਾਫ਼ ਹੀ ਮੁਜ਼ਾਹਰੇ ਹੋਏ, ਮੇਰੀ ਕਾਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਮੈਂ ਮਸਾਂ ਬਚਿਆ। ਗਿਆਨੀ ਜੀ ਦੀ ਕਾਰ 'ਤੇ ਅਟੈਕ ਹੋਇਆ, ਪਰ ਗਿਆਨੀ ਜੀ ਨੇ ਰਾਜੀਵ ਨੂੰ ਕਿਹਾ ਹਸਪਤਾਲ 'ਚ, ਚੱਲ ਰਾਸ਼ਟਰਪਤੀ ਭਵਨ ਕੱਪੜੇ ਬਦਲ ਕੇ ਆ। ਦੇਖੋ ਗਿਆਨੀ ਜੀ ਨੇ ਉਸ ਦਿਨ ਬਿਨਾਂ ਕਾਂਗਰਸ ਕਮੇਟੀ ਦੀ ਮੀਟਿੰਗ ਦੇ ਆਪਣੀ ਜਿਹੜੀ ਉਹਦੀ ਡਿਸਕ੍ਰਿਪਸ਼ਨਰੀ ਪਾਵਰ ਹੈ ਉਹ ਯੂਜ਼ ਕਰਕੇ ਉਹਨੂੰ ਨਾਮੀਨੇਟ ਕਰਤਾ। ਦੇਰ ਵਾਜ਼ ਨੋ ਰਿਟਨ ਰਿਕੁਐਸਟ ਫਰੋਮ ਕਾਂਗਰਸ ਪਾਰਟੀ। ਤੇ ਫਿਰ ਇਹਨਾਂ ਦੇ ਮਤਭੇਦ ਕਿਵੇਂ ਹੋ ਗਏ? ਇੱਕ ਬੰਦੇ ਦੇ ਐਡਾ ਆਸਾਨ ਕੀਤਾ? ਮੈਂ ਉਹੀ ਤਾਂ ਕਹਿਣਾ ਨਾ, ਇਹ ਬਹੁਤ ਵੱਡਾ, ਇਹ ਤੇ ਕੈਸੀ ਡਿਬੇਟ ਹੈ ਜਿਹੜੀ ਕਿਸੇ ਨੇ ਮੇਰੇ ਤੋਂ ਸੁਣੀ ਨਹੀਂ, ਕਿਉਂਕਿ ਇਸਦਾ ਮੈਂ ਹੀ ਵਿਟਨੈਸ ਹਾਂ। ਕਿ ਪਹਿਲੀ ਗੱਲ ਤਾਂ ਕਿਸੇ ਨੇ ਅੱਜ ਤੱਕ ਉਹ ਨਹੀਂ ਸੁਣੀ ਕਿ ਇੰਦਰਾ ਗਾਂਧੀ ਔਰ ਗਿਆਨੀ ਜੀ ਦੀ ਨਹੀਂ ਬਣਦੀ ਸੀ। ਬਣਾਉਣ ਤੋਂ ਬਾਅਦ ਇੰਦਰਾ ਜੀ ਦੀ ਡੈਥ ਤੋਂ 6-7 ਮਹੀਨੇ ਪਹਿਲਾਂ ਦੋਵਾਂ ਦੀ ਟੁੱਟ ਚੁੱਕੀ ਸੀ, ਬਲਿਊ ਸਟਾਰ ਤੋਂ ਪਹਿਲਾਂ ਹੀ। ਬਲਕਿ ਗਿਆਨੀ ਜੀ ਦੀ ਇੱਕ ਆਪਸੀ ਰਿਲੇਸ਼ਨ ਠੀਕ ਨਹੀਂ ਸੀ ਰਹੇ, ਕਾਰਨ ਟੁੱਟਣ ਦਾ ਕਈ ਕਈ ਅੰਦਰੀਆਂ ਗੱਲਾਂ ਕਈ ਚੱਕੀਆਂ ਬਈ। ਬਲਕਿ ਦੇਰ ਬਾਅਦ ਬਲੂ ਸਟਾਰ ਆਪਰੇਸ਼ਨ ਦੀ ਪ੍ਰਵਾਨਗੀ ਜਾਂ ਚੀਜ਼ਾਂ ਛਪਾਉਣੀਆਂ ਗਿਆਨੀ ਜੀ ਦੇ, ਉਹ ਵੀ ਕਰਨ। ਗਿਆਨੀ ਜੀ ਦੀ ਬਦਕਿਸਮਤੀ ਕੀ ਹੈ ਕਿ ਜੁਲਾਈ 82 'ਚ ਰਾਸ਼ਟਰਪਤੀ ਬਣਦੇ ਆ, ਇਧਰੋਂ ਪੰਜਾਬ ਐਜੂਟੇਸ਼ਨ ਸ਼ੁਰੂ ਹੋ ਚੁੱਕੀ ਹੁੰਦੀ ਹੈ। ਜਿਹੜਾ ਪੰਜਾਬ ਦਾ ਘੱਲੂਘਾਰੇ ਦਾ ਸੀਨ ਹੈ ਇਹ ਤਾਂ 80 ਤੋਂ ਹੀ ਸ਼ੁਰੂ ਹੋ ਚੁੱਕਿਆ, ਜਦੋਂ ਨਿਰੰਕਾਰੀ ਮਰਿਆ ਬਾਬਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ। ਭਿੰਡਰਾਂਵਾਲਾ ਜੀ ਸੀਨ 'ਤੇ ਆ ਗਏ ਅਤੇ ਉਦੋਂ ਸਰ ਦਰਬਾਰਾ ਸਿੰਘ ਬਣ ਗਏ CM। ਦਰਬਾਰਾ ਸਿੰਘ ਔਰ ਗਿਆਨੀ ਜੀ ਦੀ ਬਣਦੀ ਨਹੀਂ ਸੀ। ਦਰਬਾਰਾ ਸਿੰਘ ਸਕਸੀਡ ਕਰਦਾ, ਮੈਂ ਅੱਜ ਤੁਹਾਡੇ ਸਾਹਮਣੇ ਕਹਿ ਰਿਹਾ, ਟੂ ਕਨਵਿੰਸ ਇੰਦਰਾ ਗਾਂਧੀ ਕਿ ਜੋ ਪੰਜਾਬ ਹੋ ਰਿਹਾ ਇਹ ਗਿਆਨੀ ਜੈਲ ਸਿੰਘ ਜ਼ਿੰਮੇਵਾਰ। ਅੱਛਾ, ਬਲਕਿ ਉਹਨੇ ਇਹ ਕਿਹਾ ਕਿ ਅਕਾਲੀਆਂ ਨੂੰ ਸ਼ਹਿ ਦੇ ਰਿਹਾ ਹੈ, ਬਤੌਰ ਮੁੱਖ ਮੰਤਰੀ ਕਿਹਾ, ਮੁੱਖ ਮੰਤਰੀ ਦੀ ਰਿਪੋਰਟ ਭੇਜਣਾ ਸੀ ਲਿਖ ਕੇ CID ਦੀ। ਅੱਛਾ, ਔਰ ਭਿੰਡਰਾਂਵਾਲੇ ਨੂੰ ਮਦਦ ਦੇ ਰਿਹਾ, ਔਰ ਭਿੰਡਰਾਂਵਾਲਾ ਤੇ ਜੋ ਕੁਛ ਕਰ ਰਿਹਾ ਗਿਆਨੀ ਜੀ ਸਲਾਹ ਨਾਲ ਕਰ। ਸੋ ਇੰਦਰਾ ਨਾਰਾਜ਼ ਹੋ ਗਈ ਗਿਆਨੀ ਜੀ ਤੋਂ, ਔਰ ਗਿਆਨੀ ਜੀ ਨੂੰ ਬੁਲਾ ਕੇ ਆਪ ਆਈ ਉੱਥੇ, ਕਹਿਣ ਗਿਆਨੀ ਜੀ ਆਜ ਕੇ ਬਾਅਦ ਆਪਨੇ ਪੰਜਾਬ ਕੇ ਬਾਰੇ ਮੈਂ ਕਿਸੀ ਕੋ ਮਿਲਣਾ ਨਹੀਂ ਹੈ ਔਰ ਪੰਜਾਬ ਜਾਣਾ ਨਹੀਂ। ਅੱਛਾ, ਗਿਆਨੀ ਐਜ਼ ਰਾਸ਼ਟਰਪਤੀ ਪੰਜਾਬ ਹੀ ਨਹੀਂ ਜਾਏ, ਪਤਾ ਜੇ ਸਿਰਫ ਭਰਾ ਦੇ ਮਰਨ ਤੇ ਗਏ ਇੱਕ ਵਾਰੀ ਨਾ, ਜਵਾਈ ਦੇ ਮਰਨ ਤੇ। ਗਿਆਨੀ ਜ਼ੈਲ ਸਿੰਘ ਐਜ਼ ਰਾਸ਼ਟਰਪਤੀ ਪੰਜਾਬ ਹੀ ਨਹੀਂ ਆਇਆ, ਮਤਲਬ ਬੈਨ ਕਰਤਾ ਬਿਲਕੁਲ। ਇੰਦਰਾ ਨੇ ਕਿਹਾ ਤੂੰ ਪੰਜਾਬ ਜਾਣੇ, ਕਦੀ ਸੁਣਦੇ ਹੋ ਰਾਸ਼ਟਰਪਤੀ ਆਪਣੀ ਸਟੇਟ 'ਚ ਨਾ ਗਿਆ ਹੋਵੇ? ਕਿਸੇ ਨੇ ਸਵਾਲ ਕੀਤਾ ਅੱਜ ਤੱਕ? ਸਿਰਫ ਇੱਕ ਅੰਮ੍ਰਿਤਸਰ ਕਦੋਂ ਆਇਆ ਜਦੋਂ ਬਲੂ ਸਟਾਰ? ਵੈਸੇ ਇਹ ਸੱਚ ਕਿ ਗਿਆਨੀ ਜੈਲ ਸਿੰਘ ਭਿੰਡਰਾਂ ਵਾਲੇ ਨੂੰ ਸਪੋਰਟ ਕਰ ਰਹੇ ਸੀ? ਗਿਆਨੀ ਜੀ ਸਪੋਰਟ ਨਹੀਂ ਕਰ ਰਹੇ ਸੀ, ਇਹਦੇ ਇੱਕ ਬੜਾ ਵੱਡਾ ਇਸ਼ੂ ਹੈ।
ਜਦੋਂ ਭਿੰਡਰਾਂਵਾਲਾ ਸੀਨ ਤੇ ਆਉਂਦਾ ਹੈ ਉਹਨੂੰ ਲਿਆਉਣ ਵਾਲੇ ਦੋ ਉਹਨੂੰ ਲਿਆ ਦੇਖੋ ਭਿੰਡਰਾਂਵਾਲਾ ਤੇ ਮੈਂ ਇੱਕ ਲੇਖ ਲਿਖਿਆ ਸਿੱਖ ਨੈਟ ਤੇ ਵੀ ਚੱਲਿਆ ਬਾਹਰ ਵੀ ਜਾ ਰਿਹਾ ਬੜੇ ਪਾਸੇ ਕਿ ਭਿੰਡਰਾਂਵਾਲਾ ਹੀ ਮਰ ਜਾਂਦਾ ਨੈਚੁਰਲ ਲੀਡਰ ਉਹਨੂੰ ਕਾਂਗਰਸ ਨੇ ਵਰਤ ਲਿਆ ਕਾਂਗਰਸ ਖੜਾ ਨਹੀਂ ਕਰ ਸਕੀ ਇਹ ਗਲਤਫਹਿਮੀ ਹੈ ਇਹ ਦੂਰ ਕਰੋ ਭਿੰਡਰਾਂਵਾਲਾ ਆਉਂਦਾ ਹੈ ਜਦੋਂ ਕਿ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਨਿਰੰਕਾਰੀਆਂ ਨੇ ਗੋਲੀ ਚਲਾ ਕੇ ਸਿੰਘ ਮਾਰ ਦੇਣ ਇਹ ਇਤਿਹਾਸ ਦਾ ਮੋੜ ਜਿਹੜਾ ਮੁੜਿਆ ਨਾ ਬਾਦਲ ਸਾਹਿਬ ਮੁੱਖ ਮੰਤਰੀ ਹੈ ਮੈਂ ਔਰ ਬਾਦਲ ਸਾਹਿਬ ਦੋਨੋਂ ਮੁੰਬਈ ਸੀ ਉੱਥੇ ਟੈਲੀਫੋਨ ਆਉਂਦਾ ਹੈ ਕਿ ਗੋਲੀ ਚੱਲ ਗਈ ਔਰ ਜਿਹੜੇ ਸਾਡੇ ਫੌਜਾ ਸਿੰਘ ਦੇ ਉਹ ਜਿਹੜੇ ਗਰੁੱਪ ਮਾਰਿਆ ਗਿਆ ਉੱਥੋਂ ਹੀ ਵਾਪਸ ਅਸੀਂ ਫਿਰ ਬਜਾਜ ਪਕੜੇ ਇਹ ਬੜੀ ਦਿਲਚਸਪ ਗੱਲ ਦੌਰ ਚ ਦਾਖਲ ਹੋ ਗਈ ਆ ਕਿ ਜਦੋਂ ਨਿਰੰਕਾਰੀ ਕਾਂਡ ਵਾਪਰ ਰਿਹਾ ਸੀ ਤੁਸੀਂ ਤੇ ਬਾਦਲ ਸਾਹਿਬ ਬੰਬੇ ਸੀ ਬੰਬੇ ਸੀ ਔਰ ਜਦੋਂ ਇੱਥੇ ਇੰਨਾ ਤਣਾਅ ਸੀ ਦੋ ਫਿਰਕਿਆਂ ਦੇ ਵਿੱਚ ਇਧਰੋਂ ਸਿੰਘ ਜਾ ਰਹੇ ਸੀ ਉਸ ਦਿਸ਼ਾ ਚ ਜਿੱਥੇ ਨਿਰੰਕਾਰੀਆਂ ਦਾ ਫੰਕਸ਼ਨ ਹੋ ਰਿਹਾ ਉਸ ਪਾਸੇ ਨੂੰ ਜਾ ਰਹੇ ਬਾਦਲ ਸਾਹਿਬ ਨੂੰ ਪ੍ਰਸ਼ਾਸਨ ਨੇ ਦੱਸਿਆ ਨੀ ਕਿ ਇੰਨਾ ਤਣਾਅ ਹੋ ਗਿਆ ਮੈਂ ਉਹੀ ਕਹਿਣ ਲੱਗਾ ਜਿਹੜੀ ਅੱਜ ਕਦੇ ਅੱਜ ਤੱਕ ਅਸੀਂ ਲਿਖਿਆ ਨਹੀਂ ਕਿਉਂਕਿ ਤੁਸੀਂ ਸ਼ੁਰੂ ਕੀਤਾ ਰੰਧਾਵੇ ਦੀ ਡਿਊਟੀ ਲੱਗ ਗਈ ਹੁਣ ਇਹ ਆਪਣੀਆਂ ਗੱਲਾਂ ਚੋਂ ਕਈ ਗੱਲਾਂ ਨਿਕਲੀਆਂ ਜਿਹਨਾਂ ਦੇ ਵੱਖਰੇ ਚੈਪਟਰ ਜੀ ਮੈਂ ਸਮਝਦਾ ਜਿਹੜਾ ਪੰਜਾਬ ਦਾ ਕ੍ਰਾਈਸਿਸ ਹੈ ਉਹ ਉਸ ਗੋਲੀ ਕਾਂਡ ਨਾਲ ਹੋਇਆ ਜੇ ਉਹਦੇ ਸਿੰਘ ਨਾ ਮਰਦੇ ਤਾਂ ਪੰਜਾਬ ਦਾ ਜੋ ਕ੍ਰਾਈਸਿਸ ਹੋਇਆ ਉਸ ਤੋਂ ਬਾਅਦ ਉਹ ਨਹੀਂ ਸੀ ਉੱਥੇ ਬਾਦਲ ਦਾ ਪ੍ਰਤੀਕਰਮ ਪਹਿਲੇ ਦੇਖੋ ਇੱਕ ਮੁੱਖ ਮੰਤਰੀ ਉਹ ਪੰਜਾਬ ਸਰਕਾਰ ਦੀ ਉਸ ਵਕਤ ਦੇ ਡਿਪਟੀ ਕਮਿਸ਼ਨਰ ਉਹਨਾਂ ਦਾ ਫੇਲਿਓਰ ਹੈ ਭਈ ਉਹਨਾਂ ਨੇ ਜਦੋਂ ਵਿਸਾਖੀ ਦਾ ਦਿਨ ਹੋਵੇ ਨਹੀਂ ਮੈਂ ਸਮਝਣਾ ਚਾਹੁੰਦਾ ਕਿਉਂਕਿ ਇਹ ਮਾਮਲਾ ਹੁਣ ਬੇਅਦਬੀ ਮਾਮਲਿਆਂ ਨਾਲ ਵੀ ਆ ਜੁੜਦਾ ਕਿ ਉਦੋਂ 78 ਦੇ ਵਿੱਚ ਵੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੇ 2015 ਦੇ ਵਿੱਚ ਵੀ ਜਦੋਂ ਇਹ ਬੇਅਦਬੀ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਠੀਕ ਹੈਂਡਲ ਨਹੀਂ ਕੀਤਾ ਗਿਆ ਰੌਲਾ ਪੈਂਦਾ ਮੈਂ ਇਹ ਪੁੱਛ ਰਿਹਾ ਤੁਹਾਨੂੰ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਦੋ ਫਿਰਕਿਆਂ ਚ ਦੋ ਸੈਕਟਸ ਦੇ ਵਿੱਚ ਤਣਾਅ ਸੀ ਔਰ ਉਸ ਵੇਲੇ ਬਾਦਲ ਸਾਹਿਬ ਤੁਹਾਡੇ ਨਾਲ ਸੀਗੇ ਉਹਨਾਂ ਨੂੰ ਠੀਕ ਰਿਪੋਰਟ ਮਿਲ ਰਹੀ ਸੀ ਤੇ ਉਹ ਕੀ ਡਾਇਰੈਕਸ਼ਨ ਦੇ ਰਹੇ ਸੀ ਜਾਂ ਜਦੋਂ ਗੋਲੀ ਚੱਲ ਗਈ ਉਸ ਤੋਂ ਬਾਅਦ ਉਹਨਾਂ ਨੂੰ ਸੋਚਣਾ ਮੈਂ ਇਹੀ ਕਹਿਣ ਲੱਗਾ ਕਿ ਜਾਂ ਫੇਲਿਓਰ ਆਫ ਪੰਜਾਬ ਐਡਮਿਨਿਸਟ੍ਰੇਸ਼ਨ ਹੈ ਫਸਟ ਆਫ ਆਲ ਵਾਈ ਦੇ ਅਲਾਓ ਨਿਰੰਕਾਰੀ ਬਾਬਾ ਟੂ ਹੋਲਡ ਏ ਫੰਕਸ਼ਨ ਇਨ ਅੰਮ੍ਰਿਤਸਰ ਆਨ ਵਿਸਾਖੀ ਡੇ ਮਤਲਬ ਵਿਰੋਧ ਦੇ ਬਾਵਜੂਦ ਕਿਉਂ ਕਰਤਾ ਪਹਿਲਾਂ ਅਲਾਓ ਨਹੀਂ ਸੀ ਕਰਨਾ ਚਾਹੀਦਾ ਸਭ ਤੋਂ ਮਾੜੀ ਗੱਲ ਸਾਡੀ ਹੈ ਕਿ ਉਹ ਫੰਕਸ਼ਨ ਨੂੰ ਅਲਾਓ ਕਿਉਂ ਕੀਤਾ ਉਹਦੇ ਵਿੱਚ ਬਾਦਲ ਸਾਹਿਬ ਦੇ ਕਿਸੇ ਮੰਤਰੀ ਦਾ ਵੀ ਨਹੀਂ ਨਹੀਂ ਬਿਲਕੁਲ ਜੀ ਬਾਦਲ ਸਾਹਿਬ ਨੇ ਅੱਜ ਤੱਕ ਇਹ ਨਹੀਂ ਕਿਹਾ ਨਾ ਪੁੱਛਿਆ ਕਿਸੇ ਨੇ ਕਿ ਤੁਹਾਨੂੰ ਪੁੱਛ ਕੇ ਅਲਾਓ ਕੀਤਾ ਲੇਕਿਨ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਨੇ ਪਰਮਿਸ਼ਨ ਦਿੱਤੀ ਨਾ ਡੀਸੀ ਐਸਪੀ ਨੇ ਔਰ ਉਹਨੇ ਅੱਜ ਤੱਕ ਕਦੇ ਨਹੀਂ ਕਿਹਾ ਕਿ ਅਸੀਂ ਬਾਦਲ ਸਾਹਿਬ ਨੂੰ ਪੁੱਛਿਆ ਇਹ ਤੇ ਰੂਟੀਨ ਵੇਚ ਉਹਨਾਂ ਨੇ ਦਿੱਤੀ ਹੁਣ ਉਹ ਰੂਟੀਨ ਵੇਚ ਦਿੰਦੇ ਆ ਉਸ ਤੋਂ ਬਾਅਦ ਫਿਰ ਫੇਲਿਓਰ ਦੂਜਾ ਕੀ ਹੈ ਸੀਆਈਡੀ ਕਿੱਥੇ ਗਈ ਕਿ ਜਦੋਂ ਉਹਨਾਂ ਨੇ ਮੰਜੀ ਸਾਹਿਬ ਗੁਰਦੁਆਰੇ ਐਲਾਨ ਕਰਤਾ ਕਿ ਅਸੀਂ ਇਹ ਜਲਸਾ ਰੋਕਣ ਜਾ ਰਹੇ ਹਾਂ ਤੇ ਭਿੰਡਰਾਂਵਾਲਾ ਸਾਹਿਬ ਉੱਥੇ ਬੈਠੇ ਸੀ ਨੋਬਡੀ ਨਿਊ ਹੂਜ ਭਿੰਡਰਾਂਵਾਲਾ ਜਿਹੜੀ ਅਸਲ ਗੱਲ ਤੁਸੀਂ ਨੋਟ ਨਹੀਂ ਕੀਤੀ ਕਿ ਭਿੰਡਰਾਂਵਾਲਾ ਹੀ ਮਰ ਜਾਂਦਾ ਉਸ ਕਾਂਡ ਚ ਉਹ ਕਾਂਗਰਸ ਕਿੱਥੇ ਲਿਆਈ ਫਿਰ ਦੇਖੋ ਨਾ ਭਿੰਡਰਾਂਵਾਲਾ ਸਾਹਿਬ ਮੰਜੀ ਸਾਹਿਬ ਬੈਠੇ ਸੀ ਜਦੋਂ ਫੌਜਾ ਸਿੰਘ ਦਾ ਜੱਥਾ ਗਿਆ ਤਾਂ ਫਿਰ ਭਿੰਡਰਾਂਵਾਲਾ ਨੇ ਐਲਾਨ ਕੀਤਾ ਕਿ ਮੈਂ ਹੁਣ ਇਹ ਕਿ ਜਿਹੜਾ ਇਹ ਵਾਕਿਆ ਹੋਇਆ ਜਿਸ ਨੇ ਕੀਤਾ ਇਸ ਦਾ ਜੋ ਵੀ ਇਸਦਾ ਕੀਤਾ ਜਾਵੇ ਉਹ ਬਰੀ ਹੋ ਗਿਆ ਪਹਿਲੀ ਗੱਲ ਤੇ ਹੈ ਕਿ ਬਾਬਾ ਜਿਹੜਾ ਉੱਥੋਂ ਸੇਫ ਪੰਜਾਬ ਸਰਕਾਰ ਨੇ ਕੱਢਿਆ ਉਹਨੂੰ ਚੁੱਕ ਕੇ ਦਿੱਲੀ ਭੇਜ ਸਕਦਾ ਬਾਦਲ ਸਾਹਿਬ ਦੇ ਨੋਟਿਸ ਹੈ ਹੀ ਨੀ ਗੱਲ ਇੱਕ ਨੋਟ ਵੱਡੀ ਗੱਲ ਕਰਿਓ ਵੀ ਅਸੀਂ ਇਹੀ ਤੇ ਗੱਲ ਕਹਿੰਦੇ ਹਾਂ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆਈਐਸ ਜਾਂ ਆਈਪੀਐਸ ਇੱਕ ਮਸ਼ੀਨਰੀ ਕਰਦੀ ਕੀ ਹੈ ਜਦੋਂ ਗੋਲੀ ਕਾਂਡ ਹੋ ਜਾਂਦਾ ਹਾਂ ਨਿਰੰਕਾਰੀ ਮਾਮਲਾ ਪੰਜਾਬ ਦੇ ਵਿੱਚੋਂ ਕੱਢਿਆ ਜਾਂਦਾ ਸੁਰੱਖਿਅਤ ਉਹ ਗਵਰਨਮੈਂਟ ਦੀ ਡਿਊਟੀ ਵੀ ਸੀ ਔਰ ਉਹ ਗਵਰਨਮੈਂਟ ਦੀ ਡਿਊਟੀ ਸੀ ਪਰ ਸਿੱਖਾਂ ਦੇ ਮਨ ਤੇ ਇੰਨਾ ਮਾੜਾ ਅਸਰ ਸੀ ਉਸ ਵੇਲੇ ਮੈਂ ਇਹ ਪੁੱਛ ਰਿਹਾ ਤੁਹਾਨੂੰ ਕਿ ਉਹ ਮੇਰੇ ਨਾਲ ਚ ਕੋਈ ਨੀ ਕਿ ਬਾਦਲ ਸਾਹਿਬ ਨੇ ਮੈਨੂੰ ਪੁੱਛ ਕੇ ਜਾਂ ਮੇਰੇ ਸਾਹਮਣੇ ਡੈਲੀ ਫੋਨ ਤੇ ਗੱਲਾਂ ਜੋ ਉਹ ਕਰ ਰਹੇ ਸੀ ਉਹਨਾਂ ਦੇ ਨਾਲ ਸੈਕਟਰੀ ਵਗੈਰਾ ਨਾਲ ਸੀਗੇ ਸਾਰੇ ਤਲਵੰਡੀ ਸਾਹਿਬ ਵੀ ਸੀ ਸਰ ਸੇਵਾ ਸਿੰਘ ਆਈਐਸ ਡਾਇਰੈਕਟਰ ਪਬਲਿਕ ਰਿਲੇਸ਼ਨ ਸੀ ਇਹ ਸਾਰੇ ਬੜੇ ਬੜੇ ਅਫਸਰ ਨਾਲ ਸਨ ਇਹ ਵਿਸਾਖੀ ਮਨਾਉਣ ਗਏ ਸਾਂ ਅਸੀਂ ਬੰਬੇ ਉੱਥੇ ਵਿਸਾਖੀ ਦੀ ਨਾਈਟ ਮਨਾਈ ਜਾ ਰਹੀ ਸੀ ਮੇਰਾ ਸਮਝਣ ਦਾ ਮਤਲਬ ਸਿਰਫ ਇੰਨਾ ਸੀਗਾ ਕਿ ਸਰਕਾਰਾਂ ਇਨ ਇਹੋ ਜਿਹੇ ਸੈਂਸਿਟਿਵ ਮਾਮਲਿਆਂ ਨੂੰ ਕਿਵੇਂ ਸਹਿਜਦੀਆਂ ਜਿਹੜਾ ਪੰਜਾਬ ਕ੍ਰਾਈਸਿਸ ਹੈ ਉਹਦੇ ਚ ਇਹ ਬਹੁਤ ਵੱਡਾ ਜ਼ਿੰਮੇਵਾਰ ਹੈ ਔਰ ਭਿੰਡਰਾਂਵਾਲਾ ਉੱਥੋਂ ਹੀ ਮਰ ਜਾਂਦਾ ਔਰ ਭਿੰਡਰਾਂਵਾਲਾ ਐਲਾਨ ਕਰਦਾ ਕਿ ਇਹ ਜਿਹੜਾ ਇਹ ਬਾਬੇ ਨੂੰ ਬਾਬਾ ਬਰੀ ਹੁੰਦਾ ਜਿਦਨ ਬਰੀ ਹੁੰਦਾ ਉਸ ਤੋਂ ਸ਼ਾਇਦ ਦੋ ਮਹੀਨੇ ਬਾਅਦ ਹੀ ਕਤਲ ਹੋ ਜਾਂਦਾ ਭਾਈ ਰਣਜੀਤ ਸਿੰਘ ਕਰਦਾ ਕਤਲ ਫਿਰ ਇਹ ਭਿੰਡਰਾਂਵਾਲਾ ਦਾ ਕ੍ਰੈਡਿਟ ਮਿਲਦਾ ਹੁਣ ਸੋ ਜੋ ਭਿੰਡਰਾਂਵਾਲੇ ਦੀ ਗੱਲ ਉੱਥੋਂ ਸ਼ੁਰੂ ਹੋਈ ਹੈ
ਗਿਆਨੀ ਜੈਲ ਸਿੰਘ ਐਂਡ ਭਿੰਡਰਾਂਵਾਲਾ। ਸੋ ਭਿੰਡਰਾਂਵਾਲਾ ਇਸ ਕਾਂਡ ਦੇ ਉੱਪਰ ਲਿਆਂਦਾ। ਨਹੀਂ ਉਹ ਠੀਕ ਹੈ, ਮੈਂ ਇਹੀ ਜਾਣਨਾ ਚਾਹੁੰਦਾ ਕਿ ਆਖਰ ਇਹਦੇ ਵਿੱਚ ਕਾਂਗਰਸ ਦਾ ਚੈਪਟਰ ਕਿੱਥੋਂ ਵੱਢਦਾ ਕਿ ਭਿੰਡਰਾਂਵਾਲਾ ਉਦੋਂ ਤੱਕ ਇੰਡੀਪੈਂਡੈਂਟ ਤੌਰ ਤੇ ਅਮਰਜ ਹੋ ਚੁੱਕੇ ਸੀ ਸਿੱਖ ਨੇਤਾ ਵਜੋਂ, ਜਿਨ੍ਹਾਂ ਨੂੰ ਧਾਰਮਿਕ ਔਰ ਰਾਸੀ ਪੱਧਰ ਦੇ ਉੱਤੇ ਪ੍ਰਵਾਨਗੀ ਮਿਲਣ ਲੱਗ ਪਈ ਸੀ, ਲੋਕ ਦੂਜਿਆਂ ਨੂੰ ਡਿਸਕਾਰਡ ਕਰਨਾ ਸ਼ੁਰੂ ਕਰ ਚੁੱਕੇ ਸੀ, ਉਹਨੂੰ ਉਸ ਵਿਅਕਤੀ ਦੇ ਉੱਤੇ ਕਿਸੇ ਵੀ ਵਿਚਾਰਧਾਰਾ ਦਾ ਛੱਪਾ ਨਹੀਂ ਸੀ, ਨਰੋਲ ਸਿੱਖ ਉਹ ਬੰਦਾ ਅੱਗੇ ਵੱਧ ਰਿਹਾ ਸੀ। ਕਾਂਗਰਸ ਦਾ ਨਾਂ ਕਿੱਦਾਂ ਜੁੜਿਆ ਵੀ ਕਾਂਗਰਸ ਨੇ ਲਿਆਂਦਾ? ਸੰਜੇ ਗਾਂਧੀ ਉਦੋਂ ਜਿਉਂਦਾ ਸੀ। ਅੱਛਾ, ਸੰਜੇ ਗਾਂਧੀ ਦੇ ਦੋ ਜਮਾਤੀ ਸੀ ਪੰਜਾਬ ਦੇ, ਵਿਸ਼ੂ ਕਪੂਰਥਲੇ ਵਾਲਾ ਵਿਸ਼ਵਾਜੀਤ, ਦੂਜਾ ਬਾਕੂ ਸਰ ਗੁਰੂ ਨਾਨਕ ਸਿੰਘ ਦਾ ਲੜਕਾ ਗੁਰਬੀਰ, ਇਹ ਦੋ ਕਲਾਸਮੇਟ ਹੈ ਉਹਦੇ। ਅੱਛਾ, ਇਹ ਦੋ ਬੰਦੇ ਨੇ ਜੋ ਪੰਜਾਬ ਵਿੱਚ ਉਸ ਵਕਤ ਗਿਆਨੀ ਦਿਆਲ ਸਿੰਘ ਹਟ ਚੁੱਕਾ ਸੀ ਸੀਐਮ ਤੋਂ, ਜੋ ਪੰਜਾਬ ਵਿੱਚ ਉਸ ਵਕਤ ਇਹ ਬਿਉਂਤ ਬਣਾਈ ਗਈ ਅਕਾਲੀ ਦਲ ਨੂੰ ਕਿਵੇਂ ਡੈਮੇਜ ਕਰਨਾ, ਇਹ ਦੋਨਾਂ ਦੇ ਦਿਮਾਗ। ਅੱਛਾ, ਇਹ ਸੰਜੇ ਨਾਲ ਡਾਇਰੈਕਟ ਸੀ, ਸੰਜੇ ਤੋਂ ਟੈਲੀਫੋਨ ਕਰਵਾਇਆ ਇਹਨਾਂ ਨੇ ਗਿਆਨੀ ਜੀ ਨੂੰ ਕਿ ਜੋ ਇਹ ਵਿਸ਼ੂ ਔਰ ਗੁਰ ਕਰ ਰਹੇ ਹੈ ਆਪ ਇਨਕੀ ਮਦਦ ਕਰੋ। ਨਹੀਂ, ਗਿਆਨੀ ਜੀ ਕਿਵੇਂ ਮਦਦ ਕਰ ਸਕਦੇ ਸੀ ਜਦੋਂ ਮੁੱਖ ਮੰਤਰੀ ਰਹੇ ਨਹੀਂ ਸੀ? ਨਹੀਂ ਨਹੀਂ, ਸਾਰੀ ਕਾਂਗਰਸ ਇਕੱਠੀ ਸੀ ਨਾ। ਅੱਛਾ, ਸਮਝ ਨੂੰ ਵਿਉਂਤ ਕਿਆ ਬਣੀ ਸੁਣੀ ਜਾਓ, ਇਹਨਾਂ ਦੋਨਾਂ ਨੇ ਮੈਂ ਤੇ ਵਿਸ਼ੂ ਨੂੰ ਕਿਹਾ ਵਿਚਾਰੇ ਡੈਥ ਤੋਂ ਪਹਿਲਾਂ ਲਿਖ ਕੇ ਜਾਓ, ਲਿਖ ਕੇ ਨਹੀਂ ਕਿਹਾ। ਗੁਰਬੀਰ ਤਾਂ ਹੁਣ ਵੀ ਇੱਕ ਕਾਲਜ ਦੇ ਪ੍ਰਧਾਨ ਨੇ ਲੁਧਿਆਣੇ, ਗੁਰਬੀਰ ਗੁਰੂ ਨਾਨਕ ਸਿੰਘ ਦਾ ਲੜਕਾ ਹੈ, ਉਹ ਬੈਠਾ ਹੈ, ਉਹਨੂੰ ਕੋਈ ਕਰੇ ਇਨਕੁਆਇਰੀ ਪੁੱਛੇ ਵੀ ਇਹ ਤੂੰ ਉਸ ਵਕਤ ਕੀ ਹੋਇਆ। ਮੈਂ ਤੁਹਾਨੂੰ 20 ਵਾਰ ਕਿਹਾ ਵੀ ਲਿਖੋ ਇਤਿਹਾਸ ਜਿਹੜਾ ਖਾਲੀ ਜਾ ਰਿਹਾ। ਸੰਜੇ ਗਾਂਧੀ ਦੀ ਦਿਲਚਸਪੀ ਪੰਜਾਬ ਦੀ ਪੋਲਿਟਿਕਸ ਵਿੱਚ ਵਾਇਆ ਇਹਨਾਂ ਦੇ ਭਿੰਡਰਾਂਵਾਲੇ ਤੱਕ ਵੀ ਸੀ। ਹਾਂ, ਉਹ ਨਹੀਂ, ਉਹ ਭਿੰਡਰਾਂਵਾਲੇ ਕਿਵੇਂ ਪਹੁੰਚੀ ਹੈ? ਦੇਖੋ, ਸੰਜੇ ਗਾਂਧੀ ਜਦੋਂ ਸੀ ਨਾ ਮਾਲਕ, ਉਦੋਂ ਉਹਨੂੰ ਗਿਆਨੀ ਦਿਆਲ ਸਿੰਘ ਦੇ ਖਿਲਾਫ ਹੋ ਗਿਆ, ਉਹਨੇ ਮਹਿੰਦਰ ਸਿੰਘ ਗਿੱਲ ਲਿਆਂਦਾ ਪ੍ਰਧਾਨ ਕਾਂਗਰਸ, ਤੁਹਾਨੂੰ ਸ਼ਾਇਦ ਲੋਕਾਂ ਨੂੰ ਪਤਾ ਹੀ ਨਹੀਂ। ਬਿਲਕੁਲ, ਸੰਜੇ ਗਾਂਧੀ ਵਾਂਟਡ ਮਹਿੰਦਰ ਸਿੰਘ ਗਿੱਲ ਟੂ ਬੀ ਸੀਐਮ, ਉਹ ਗਿਆਨੀ ਜੀ ਨੂੰ ਉਦੋਂ ਐਜ਼ ਸੀਐਮ ਹਟਾਉਣਾ ਚਾਹੁੰਦਾ ਸੀ। ਅੱਛਾ, ਇਹ ਤੇ ਗਿਆਨੀ ਜੀ ਦੀ ਹਿੰਮਤ ਹੈ, ਸਰਵਾਈਵ ਕਰ ਗਏ, ਮਹਿੰਦਰ ਸਿੰਘ ਗਿੱਲ ਕਾਂਗਰਸ ਪ੍ਰਧਾਨ ਬਣ ਗਿਆ। ਅਸੀਂ ਗਏ ਸੀ ਲਾਹੌਰ, ਗਿਆਨੀ ਜੀ ਨਾਲ ਮੈਂ ਵੀ ਗਿਆ ਸੀ, ਸਾਡੇ ਪਿੱਛੋਂ ਇੱਕ ਕੂਹ ਹੋ ਗਈ ਤੇ ਲੋਕ ਮੇਰੇ ਖਿਲਾਫ ਕਹਿੰਦੇ ਜੀ ਗਿਆਨੀ ਜੀ ਕਿਉਂ ਲੈ ਗਿਆ ਲਾਹੌਰ ਤੋਂ, ਪਿੱਛੋਂ ਇੱਕ ਕੂਹ ਕਰਾਤੀ। ਅਸੀਂ ਗਿਆਨੀ ਜੀ ਦੀ ਉੱਥੇ ਚਲੇ ਗਏ ਨਨਕਾਣਾ ਸਾਹਿਬ ਮੱਥਾ ਟੇਕ ਕੇ ਲਿਆਉਣਾ ਦਰਬਾਰ, ਤੇ ਮੈਂ ਨਾਲ ਲੈ ਗਿਆ। ਪਹਿਲੀ ਵਾਰੀ ਕੋਈ ਸੀਐਮ ਗਿਆ ਪਾਕਿਸਤਾਨ ਤੋਂ ਗਿਆਨੀ ਜੈਲ ਸਿੰਘ ਗਿਆ, ਅੱਜ ਤੱਕ ਕੋਈ ਨਹੀਂ ਗਿਆ ਔਰ ਬੜੀ ਜਸ ਕੱਟ ਕੇ ਆਇਆ। ਸੋ ਚਲੋ, ਉਹ ਇਹ ਜਿਹੜੇ ਦੋਨੋਂ ਸੀ, ਫਿਰ ਇਹਨਾਂ ਨੇ ਕਿਹਾ ਕਿ ਅਕਾਲੀਆਂ ਨੂੰ ਹੁਣ ਕਿਵੇਂ ਡੈਮੇਜ ਕਰ। ਸੰਜੇ ਪੰਜਾਬ ਬਹੁਤ ਇੰਟਰਸਟਿਡ ਸੀ, ਉਹ ਫਿਰ ਇਹਨਾਂ ਨੇ ਕਿਹਾ ਪਾਵਰਫੁਲ ਵੀ ਬਹੁਤ ਸੀ, ਸੰਜੇ ਮਾਲਕ ਸੀ ਉਸ ਵਕਤ, ਆਈ ਥਿੰਕ ਜੋ ਪਾਵਰ ਸੰਜੇ ਕੋਲ ਸੀ ਪੋਲਿਟਿਕਸ ਵਿੱਚ ਕਿਸੇ ਹੋਰ ਕੋਲ ਨਹੀਂ ਹੋ ਸੀ, ਇੰਦਰਾ ਗਾਂਧੀ ਕੋਲ ਕੋਈ ਪਾਵਰ ਨਹੀਂ ਸੀ। ਅੱਛਾ, ਗਿਆਨੀ ਜੈਲ ਸਿੰਘ ਨੂੰ ਹੋਮ ਮਿਨਿਸਟਰ ਸੰਜੇ ਬਣਾ ਗਿਆ, ਲੋਕ ਕਹਿੰਦੇ ਸੀ ਗਿਆਨੀ ਜੈਲ ਸਿੰਘ ਨੂੰ ਤਾਂ ਨੇੜੇ ਨਹੀਂ ਕੋਈ ਵੜਨ ਦਿੰਦਾ, ਅਨਪੜ੍ਹ ਹੈ, ਮੈਟ੍ਰਿਕ ਪਾਸ, ਹੋਮ ਮਿਨਿਸਟਰ ਬਣਾ ਗਿਆ। ਇਹਦਾ ਮਤਲਬ ਹੈ ਸੰਜੇ ਗਾਂਧੀ ਜੈਲ ਸਿੰਘ ਨੂੰ ਹੋਮ ਮਿਨਿਸਟਰ ਬਣਾ ਕੇ ਤੇ ਹੋਮ ਮਿਨਿਸਟਰੀ ਆਪ ਕਰਨਾ ਚਾਹੁੰਦਾ ਸੀ? ਨਹੀਂ ਨਹੀਂ, ਇਹ ਬੜੇ ਤੁਹਾਡੇ ਸਵਾਲ ਇੰਨੇ ਵੱਡੇ ਹੈ ਕਿ ਜਿਹਨਾਂ ਨੂੰ ਤੁਹਾਨੂੰ ਕਿਸ ਤੇ ਕਿਤਾਬ ਦੀ ਕਿਤਾਬ ਜਾਏਗੀ। ਤੁਹਾਡਾ ਮਤਲਬ ਹੈ ਕਿ ਗਿਆਨੀ ਜੈਲ ਸਿੰਘ ਸਰੈਂਡਰ ਕਰ ਦਿੰਦੇ ਸੀ ਵੀ ਲੋ ਉਹਦਾ ਤਾਂ ਮੇਰਾ ਹੈ ਪਰ ਉਹਦਾ ਤੁਹਾਡਾ ਜੋ ਮਰਜ਼ੀ? ਨਹੀਂ ਨਹੀਂ ਨਹੀਂ, ਇਹੀ ਤਾਂ ਤੁਹਾਨੂੰ ਗਲਤਫਹਿਮੀ ਹੈ। ਗਿਆਨੀ ਜੈਲ ਸਿੰਘ ਵਰਗਾ ਇੰਟੈਲੀਜੈਂਟ ਮੈਨ ਦੇਖੋ, 2.5 ਸਾਲ ਰਿਹਾ ਹੋਮ ਮਿਨਿਸਟਰ, ਉਹ 2.5 ਸਾਲ ਅਨਪੜ੍ਹ, ਔਰ ਉਦੋਂ ਗਿਆਨੀ ਜੈਲ ਸਿੰਘ ਕੋਲ ਸਾਰੀ ਪਾਵਰ ਸੀ ਜਿਹੜੀ ਅੱਜ ਨਹੀਂ ਹੋਮ ਮਿਨਿਸਟਰ ਕੋਲ, ਸਾਰੀ ਉਹਦੇ ਰਾਹ ਦੇ ਅੰਡਰ, IBU ਦੇ ਅੰਡਰ, ਐਡਮਿਨਿਸਟ੍ਰੇਸ਼ਨ ਦੀਆਂ ਬਦਲੀਆਂ, IAS ਦੀਆਂ ਸਾਰੀਆਂ ਉਹਦੇ ਕੋਲ। ਸੰਜੇ ਤਾਂ ਮਰ ਗਿਆ ਸੀ ਗਿਆਨੀ ਹੋਮ ਮਿਨਿਸਟਰ ਬਣਦੇ ਸਾਰ ਐਕਸੀਡੈਂਟ ਨਾਲ, ਸ਼ਾਇਦ ਤੁਹਾਨੂੰ ਪਤਾ ਹੀ ਨਹੀਂ। ਹਾਂ ਬਿਲਕੁਲ, ਗਿਆਨੀ ਜੈਲ ਸਿੰਘ ਦੇ ਬਣਨ ਤੋਂ ਕੁਝ ਮੇਨ ਬਣਾਇਆ ਜਦੋਂ ਉਹਨੇ ਕਿਉਂ ਬਣਾਇਆ ਕਿ ਜਦੋਂ ਕੈਬਨਿਟ ਬਣਨ ਲੱਗੀ, ਨਹੀਂ ਉਹ ਪਹਿਲਾਂ ਗੱਲ ਆਪਾਂ ਖਤਮ ਕਰ ਲਈਏ ਭਿੰਡਰਾਂਵਾਲੇ ਦੀ, ਭਿੰਡਰਾਂਵਾਲੀ ਗੱਲ। ਹਾਂ, ਉਹ ਫਿਰ ਬਾਕੂਰੋ ਨੇ ਕੀ ਕਿਹਾ ਗਿਆਨੀ ਜੀ ਨੂੰ ਕਿ ਅਸੀਂ ਭਿੰਡਰਾਂਵਾਲੇ ਦੀ ਨੂੰ ਮਿਲਾਂ ਦੇ ਬੰਦਿਆਂ ਨੂੰ ਮਿਲਾਂ ਆ ਉਹਨੇ ਅਮਰੀਕ ਸਿੰਘ ਨਾਲ ਕਿ ਭਿੰਡਰਾਂਵਾਲਾ ਅਕਾਲੀਆਂ ਦੇ ਖਿਲਾਫ ਹੁਣ ਖੜਾ ਹੋ ਗਿਆ ਤਾਂ ਅਸੀਂ ਉਹਨੂੰ ਜਿੰਨੀ ਮਦਦ ਕਰ ਸਕਦੇ ਹਾਂ ਕਰੀਏ। ਬਲਕਿ ਹਾਂ, ਵਿਸ਼ੂ ਨੇ ਸਮਝਾਇਆ ਗਿਆਨੀ ਜੀ ਨੂੰ ਕਿ ਭਿੰਡਰਾਂਵਾਲਾ ਇਲੈਕਸ਼ਨ ਹੁਣ ਕਰੇਗਾ, ਲੜੇਗਾ ਅਕਾਲੀਆਂ ਦੇ ਖਿਲਾਫ, ਉਲਟਾ ਭਿੰਡਰਾਂਵਾਲੇ ਦਾ ਅਮਰੀਕ ਸਿੰਘ ਖੜਾ ਹੋ ਗਿਆ। ਉਮਰਾ ਨੰਗਲ ਇੱਕ ਇਲੈਕਸ਼ਨ ਆ ਗਈ ਗੁਰਦੁਆਰਾ ਕਮੇਟੀ ਦੀ 22 ਇਲੈਕਸ਼ਨ, ਉਮਰਾ ਨੰਗਲ ਦੇ ਖਿਲਾਫ ਅਮਰੀਕ ਸਿੰਘ ਖੜਾ ਹੋ ਗਿਆ। ਦੇਖੋ, ਅਕਾਲੀਆਂ 'ਚ ਫੁੱਟ ਪੈ ਗਈ ਤੇ ਇਹ ਕਹਿੰਦੇ ਹੁਣ ਅਸੀਂ ਮਦਦ ਕਰੀਏ, ਬਲਕਿ ਫਿਰ ਭਿੰਡਰਾਂਵਾਲਾ ਤਾਂ ਓਪਨ ਅਕਾਲੀਆਂ ਦੇ ਖਿਲਾਫ ਹੋ ਗਿਆ। ਅੱਛਾ, ਉਦੋਂ ਇਹ ਕਹਿੰਦੇ ਸੀ ਵੀ ਹੁਣ ਤੁਸੀਂ ਮਦਦ ਕਰੋ ਜੀ, ਵੀ ਸਾਰੇ ਅਕਾਲੀ ਜਿਹੜੇ ਕਾਂਗਰਸ ਕਾਡਰ ਹੈ ਉਹ
ਸ਼੍ਰੋਮਣੀ ਕਮੇਟੀ ਜਾਣਗੇ ਨਹੀਂ, ਲੇਕਿਨ ਪਿੰਡਾਂ ਦੇ ਬੰਦਿਆਂ ਨੂੰ ਮਦਦ ਕਰਨਗੇ। ਸੋ ਉਸ ਵਕਤ ਇਹ ਦੋਨਾਂ ਨੇ ਇਹ ਸਾਰੀ ਵਿਉਂਤ ਬਣਾ ਦਿੱਤੀ। ਹੁਣ ਇਹ ਲੋਕਾਂ 'ਚ ਆ ਗਿਆ ਕਿ ਕਾਂਗਰਸ ਇਹਨੂੰ ਲਿਆਈ ਹੈ। ਭਿੰਡਰਾਂ ਵਾਲੇ ਦੀ ਮਦਦ ਕਿਸ ਸੈਂਸ ਵਿੱਚ ਕੀਤੀ ਜਾ ਰਹੀ ਸੀ? ਸਾਰਾ ਮੀਡੀਆ ਉਹਦੇ ਨਾਲ ਲਾਇਆ, ਸਾਰੇ ਈਵਨ ਰਿਸੋਰਸਿਸ, ਈਵਨ ਜਿਹੜੇ ਮੈਂਬਰ ਕੈਂਡੀਡੇਟ ਖੜੇ ਹੋਏ ਉਹਦੇ ਰਿਸੋਰਸਿਸ, ਇਹ ਦੋਨੋਂ ਕਰਦੇ ਸੀ, ਇਹ ਦੋਨੋਂ ਇੰਚਾਰਜ ਸੀ, ਔਰ ਇਹਨਾਂ ਦੇ ਲਿੰਕ ਸਨ ਉਹਨਾਂ ਦੇ ਬੰਦਿਆਂ ਨਾਲ ਹੇਠ। ਭਿੰਡਰਾਂ ਵਾਲੇ ਦੀ ਡਾਇਰੈਕਟ ਕਿਸੇ ਨਾਲ ਕੋਈ ਗੱਲ ਨਹੀਂ ਸੀ, ਲੇਕਿਨ ਜਿਹੜੇ ਦੂਜੇ ਉਹਨੇ ਸਨ ਉਹਨਾਂ ਨਾਲ ਇਹ ਜਾ ਕੇ ਮਿਲਦੇ ਜਾਂਦੇ ਸਾਰੇ। ਔਰ ਇਸ ਤੱਕ ਹੋਇਆ, ਦੇਖੋ ਜੀ ਕਮਾਲ ਹੈ, ਜਿਹੜੀ ਇਲੈਕਸ਼ਨ ਹੋਈ ਅੱਸੀ ਦੀ ਪਾਰਲੀਮੈਂਟ ਦੀ, ਆਰ ਐਲ ਭਾਟੀਆ ਹਾਲ ਨਾਲ ਸੀ, ਉਹ ਭਿੰਡਰਾਂ ਦੇ ਸਭ ਤੋਂ ਨੇੜੇ ਸੀ, ਅਤੇ ਉਹਦੀ ਇਲੈਕਸ਼ਨ 'ਚ ਭਿੰਡਰਾਂ ਗਰੁੱਪ ਨੇ ਡੁੱਟ ਕੇ ਮਦਦ ਕੀਤੀ ਭਾਟੀਆ ਦੀ, ਹਥਿਆਰ ਲੱਗੇ ਸਪੋਰਟ ਦੇ। ਪਰ ਇਤਿਹਾਸ ਦੇ ਵਿੱਚ ਜਾਂ ਹੁਣ ਤੇ ਇਤਿਹਾਸ ਵੀ ਅਜੇ ਕਿੱਥੇ ਕਹਿ ਸਕਦੇ ਹਾਂ, ਇਤਿਹਾਸ ਤਾਂ 50 ਸਾਲ ਤੋਂ ਬਾਅਦ ਕਸ਼ੀਦ ਕੇ ਆਉਂਦਾ ਹੈ। ਭਿੰਡਰਾਂ ਵਾਲਾ ਜਾਂ ਉਹਦਾ ਜਿਹੜਾ ਆਪਣਾ ਸਾਰਾ ਢਾਂਚਾ ਸੀ, ਉਹ ਰਘੁਨੰਦਨ ਲਾਲ ਭਾਟੀਏ ਦੀ ਮਦਦ ਕਰੇ, ਨਹੀਂ ਤਾਂ ਬੜੀ ਰਣਗੀ ਹੈ। ਸਵਾਲ ਹੈ, ਉਹਨਾਂ ਨੇ ਅਕਾਲੀਆਂ ਨੂੰ ਅਪੋਜ਼ ਕੀਤਾ ਡਟ ਕੇ, ਦ ਡੇ ਹੀ ਐਂਟਰ 1978 ਜਾਂ 1973 ਉਦੋਂ ਤੋਂ ਹੀ ਉਹ ਐਂਟੀ ਹੋ ਗਿਆ ਬਸ। ਫਿਰ ਬਈ ਉਹਦੀ ਅਕਾਲੀਆਂ ਨਾਲ ਨਹੀਂ ਬਣੀ। ਅੱਛਾ, ਸਵਾਲ ਇਹ ਹੈ ਕਿ ਹੀ ਐਂਟਰ ਨਿਰੰਕਾਰੀ ਕਾਂਡ ਤੇ, ਉਸ ਤੋਂ ਬਾਅਦ ਸੁਲਾ ਦਿਖਾਓ ਅਕਾਲੀਆਂ ਨਾਲ ਕਿੱਥੇ ਹੋਈ ਕਦੇ ਵੀ, ਤੇ ਕਿੱਥੇ ਜਾ ਕੇ ਫਿਰ ਕਾਂਗਰਸ ਨੂੰ ਭਿੰਡਰਾਂ ਵਾਲੇ ਹੜਕਣ ਲੱਗ ਗਏ। ਇਹੀ ਤੇ ਇਸ਼ੂ ਜਿਹੜਾ ਨਾ, ਜਿਹੜਾ ਆਪਾਂ ਕੀਤਾ ਕਿ ਦਰਬਾਰਾ ਸਿੰਘ ਸਕਸੀਡਿਡ, ਕਿ ਭਿੰਡਰਾਂ ਵਾਲਾ ਜਿਹੜਾ ਉਹ ਇਸ ਤਰ੍ਹਾਂ ਨੈਗੇਟਿਵ ਜਗ੍ਹਾ ਗਿਆਨੀ ਕਰਕੇ ਹੋ ਰਿਹਾ। ਮਤਲਬ ਉਦੋਂ ਤੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖ ਕੇ ਮੁੱਖ ਮੰਤਰੀ ਖਿੱਚ ਚੁੱਕਿਆ ਸੀ ਦਰਬਾਰਾ ਸੋਂ, ਤੇ ਉਹ ਚਾਹ ਰਿਹਾ ਸੀਗਾ ਕਿ ਮੇਰੀ ਜਿਹੜੀ ਪ੍ਰਧਾਨ ਮੰਤਰੀ ਹੈ, ਮੇਰੀ ਲੀਡਰ ਹੈ, ਉਹ ਪੰਜਾਬ ਦੇ ਵਿੱਚ ਜੈਲ ਸਿੰਘ ਦਾ ਦਖਲ ਬੰਦ ਕਰੇ, ਕਰਾਤਾ। ਹਾਂ, ਮੈਂ ਇਹ ਜੋ ਸਮਝਦਾ, ਉਦੋਂ ਫਿਰ ਉਦੋਂ ਸਰਕਾਰ ਨਾਲ ਭਿੰਡਰਾਂ ਵਾਲੇ ਦਾ ਟਕਰਾਅ ਸ਼ੁਰੂ ਹੋ ਚੁੱਕਿਆ ਸੀ। ਸਵਾਲ ਹੈ ਕਿ ਜੇ ਉਹ ਕਲੈਸ਼ ਸਰਕਾਰ ਦਾ ਕਰਾਉਣ ਵਾਲਾ ਦਰਬਾਰਾ ਸਿੰਘ ਜ਼ਿੰਮੇਵਾਰ, ਕਿ ਉਸ ਨੇ ਠਾਰਾ ਸਿੰਘ ਕਿਉਂ ਅਰੈਸਟ ਕੀਤਾ? ਦੇਖੋ ਨਾ, ਜਿਹੜੇ ਭਿੰਡਰਾਂ ਵਾਲੇ ਦੇ ਬੰਦੇ ਅਰੈਸਟ ਹੋਏ, ਉਹਨਾਂ ਦੇ ਆਰਮਸ ਲਾਇਸੈਂਸ ਚੈੱਕ ਹੋਣੇ ਲੱਗ ਗਏ, ਉਹ ਦਰਬਾਰਾ ਸਿੰਘ ਦੇ ਟਾਈਮ ਹੋਏ। ਸਵਾਲ ਹੈ, ਜਦੋਂ ਕਾਂਗਰਸ ਗੌਰਮੈਂਟ ਆ ਗਈ ਜੀ, ਤੇ ਉਹ ਉਧਰ ਉਹਦੇ ਗਰੁੱਪ ਨੂੰ ਇਹ ਤੰਗ ਕਰਨ ਲੱਗ ਗਏ, ਸੋ ਭਿੰਡਰਾਂ ਵਾਲਾ ਉਸ ਤੋਂ ਹੌਲੀ 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 ਬਿਟਰ ਬਿਟਰ ਹੋਣ ਲੱਗ ਗਿਆ। ਗੱਲ ਕਿ ਸਮਝੋ ਨਾ, ਫਿਰ ਉਹ ਇੱਕ ਵਾਰੀ ਚੰਦੋ ਕਲਾਂ ਗਿਆ ਹਰਿਆਣੇ 'ਚ, ਉੱਥੇ ਛਾਪਾ ਮਾਰਿਆ, ਤੇ ਉਦੋਂ ਫਿਰ ਸਭ ਤੋਂ ਵੱਡੀ ਬਦਕਿਸਤੀ ਕੀ ਆਈ ਕਿ ਲਾਲਾ ਜਗਤ ਨਾਰਾਇਣ ਦਾ ਮਰਡਰ ਹੋ ਗਿਆ। ਜਗਤ ਨਾਰਾਇਣ ਮਰਡਰ, ਸਾਰੀ ਹਿੰਦੂ ਕੌਮ ਔਰ ਸਾਰੀ ਪ੍ਰੈਸ ਇਕੱਠੀ ਹੋ ਗਈ, ਉਹ ਭਿੰਡਰਾਂ ਦੇ ਨਾਲ ਲੱਗ ਗਈ। ਜਦੋਂ ਭਿੰਡਰਾਂ ਵਾਲੇ ਨੂੰ ਡਿਟੇਨ ਵੀ ਕੀਤਾ, ਉਹ ਫਿਰ ਫੜਿਆ ਗਿਆ। ਜਦੋਂ ਫੜਨ ਜਾਂਦੇ ਆ ਉਦੋਂ ਗੋਲੀ ਚਲਾਤੀ, ਪਹਿਲੀ ਗੱਲ ਹੈ, ਜਦੋਂ ਫੜਨ ਜਾ ਰਹੇ ਤਾਂ ਪੁਲਿਸ ਗੋਲੀ ਕਿਉਂ ਚਲਾਉਂਦੀ ਹੈ? ਅੱਜ ਤੱਕ ਇਨਕੁਆਇਰੀ ਨਹੀਂ ਹੋਈ। ਮੈਂ ਪਿੱਛੇ ਲੇਖ ਲਿਖਿਆ ਕਿ ਭਿੰਡਰਾਂ ਵਾਲਾ ਆਪ ਸਰੈਂਡਰ ਕਰ ਰਿਹਾ, ਇਹ ਲਾਲਪੁਰ ਕਹਿੰਦਾ ਮੈਂ ਫੜਿਆ, ਇਕਬਾਲ ਸਿੰਘ ਲਾਲਪੁਰ ਗਏ ਸੀ ਉੱਥੇ, ਇਹ ਜਦੋਂ ਸਰੈਂਡਰ ਕਰਿਆ ਤੇ ਉਹ ਜਦੋਂ ਕਾਰਜ ਬਹਿ ਗਿਆ ਤਾਂ ਪੁਲਿਸ ਨੇ ਗੋਲੀ ਚਲਾਤੀ। ਵੀ ਜਿਹੜੇ 10 ਬੰਦੇ ਉਦੋਂ ਮਾਰ ਆਈ ਪੁਲਿਸ, ਉਹਦਾ ਕੌਣ ਜ਼ਿੰਮੇਵਾਰ ਹੈ? ਫਿਰ ਭਿੰਡਰਾਂ ਵਾਲਾ ਬਿਟਰ ਹੋ ਗਿਆ, ਫਿਰ ਚੰਦੋ ਕਲਾਂ ਭਿੰਡਰਾਂ ਵਾਲਾ ਗਿਆ, ਉੱਥੇ ਛਾਪਾ ਕਿਉਂ ਮਾਰਿਆ ਦਰਬਾਰਾ ਸਿੰਘ ਨੇ? ਸੋ ਭਿੰਡਰਾਂ ਵਾਲਾ ਦੀ ਜਿਹੜੀ ਬਿਟਰਨੈਸ ਦੇ ਕਾਰਨ ਵੀ ਲੱਭੋ ਨਾ, ਤੇ ਉਹ ਕਾਂਗਰਸ ਤੋਂ ਕਿਉਂ ਦੂਰ ਜਾ ਰਿਹਾ? ਤੇ ਉਦੋਂ ਫਿਰ ਅੱਛਾ, ਦੂਜਾ ਦੂਰ ਕਿਉਂ ਜਾਂਦਾ? ਸਿੱਖਾਂ 'ਚ ਜਿਹੜਾ ਐਂਟੀ ਗੌਰਮੈਂਟ ਹੋਏ ਉਹ ਪਾਪੂਲਰ ਹੁੰਦਾ, ਤੇ ਭਿੰਡਰਾਂ ਵਾਲਾ ਸਮਝ ਗਿਆ ਕਿ ਮੈਂ ਤਾਂ ਉਹਨੂੰ ਗਲਤ ਅਸਮਾਨ ਚੜ ਰਿਹਾ, ਤੇ ਮੈਂ ਹੁਣ ਕਿਉਂ ਕਾਂਗਰਸ ਵੱਲ ਦੇਖਾਂ? ਦੇਖੋ ਨਾ, ਭਿੰਡਰਾਂ ਵਾਲਾ ਵੀ ਤੇ ਆਫਟ ਕਰਕੇ ਇਨਸਾਨ ਹੈ, ਜਦੋਂ ਉਹਨੂੰ ਪਤਾ ਹੀ ਲੱਗ ਗਿਆ ਕਿ ਕੌਮ ਜਕਾਰੇ ਬੋਲਦੀ ਹੈ ਮੇਰੇ ਨਾਲ, ਤੇ ਫਿਰ ਜਕਾਰਿਆਂ 'ਚ ਹੋਰ ਮੀਡੀਆ ਉਹਨੂੰ ਚੁੱਕ ਰਿਹਾ, ਹਕੂਮਤ ਨਾਲ ਟਕਰਾਅ ਵਾਰਾ ਖਾਂਦਾ ਬਸ। ਸਿੱਖਾਂ ਦੀ ਸਾਰੀ ਹਿਸਟਰੀ 'ਚ ਜਿਹੜਾ ਲੀਡਰ ਪਾਪੂਲਰ ਉਹ ਹੁੰਦਾ ਜਿਹੜਾ ਐਂਟੀ ਗੌਰਮੈਂਟ ਹੋ ਗਿਆ। ਅਸੀਂ ਇੱਕ ਧਾਰਨਾ ਬਣਾਈ, ਅਕਾਲੀ ਪੋਲੀਟਿਕਸ ਵੀ ਐਵੇਂ ਹੀ ਸਰਵਾਈਵ ਕਰਦਾ ਨਹੀਂ। ਅਕਾਲੀ ਦਲ ਦਾ ਨੁਕਸਾਨ ਇਹ ਹੀ ਹੈ ਕਿ ਅਸੀਂ ਜਕਾਰੇ ਸੁਣ ਕੇ ਲੋਕਾਂ ਦੇ ਰੀਜ਼ਨਿੰਗ ਛੱਡ ਜਾਂਦੇ ਹਾਂ, ਅਸੀਂ ਕਨਫਰੰਟੇਸ਼ਨ ਨੂੰ ਪਹਿਲ ਦਿੰਦੇ ਹਾਂ। ਅਜੇ ਕਦੀ ਇਸ 'ਤੇ ਹਿਸਟਰੀ ਕੋਈ ਲਿਖੀ ਜਾਏ ਕਿ ਸਾਰੀਆਂ ਕਨਫਰੰਟੇਸ਼ਨ 'ਚ ਅਸੀਂ ਲੂਜ਼ ਕੀਤਾ, ਗੇਨ ਕੁਛ ਨਹੀਂ ਕੀਤਾ। ਅੱਛਾ, ਉਦੋਂ ਤੱਕ ਜਦੋਂ ਸੀਨ ਦੇ ਵਿੱਚ ਦਰਬਾਰਾ ਸਿੰਘ ਸੀ, ਗਿਆਨੀ ਜੈਲ ਸਿੰਘ ਸੀ, ਉਦੋਂ ਤੱਕ ਉੱਧਰਲੇ ਬੰਨੇ ਤਿੱਕੜੀ ਸੀ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਟੌੜਾ ਔਰ ਲੌਂਗੋਵਾਲ ਸੀ, ਇਹ ਰੌਲੇ ਸਾਰੇ ਫਿਰ ਕਿੱਦਾਂ ਤੁਸੀਂ ਦੇਖੇ ਉਦੋਂ ਵੀ? ਇਹ ਬੜਾ ਵੱਡਾ ਇਤਿਹਾਸ ਹੈ, ਇਸ ਦਾ ਮੇਰੇ ਲੇਖ 2 ਆ ਚੁੱਕੇ ਹੈ ਕਿ ਲੌਂਗੋਵਾਲ ਔਰ ਭਿੰਡਰਾਂ ਵਾਲਾ ਦੀ ਲੜਾਈ ਇੱਕ ਵੱਡਾ ਕਾਰਨ ਹੈ ਇਸ ਕ੍ਰਾਈਸਿਸ ਦਾ। ਦਰਬਾਰ ਸਾਹਿਬ ਦੇ ਵਿੱਚ ਐਂਟਰ ਨਹੀਂ, ਐਂਟਰ ਨਹੀਂ, ਜੋ ਕੁਛ ਹੋਇਆ ਉਦੋਂ, ਅਗਰ ਲੌਂਗੋਵਾਲ ਤੇ ਭਿੰਡਰਾਂ ਵਾਲਾ ਦੀ ਲੜਾਈ ਨਾ ਹੁੰਦੀ, ਸ਼ਾਇਦ ਇਹ ਸਾਰਾ ਕਾਂਡ ਹੁੰਦਾ ਹੀ ਨਾ, ਕਿ ਜਦੋਂ ਦੋ ਗਰੁੱਪ ਵੱਖਰੇ ਹੋ ਗਏ, ਇਹਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਖਤਮ ਹੋ ਗਈ। ਲੌਂਗੋਵਾਲ ਜਦੋਂ
टैक्स दिल्ली शुरू होंदिया किनिया टैक्स हुई तुहानू पता बड़ा तो वह टैक्स क्यों मुकदी रही कि सारिया टैक्स कहते जाओ मिनरल नूं पुछो वह अग्री करता है हुण उहनू कौन पुछे उहदी मोहर लगा के लियाओ हुकूमत कहती ना सुलह सिखा नाल होनी है तो सिखा लीडर तो बैठा टैक्स करने जाते हैं बलवंत सिंह रविंदर सिंह सुखजिंदर सिंह यह सारे जाते सन ना बादल साहब जाते बरनला जाता सवाल यह है कि पिंडरा वाल तो कदे नहीं गया दिल्ली किसी टाक कोई पिंडरा वाल कोई डेलीगेशन उतो नहीं आया कोई बड़ा वाला एक पॉइंट किसी ने नोट नहीं किया कि सारिया टाक फेल क्यों हुई नहीं फिर इहदा मतलब है कि स्टेट जिहड़ी आ उह पिंडरा वाले नाल गल ही नहीं सी कर रही बस पिंडरा वाला इमर्ज हुंदा रहा उपर वो इंजॉय करदा रहा देखो ना पिंडरा वाला इस करके हो गया मैनूं इह सवाल भी बड़ा चर्चा च रहा इहदा जवाब अजे तक नहीं कदे आया कि स्टेट चाहुंदी सी कि पिंडरा वाला इन्ना तगड़ा हो जाए देखो ये अज बड़िया किताबां आ रही पिछे जी राल किताब सिखा नूं सबक सिखाउण वाली जिहड़ी गल बार बार आउंदी है कि इंदिरा गांधी एमरजेंसी तो औखी सी और उन्हें पिंडरा वाले नूं इन्ना वड्डा होण दित्ता अंदर हथियार जांदे रहे ये सारियां गल्लां किद्दां मेरे को वजह इशू तुसीं इशू च इशू इन्ने वड्डे हैं कि आपां मिक्स हो रहे हैं एक गल बड़ी क्लीयर है जदों पंजाब क्राइसिस वध रहा है जी तां इंदिरा गांधी वल्लों कोई कोशिश नहीं हुई इहनूं घटाउण दी अच्छा ये क्यों नहीं हुई जिहड़ा ये इल्जाम है इंदिरा ते ठीक साबित होंदा है कि ज्ञानी जैल सिंह पासे करता जांदा ज्ञानी जैल सिंह चाहता सी सुलह रहे जे उहदा अख्तियार होंदा तो शायद वह लड़ाई ना होण दिंदा वह एक साइड ते चला गया कांग्रसी पंजाब दे भी उहनूं कोई जांदे ही नहीं सन ये संतोख सिंह रंधावा उहदे बंदे सन उहने लियाए वह ज्ञानी नूं मिलण नहीं जांदे सी बेअंत सिंह मिलण नहीं सी जांदा ज्ञानी डरदे सो एक पासे हो गए क्योंकि इंदिरा गांधी और राजीव गांधी ये नेड़े नहीं सो उस वक्त फिर जिहड़ी सेंटर दी एक एटीट्यूड बन गया वो ये हो गया कि जिहड़ी हिंदू कौम है जो अज है कई सारा पंजाब दा हिंदू जिहड़ा है वह औखा है हाँ कतल भी हो गए सो नैचुरली सेंटर ट्राई टू बी रिमेन विद द मेजोरिटी कम्युनिटी उन्होंने वोट चाहिए ये नैचुरल सी देखो जरा वोट बैंक है आज सारा पॉलिटिक्स मेरे नाल रोज मीटिंग आसी करते हैं ज्ञानी जैल सिंह ने एक गल कही कि जे ये मैनू पिछे ना कर दे ते आना वापरदा ज्ञानी जैल सिंह ने एक बारी जो ये धर्म युद्ध ऐलान होना सी ये मीटिंग आनंदपुर साहब हुई ये सुन लो इतिहास है उदों दरबारा सिंह सीएम सीगे परमजीत सिंह चीफ सैकटरी सी जी मैं ज्ञानी जी नूं उस दिन दस्या मैं क्या जी ये मीटिंग जिहड़ी हो रही है मैनूं रविंदर नाल मेरा लिंक सी वो कहिंदा ये मीटिंग बड़ी खतरनाक है असीं अंडर प्रैशर हाँ वे कोई डिसीजन लो तो ज्ञानी जी कहिंदे मैं की करा तो असीं रवि नूं पुछिया ये कहिंदा भी तुसीं लौंगोवाल दी मीटिंग कराओ इंदिरा गांधी नाल ज्ञानी जैल सिंह ने रातों रात उस वक्त इनविटेशन भिजवाता इंदिरा गांधी वालों कि लौंगोवाल जी आओ मेरे नाल मीटिंग करो बिफोर आनंदपुर साहब मीटिंग पोस्टपोन करो तो आओ मेरे नाल गल करो वो इनविटेशन आया चीफ सैकटरी परमजीत ऑफिशियल उतों दिल्ली तो भी कन्वे करो लौंगोवाल जी नूं कि इंदिरा जी बुला रहे हैं उन्हें वो इनविटेशन दरबारा सिंह दसता दरबारा सिंह कहता कोई नहीं मैं गल कर लाँगा तुम अपने को रुको अच्छा मैसेज नहीं करवाया मैसेज कन्वे नहीं होया सुनो मीटिंग शुरू हो गई मीटिंग शुरू हो गई तो मैं टेलीफोन किया रविंदर नूं वो मैं क्या मैसेज मिल गया कहना कोई मैसेज मिलया नहीं मैं क्या परमजीत सिंह चीफ सैकटरी नूं कन्वे होया इन बजे ये रिकॉर्ड ते है रविंदर सिंह जूंदे अज पुछ लो ही रहेगा परमजीत सिंह अच्छा कि भी मैनू उत्थे दिल्लियों पता लग गया कि लौंगोवाल जी नूं ते बुलाया हाँ जी हाँ वो इनविटेशन आया सी तुहानूं कन्वे करना सी वो बस थोड़े डिले हो गया जी वो मन गया हुण तो परमजीत सिंह है नहीं ना दरबारा सिंह भाई दे डिलेड इट उसका की होया मैसेज कन्वे नहीं होया अंदर मीटिंग ऐलान हो गया कि अज धर्म युद्ध का ऐलान सो ये हुण सब जिहड़ी सैबोटाज है भाई जे उस दिन मीटिंग पोस्टपोन हो जाती और डायरैक्ट मीटिंग वन टू वन का ज्ञानी जी ने अरेंज किया कि लौंगोवाल तो इंदिरा दोनों मिलेंगे तीजा नहीं बैठेगा इहदा मतलब है कि जिहड़ी पंजाब दी उस वेले दी लीडरशिप सी कांग्रेस दी वो चाह रही सी भी ये टकरा
ਟਲ ਜਾਏ ਟਲੇ ਸਵਾਲ ਹੈ ਇਹ ਇਨਵੀਟੇਸ਼ਨ ਰਿਕਾਰਡ ਤੇ ਹੈ ਤੇ ਇਹ ਇਨਵੀਟੇਸ਼ਨ ਜਦੋਂ ਰਿਕਾਰਡ ਮੈਂ ਲਿਖਿਆ ਵੀ ਹੈ ਵੀ ਇਹ ਡੇਟ ਆ ਰਵਿੰਦਰ ਜੀ ਨੂੰ ਆਪ ਪੁੱਛ ਲਓ ਬਈ ਇਹ ਦਵਾਰਾ ਸਿੰਘ ਨਹੀਂ ਸੀ ਚਾਹ ਰਿਹਾ ਵੀ ਮਿੰਨਾ ਹੋਵੇ ਵੀ ਇਹਨਾਂ ਮੀਟਿੰਗ ਜਿਹੜੀ ਉਹ ਲੜਾਈ ਵਧੀ ਗਈ ਅੱਛਾ ਇਹ ਹੁਣ ਜਿਹੜੀ ਸੱਤਾ ਦੇ ਗਲਿਆਰਿਆਂ ਦੀਆਂ ਗੱਲਾਂ ਨੇ ਬੜੀਆਂ ਵੱਡੀਆਂ ਨੇ ਹਰਕਿਸ਼ਨ ਸਿੰਘ ਸੁਰਜੀਤ ਦਾ ਰੋਲ ਬੜਾ ਵੱਡਾ ਰਿਹਾ ਡਾਕਟਰ ਮਨਮੋਹਨ ਸਿੰਘ 10 ਸਾਲ ਸੱਤਾ 'ਚ ਇੱਕ ਬੰਦਾ ਉਹਦਾ ਕੋਈ ਮੈਂ ਵੀ ਨਿੱਜੀ ਤੌਰ ਤੇ ਡਾਕਟਰ ਮਨਮੋਹਨ ਸਿੰਘ ਨੂੰ ਮਿਲਿਆ ਜਦੋਂ ਉਹਨਾਂ ਇਲੈਕਸ਼ਨ ਲੜੀ ਸੀ ਹਾਰ ਗਏ ਸੀ ਔਰ ਮੈਂ 3-4 ਦਿਨ ਲਈ ਉਸ ਏਰੀਏ 'ਚ ਘੁੰਮਿਆ ਉਹਨਾਂ ਦੇ ਨਾਲ ਵੀ ਰਿਹਾ ਡਾਕਟਰ ਮਨਮੋਹਨ ਸਿੰਘ ਵਰਗਾ ਬੰਦਾ ਜਿਹੜਾ ਇੱਕ ਫਾਲਤੂ ਲਫ਼ਜ਼ ਨਹੀਂ ਬੋਲ ਰਿਹਾ ਉਹ ਪ੍ਰਧਾਨ ਮੰਤਰੀ ਦਾ ਤਾਜ ਪਹਿਨ ਲੈਂਦਾ ਔਰ ਦੂਜੇ ਬੰਨੇ ਤੁਸੀਂ ਵਾਜਪਾਈ ਦੇ ਬੜਾ ਨੇੜੇ ਰਹੇ ਬਾਦਲ ਨੂੰ ਵਾਜਪਾਈ ਦੇ ਨੇੜੇ ਰਹਿ ਗਏ ਇਹ ਚੀਜ਼ਾਂ ਮੈਨੂੰ ਜ਼ਰੂਰ ਦੱਸੋ ਦੇਖੋ ਮੈਂ ਪੋਲਿਟਿਕਸ ਗਿਆ ਨਹੀਂ ਤੁਸੀਂ ਗੱਲ ਨੋਟ ਨਹੀਂ ਮੈਂ 57 'ਚ ਲੈ ਕੇ 93 ਤੱਕ ਮੈਂ ਨੌਕਰੀ ਮੈਂ ਗਵਰਨਮੈਂਟ ਇੰਪਲਾਈ ਰਿਟਾਇਰ ਹੁੰਦਾ 93 'ਚ ਅੱਛਾ ਠੀਕ ਹੈ 95 'ਚ ਗਿਆਨੀ ਮਰ ਜਾਂਦਾ ਤੇ ਮੈਂ ਪੋਲਿਟਿਕਸ 'ਚ ਆਇਆ ਹੀ ਨਹੀਂ ਮੈਂ ਜੋ ਫਿਰ ਵਾਜਪਾਈ ਮੈਨੂੰ ਬਣਾਉਂਦਾ 2000 'ਚ ਕਮਿਸ਼ਨ ਚੇਅਰਮੈਨ ਫਿਰ ਮੈਂ MP ਬਣਦਾ ਰਹਿਣਾ 'ਚ 2004 'ਚ ਪੋਲਿਟਿਕਸ ਮੇਰਾ ਫਿਰ ਵੀ ਮੈਂ ਪਾਰਟੀ ਨਹੀਂ ਆਇਆ ਵਾਜਪਾਈ ਦੇ ਨੇੜੇ ਕਿੱਦਾਂ ਗਏ ਕਿਉਂਕਿ ਕੀ ਬਾਤ ਵਾਜਪਾਈ ਨਾਲ ਤੁਹਾਡੀਆਂ ਸ਼ਾਮਾਂ ਵੀ ਸੀ ਮੈਂ ਕਿਹਾ ਜੀ ਪੁੱਛੋ ਨਾ ਜੋ ਮੈਨੂੰ ਮਾਣ ਸਤਿਕਾਰ ਮਿਲਿਆ ਇਹ ਦੋ ਪੋਸਟਾਂ ਹੀ ਵਾਜਪਾਈ ਦੇ ਗਿਆ ਮੇਰਾ ਜਿਹੜਾ ਕੈਰੀਅਰ ਹੈ ਇਹਦੇ 'ਚ ਮੈਨੂੰ ਜਿਹੜੀ ਚੜ੍ਹਤ ਹੈ ਉਹ ਵਾਜਪਾਈ ਹੈ ਕਿਉਂ ਕਿਉਂ ਕੀ ਤੁਹਾਡਾ ਚੰਗਾ ਲੱਗਾ ਉਹ ਵੀ ਇਸ ਤਰ੍ਹਾਂ ਜਦੋਂ ਮੈਂ ਰਾਸ਼ਟਰਪਤੀ ਭਵਨ 'ਚ ਬੈਠ ਗਿਆ ਮੈਂ ਉਦੋਂ ਮੇਰੀ ਇੱਕ ਸਿਫਤ ਕੀ ਹੈ ਕਿ ਮੇਰੇ ਕੋਲ ਇੱਕ ਜਿਵੇਂ ਕਹਿੰਦੇ ਨਾ ਮਿਕਣਾ ਚੀਸਾ ਦੀ ਗੱਲ ਕਿ ਮੈਂ ਲੋਕਾਂ ਦੇ ਨੇੜੇ ਹੋ ਕੇ ਉਸ ਵਕਤ ਨੇੜੇ ਹੋ ਜਾਂਦਾ ਮੈਂ ਗਿਆਨੀ ਜੀ ਦੇ ਨਾਲ ਰਹਿ ਕੇ ਵਾਜਪਾਈ ਉਦੋਂ ਆਉਂਦੇ ਸੀ ਮਿਲਣ ਮੈਂ ਉੱਥੇ ਹਰ ਨੂੰ ਮਿਲਣਾ ਮਿਲ ਕੇ ਨਾਲ ਪ੍ਰਭਾਵ ਪਾਉਣਾ ਉਹਨਾਂ ਨੂੰ ਛੋੜਨ ਜਾਣਾ ਕਾਰ 'ਚ ਫਿਰ ਮੈਂ ਉਹਨਾਂ ਦੇ ਘਰ ਚਲਾ ਜਾਣਾ ਮੈਂ ਵਾਜਪਾਈ ਜਦੋਂ ਕੁਛ ਨਹੀਂ ਸੀ ਉਹਦੇ ਘਰ ਜਾ ਕੇ ਘੰਟਾ ਘੰਟਾ ਬੈਠ ਕੇ ਆਉਂਦਾ ਸੀ ਦੇਖੋ ਗਿਆਨੀ ਜੀ ਖਤਮ ਰਿਟਾਇਰ ਹੋਣ 87 ਵਾਜਪਾਈ ਦਾ ਕੋਈ 12 ਸਾਲ ਬਾਅਦ ਤੇ ਮੈਂ 10 ਸਾਲ ਉਹਦੇ ਘਰ ਜਾਂਦਾ ਰਿਹਾ ਮੈਂ ਵਾਜਪਾਈ ਨੂੰ ਛੱਡਿਆ ਹੀ ਨਹੀਂ ਜਦ ਦਾ ਵਾਕਫ ਹੋਇਆ ਅਡਵਾਨੀ ਨਹੀਂ ਛੱਡਿਆ ਅਡਵਾਨੀ ਦੇ ਘਰ ਵਾਜਪਾਈ ਦੇ ਘਰ ਮੈਂ ਜਾਂਦਾ ਹੀ ਸੀ ਕਿੱਦਾਂ ਦਾ ਬੰਦਾ ਸੀ ਕਿਆ ਵਾਜਪਾਈ ਵਰਗਾ ਤਾਂ ਇਨਸਾਨ ਜ਼ਿੰਦਗੀ 'ਚ ਇੰਡੀਆ ਨੂੰ ਮੁੜ ਕੇ ਲੱਗਦਾ ਸਲੋ ਸੀ ਸਲੋ ਕੋਈ ਸਲੋ ਨਹੀਂ ਜਿੰਨਾ ਰਿਐਕਟ ਉਹ ਕਰਦਾ ਜਿੰਨਾ ਸ਼ਾਰਪ ਉਹ ਸੀ ਕੋਈ ਹੋ ਹੀ ਨਹੀਂ ਸਕਦਾ ਲੇਕਿਨ ਉਹ ਅਗਰੈਸਿਵ ਨਹੀਂ ਸੀ ਉਹੀ ਗੱਲ ਦੁਸ਼ਮਣੀ ਨਹੀਂ ਸੀ ਜਿਹੜਾ ਨਰਸਿਮਹਾ ਰਾਓ ਨੂੰ ਹੀ ਕਾਂਗਰਸੀ ਨੂੰ ਹੀ ਮਦਦ ਕਰਨ ਲਈ ਆਲ ਆਊਟ ਜਾ ਸਕਦਾ ਕੋਈ ਹੋਰ ਜਾ ਸਕਦਾ ਉਹ ਵਿਅਕਤੀ ਆਰਐਸਐਸ ਵਰਗੀ ਬੀਜੇਪੀ ਦੀ ਕੱਟੜਤਾ ਵਾਲੀ ਸੋਚ ਉਹਨਾਂ ਦਿਨਾਂ 'ਚ ਹੋਰ ਜ਼ਿਆਦਾ ਹੁੰਦੀ ਸੀ ਉਹਦੇ ਵਿੱਚ ਇਹਨਾਂ ਸੌਫਟ ਕਿਵੇਂ ਰਹਿ ਗਿਆ ਤੇ ਪ੍ਰਵਾਨਿਤ ਕਿਵੇਂ ਹੋ ਗਿਆ ਪ੍ਰਵਾਨਿਤ ਹੋਇਆ ਕਿ ਵਾਜਪਾਈ ਜਿਵੇਂ ਇਮਰਜ ਹੋਇਆ ਰਾਜ ਪਾ ਕੇ 'ਚ ਹੋਰ ਕੁਛ ਚਾਹੀਸ ਹੀ ਨਹੀਂ ਸੀ ਕੋਈ ਹਿੰਦੂ ਲੀਡਰ ਇਸ ਤਰ੍ਹਾਂ ਉੱਪਰ ਨਹੀਂ ਉੱਠ ਸਕਿਆ ਜੋ ਵਾਜਪਾਈ ਉੱਠਿਆ ਆਰਐਸਐਸ ਜੇ ਇਹਨੂੰ ਕਰਦੀ ਤਾਂ ਖਤਮ ਹੋ ਗਈ ਸੀ ਦੇਖੋ ਅਡਵਾਨੀ ਆਇਆ ਅਡਵਾਨੀ ਆਲ ਪਾਪੂਲਰ ਨਹੀਂ ਹੋਇਆ ਨਹੀਂ ਮੈਨੂੰ ਇਹ ਵੀ ਜ਼ਰੂਰ ਦੱਸੋ ਕਿ ਜਿੱਦਾਂ ਬਾਦਲ ਟੋੜੇ ਦੀ ਜੋੜੀ ਸੀ ਇਸੇ ਤਰ੍ਹਾਂ ਅਡਵਾਨੀ ਤੇ ਵਾਜਪਾਈ ਦੀ ਅਡਵਾਨੀ ਨੇ ਕਦੇ ਐਫਰਟਸ ਨਹੀਂ ਲਾਏ ਕਿ ਮੈਂ ਇਸ ਬੰਦੇ ਨੂੰ ਪਾਸੇ ਕਰ ਦਿਆਂ ਬਿਲਕੁਲ ਸਾਰਾ ਜ਼ੋਰ ਲਾਇਆ ਝਗੜਾ ਹੋਇਆ 2 ਵਾਰੀ ਨਹੀਂ ਬਣੀ ਮੈਨੂੰ ਸਾਰਾ ਪਤਾ ਮੈਨੂੰ ਵਾਜਪਾਈ ਵੀ ਦਫਾ ਗਿਆ ਵੀ ਅਡਵਾਨੀ ਨੇ ਇਹ ਕਰ ਰਿਹਾ ਅਡਵਾਨੀ ਇਹ ਕਰ ਰਿਹਾ ਇਸ ਗੱਲਾਂ ਨੂੰ ਕਹਿਣੀ ਨਹੀਂ ਚਾਹੁੰਦੇ ਬਈ ਅਖੀਰਲੇ ਆ ਕੇ ਪਿਛਲੇ 5-4 ਸਾਲ ਜਦੋਂ ਇਹਨੂੰ ਡਿਪਟੀ ਇਹਨੂੰ ਬਣਾਤਾ PM ਤੇ ਇਹ ਆਮ ਚਰਚਾ ਸੀ ਇਹਨੂੰ PM ਬਣਾਓ ਤੇ ਫਿਰ ਵਾਜਪਾਈ ਨੇ ਇਹਨੂੰ ਫਿਰ PM ਇਲੈਕਸ਼ਨ ਲੜਾਈ ਵੀ ਤੇ ਹੁੰਦੇ ਆ ਵਾਜਪਾਈ ਨੇ ਯਾਦ ਹੈ ਬਿਲਕੁਲ ਫਿਰ ਹਾਰੇ ਹਾਂ ਤੇ ਇਹਨੂੰ ਖੜਾ ਕਰਾਇਆ ਫਿਰ ਵਾਜਪਾਈ ਨੇ ਕਿਹਾ ਠੀਕ ਹੈ ਕਰ ਲਓ ਮਤਲਬ ਇੱਕ ਇਲਜ਼ਾਮ ਤੁਹਾਡੇ ਤੇ ਇਹ ਵੀ ਹੈਗਾ ਕਿ ਬਾਦਲ ਜਿਨ੍ਹਾਂ ਦੀ ਪੋਲਿਟਿਕਸ ਮਤਲਬ ਉਹ ਅਕਾਲੀ ਚੰਗੇ ਭਲੇ ਤੁਰੇ ਫਿਰਦੇ ਤੁਸੀਂ ਬੀਜੇਪੀ ਨਾਲ ਸਾਂਝ ਪਵਾ ਕੇ ਰਗੜਤੇ ਉਹ ਸਿੱਖਾਂ ਦੇ ਵਿੱਚ ਉਹਨਾਂ ਦੀ ਜੇ ਉਦੋਂ ਨਾ ਹੋ ਗਏ ਹੁੰਦੇ ਤੇ ਹੁਣ ਤੱਕ ਰਾਜ ਬਾਗ ਚੋਂ ਬਾਹਰ ਹੀ ਰਹਿੰਦੇ ਅੱਛਾ ਇਹ ਕੌਣ ਆਉਂਦਾ ਇਹ ਖਤਮ ਹੋ ਜਾਂਦੇ ਇਹ ਗੱਠਜੋੜ ਨਾਲ ਹੀ ਆਏ ਬਸ ਜੇ ਗੱਠਜੋੜ ਨਾ ਹੁੰਦਾ ਅਕਾਲੀ ਆ ਮੈਜੋਰਿਟੀ ਕਦੇ ਲਾਈਫ ਹੀ ਨਹੀਂ ਆ ਸਕਦੇ ਉਹ ਤਾਂ ਇੱਕ ਪਹਿਲੂ ਆ ਨਾ ਕਿ ਜਿੰਨਾ ਚਿਰ ਇਹ ਇਹਨਾਂ ਨੂੰ ਹਿੰਦੂ ਤੇ ਸ਼ਹਿਰੀ ਵੋਟ ਨਹੀਂ ਮਿਲਦੀ ਸੀ ਉਹਨਾਂ ਚਿਰ ਸੱਤਾ ਔਖੀ ਸੀ ਪਰ ਇਹ ਵੀ ਤੇ ਸਵਾਲ ਸੀ ਨਾ ਕਿ ਜਿਹੜੀ ਸਿੱਖਾਂ ਦੀ ਵੋਟ ਸੀ ਉਹ ਹੌਲੀ ਹੌਲੀ ਦੂਰ ਹੁੰਦੀ ਗਈ ਦੇਖੋ ਇਹ ਤੇ ਤਨਕਰ ਸਿੰਘ ਗਲਫਹਿਮੀ ਹੈ ਪੰਜਾਬੀ ਸੂਬਾ ਵੇਖੋ ਕੋਈ ਇਤਿਹਾਸ ਪੜ੍ਹਦਾ ਨਹੀਂ ਨਾ 66 'ਚ ਪੰਜਾਬੀ ਸੂਬਾ ਬਣ ਗਿਆ ਪਹਿਲੀ ਇਲੈਕਸ਼ਨ ਹੁੰਦੀ ਹੈ 67 ਪਹਿਲਾ GM CM ਕਾਂਗਰਸੀ ਹੈ ਕੌਣ ਮੁਸਾਫਰ ਜੀ ਗੁਰਮੁਖ ਸਿੰਘ ਮੁਸਾਫਰ
ਪਹਿਲੀ ਇਲੈਕਸ਼ਨ 'ਚ ਅਕਾਲੀ ਹਾਰਦੇ ਆ, ਛੁੱਟਦੇ ਤਾਂ ਤੁਸੀਂ ਹੈ ਹੀ ਨਹੀਂ ਵੀ ਗੁਰਨਾਮ ਸਿੰਘ ਲੀਡਰ ਇਲੈਕਟ ਹੁੰਦਾ, ਮੁਕਾਬਲੇ ਰਾੜੇ ਵਾਲਾ ਇਲੈਕਟ ਹੁੰਦਾ ਕਾਂਗਰਸ ਲੀਡਰ, ਤੇ ਮੈਜੋਰਟੀ ਉਹਦੇ ਕੋਲ ਹੈ। ਤੇ ਅਕਾਲੀਆਂ ਨੇ ਕੀ ਕੀਤਾ ਫਿਰ, ਜਨ ਸੰਘ ਨੂੰ ਕਿਹਾ ਸਾਨੂੰ ਵੋਟਾਂ ਪਾਓ, ਕੋਲੀਸ਼ਨ ਬਣਾਓ। ਪੰਜਾਬੀ ਸੂਬਾ ਬਣਾ ਕੇ ਜੇ ਅਕਾਲੀ ਜਿੱਤ ਨਹੀਂ ਸਕੇ ਤੇ ਇਹ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਗੁਰਨਾਮ ਸਿੰਘ ਨੇ ਯੂਨਾਈਟਿਡ ਫਰੰਟ ਗੌਰਮੈਂਟ ਬਣੀ, ਅਕਾਲੀ ਗੌਰਮੈਂਟ ਨਹੀਂ ਬਣੀ, ਯੂਨਾਈਟਿਡ ਗੌਰਮੈਂਟ ਬਣੀ ਜਿਹਦੇ 'ਚ ਕਿ ਸਾਰੇ ਵਿੱਚ ਸਪੈਰੋ ਵੀ ਵਜ਼ੀਰ ਬਣ ਗਿਆ, ਟੰਡਨ ਵੀ ਬਣ ਗਿਆ, ਉਹ ਜੋ ਬਲਦੇਵ ਪ੍ਰਕਾਸ਼ ਵੀ ਬਣ ਗਿਆ, ਤੇ ਜਿਹੜੇ ਕੱਟੜ ਐਂਟੀ ਪੰਜਾਬੀ ਸੂਬਾ ਦੋਨੋਂ ਉਹ ਵਜ਼ੀਰ ਨਾਲ ਬੈਠੇ। ਤੇ ਫਿਰ ਇਹ ਕਿਉਂ ਬਣੇ, ਅਕਾਲੀਆਂ ਨੇ ਕਿਉਂ ਮੰਨਿਆ? ਕਿਉਂਕਿ ਉਸ ਵੋਟ ਤੋਂ ਬਿਨਾਂ ਸਰਦਾ ਬਸ ਇਟ ਮੀਨ। ਉਸ ਤੋਂ ਬਾਅਦ ਫਿਰ ਕੀ ਹੋਇਆ, ਲਕਸ਼ਮਣ ਸਿੰਘ ਆ ਗਿਆ ਕਾਂਗਰਸ ਨੇ ਲਿਆਂਦਾ ਤੋੜ ਕੇ, ਫਿਰ ਲਕਸ਼ਮਣ ਬਾਅਦ ਫਿਰ ਦੁਬਾਰਾ ਗੁਰਨਾਮ ਸਿੰਘ ਬਣਿਆ, ਫਿਰ ਕੋਲੀਸ਼ਨ ਬਣੀ, ਫਿਰ ਬਾਦਲ ਬਣਿਆ 70 'ਚ, ਤੇ ਬਾਦਲ ਨੇ ਵੀ ਕੋਲੀਸ਼ਨ ਬਣਾਈ ਜਨ ਸੰਘ ਨਾਲ, ਫਿਰ ਗੁਰਨਾਮ ਅਕਾਲੀ 72 'ਚੋਂ ਆ ਗਿਆ, ਫਿਰ 77 'ਚ ਆਏ ਬਾਦਲ, 70 'ਚ ਫਿਰ ਅਪੋਜੀਸ਼ਨ ਨਾਲ ਆਈ, ਠੀਕ ਹੈ ਨਾ। ਫਿਰ ਇਹ ਜਦੋਂ ਬਾਦਲ ਦੀ ਬੀਜੇਪੀ ਜੀ ਟੁੱਟੀ ਹੈ, ਉਹ ਬਲੂ ਸਟਾਰ ਆਪਰੇਸ਼ਨ ਟੁੱਟ ਗਏ। ਬਿਲਕੁਲ ਦੇਖੋ ਨਾ, 80 ਤੋਂ ਬਾਅਦ ਸੋਚੋ ਨਾ, ਮੈਂ ਕਿੱਥੇ ਮਿਲਾਇਆ, ਮੈਂ ਇਹੀ ਤਾਂ ਕਹਿਣ ਲੱਗਾ ਬਈ ਇਹ ਤੇ ਫਿਰ ਗੁਰਨਾਮ ਉਹ ਆ ਗਿਆ, ਬੇਅੰਤ ਸਿੰਘ ਆ ਗਿਆ, ਖਤਮ ਹੋ ਗਏ। ਇਹ ਤਾਂ ਜਦੋਂ ਬੇਅੰਤ ਸਿੰਘ ਨੂੰ ਹਟਾਉਣ ਤੋਂ ਬਾਅਦ ਬਾਦਲ ਸਾਹਿਬ ਇਲੈਕਟ ਹੋਏ, ਮੈਂ ਉਦੋਂ ਸੁਲਾਹ ਕਰਾਈ ਹੈ। ਅੱਛਾ, ਸਮਝੋ ਨਾ ਬਈ ਇਹ ਬਾਦਲ ਬਈ 98-7 'ਚ ਬਣਿਆ ਨਾ ਇਹ, ਤੇ ਉਦੋਂ ਸੁਲਾਹ ਹੋਈ। ਉਸ ਤੋਂ ਪਹਿਲਾਂ ਇਹ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਟੁੱਟ ਗਈ ਸੀਗੀ, ਕੰਪਲੀਟ ਰਹੇ। ਹਾਂ, ਲੇਕਿਨ ਇਹ ਉਦੋਂ ਉਦੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਕਿਸੇ ਹੋਰ ਜਗ੍ਹਾ ਸਮਝੌਤੇ ਲਈ ਗਏ। ਹਾਂ, ਉਹ ਮੈਂ ਉਹੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦੇਵ ਗੌੜਾ ਦੀ ਸਰਕਾਰ ਬਣੀ ਹੈ ਪਹਿਲੀ, ਜਿਹਨੂੰ ਕਾਂਗਰਸ ਸਪੋਰਟ ਕਰ ਰਹੀ ਸੀ। ਦੇਖੋ ਨਾ, ਪਹਿਲਾਂ ਬਾਦਲ ਸਾਹਿਬ ਨੇ ਗੁਜਰਾਲ ਨੂੰ ਵੀ ਸਪੋਰਟ ਨਹੀਂ ਦਿੱਤੀ, ਵੱਖਰੇ ਬੈਠੇ ਨੇ ਨਾ ਅਕਾਲੀ। ਬਿਲਕੁਲ। ਉਸ ਤੋਂ ਬਾਅਦ ਜਦੋਂ ਇਲੈਕਸ਼ਨ ਨਵੀਂ ਆ ਗਈ, ਉਹਦੇ 'ਚ ਦੇਵ ਗੌੜਾ ਬਣਿਆ ਪ੍ਰਾਈਮ ਮਿਨਿਸਟਰ, ਤੇ ਉਦੋਂ ਫਿਰ ਇਹ ਟੌੜਾ ਸਾਹਿਬ, ਬਰਨਾਲਾ ਤੇ ਚੰਦੂ ਮਾਜਰਾ ਇਹ ਸੁਲਾਹ ਕਰ ਆਏ, ਮੈਂ ਅਸੀਂ ਤੁਹਾਡੇ ਨਾਲ ਹਾਂ ਤੇ ਸਾਡਾ ਵਜ਼ੀਰ 2 ਲੈ ਲਓ। ਉਦੋਂ ਕੇਸਰੀ ਸੀ ਆਲ ਇਨ ਆਲ ਕਾਂਗਰਸ ਪ੍ਰਧਾਨ, ਬਾਹਰੋਂ ਸਪੋਰਟ ਕਰ ਰਹੇ ਸੀ ਤੇ ਮੈਂ ਬਾਦਲ ਸਾਹਿਬ ਚਲਾ ਗਿਆ ਉੱਥੇ ਪੰਜਾਬ ਭਵਨ, ਇਹ ਕਮਰੇ 'ਚ ਬੈਠੇ। ਮੈਂ ਕਿਹਾ ਜੀ ਮੈਂ ਚੁਣਾਓ ਜੀ ਕੀ ਹੋਇਆ, ਜਿਵੇਂ ਕਹਿੰਦੇ ਕੌਮ ਦੇ ਦਿਮਾਗ ਉਹ ਮੈਂ ਕਿਹਾ ਜੀ ਦਿਮਾਗ ਕੀ ਗਏ, ਉੱਥੇ ਤਾਂ ਸੁਲਾਹ ਹੋ ਗਈ ਹੈ। ਕਹਿੰਦੇ ਕਿੱਥੇ? ਮੈਂ ਕਿਹਾ ਤੁਹਾਨੂੰ ਪਤਾ, ਤੁਹਾਨੂੰ ਪੁੱਛ ਕੇ ਗਏ, ਉੱਥੇ ਦੇਵ ਗੌੜਾ ਬਣ ਰਿਹਾ ਪ੍ਰਾਈਮ ਮਿਨਿਸਟਰ ਤੇ ਤੁਹਾਡੀ ਪਾਰਟੀ ਮਨਜੀਰ ਬਣ ਰਹੀ ਹੈ, ਸੁਲਾਹ ਹੋ ਗਈ ਕਾਂਗਰਸ ਨਾਲ? ਮੈਂ ਕਿਹਾ ਕਾਂਗਰਸ ਨਾਮੀਨੇਟਡ ਗੌਰਮੈਂਟ ਹੈ ਨਾ। ਹਾਂ ਹਾਂ, ਸਪੋਰਟ ਕਰ ਰਹੇ। ਹਾਂ, ਤੇ ਮੈਂ ਕਿਹਾ ਤੁਸੀਂ ਕਦੇ ਨਹੀਂ, ਮੈਂ ਤਾਂ ਨਹੀਂ ਕੀਤੀ। ਮੈਂ ਕਿਹਾ ਫੈਸਲਾ ਕਰੋ ਫਿਰ ਕਿਹਦੇ ਨਾਲ ਜਾਣਾ ਹੈ, ਹੁਣ ਤਾਂ ਚੋਇਸ ਹੈ, ਜਾਂ ਉੱਧਰ ਬੀਜੇਪੀ ਹੈ ਤੇ ਜਾਂ ਇੱਧਰ ਦੇਵ ਗੌੜਾ, ਤੁਸੀਂ ਕੀ ਚਾਹੁੰਦੇ ਹੋ? ਕਹਿੰਦੇ ਤੁਸੀਂ ਦੱਸੋ। ਮੈਂ ਕਿਹਾ ਮੇਰੀ ਰਾਏ 'ਤੇ ਕੌਣ ਮੌਕਾ, ਵਾਜਪਾਈ ਨੂੰ ਆਪਾਂ ਸਾਥ ਦਈਏ ਤੇ ਪਰਮਾਨੈਂਟ ਉਹਦੇ ਨਾਲ ਬਹਿ ਜਾਈਏ, ਰਾਜ ਕਰਾਂਗੇ। ਕਹਿੰਦੇ ਫਿਰ ਕੀ ਕਰੀਏ ਦੱਸੋ। ਮੈਂ ਕਿਹਾ ਚਲੋ ਉੱਠੋ ਮੇਰੇ ਨਾਲ, ਅਸੀਂ ਦੋਨੋਂ ਕਾਰਜ ਬਹਿ ਕੇ ਵਾਜਪਾਈ ਦੀ ਕੋਠੀ ਚਲੇ ਗਏ। ਇੱਥੇ ਰਹਿੰਦਾ ਸੀ ਚੈਂਸਲਰ ਕਲੱਬ ਦੇ ਕੋਲ, ਉਹ ਹੈਰਾਨ ਹੋ ਗਿਆ। ਸਰੋਜਨ ਸਿੰਘ ਕਿਹਾ ਵਾ, ਮੈਂ ਕਿਹਾ ਬਾਦਲ ਸਾਹਿਬ ਆਏ ਹਾਂ ਉੱਥੇ। ਬਾਦਲ ਸਾਹਿਬ ਕਹਿੰਦੇ ਦੱਸੋ ਜੀ, ਹਮ ਤੋ ਤਿਆਰ ਹੈ, ਆਪ ਕੇ ਸਾਥ ਸੁਲਾਵੇ। ਕਹਿੰਦਾ ਜੀ ਕਿਆ ਬਾਤ ਹੈ, ਉਦੋਂ ਕੋਈ ਵੀ ਨਹੀਂ ਨਾਲ ਹੈਗਾ ਉਹਨਾਂ ਦੇ। ਉਹ ਕਹਿੰਦਾ ਜੀ ਬੜੀ ਬੜੀ ਬਹੁਤ ਬੜੀ ਬਾਤ ਹੈ, ਮੈਂ ਤਾਂ ਵੈਸੇ ਹੀ ਆਪਕੇ ਸਾਥ ਹੂੰ। ਤੇ ਲਓ ਜੀ ਠੀਕ ਹੈ, ਕਹਿੰਦੇ ਤੇ ਵਾਪਸ ਕਮਰੇ 'ਚ ਆ ਗਏ। ਉੱਥੇ ਫਿਰ ਆਏ ਟੋੜੇ ਹੋਰੀ ਸਾਰੇ, ਇਹਨਾਂ ਨੇ ਬਾਦਲ ਸਾਹਿਬ ਕਿਹਾ ਵੀ ਮੈਂ ਵਾਜਪਾਈ ਨੂੰ ਮਿਲਾਂ। ਉਹ ਕਹਿੰਦੇ ਨਹੀਂ ਨਹੀਂ, ਤੁਸੀਂ ਸਾਨੂੰ ਪੁੱਛਿਆ ਹੀ ਨਹੀਂ, ਬੜੇ ਲੜ ਪਏ ਆਪਸ 'ਚ। ਇਹ ਬਾਦਲ ਸਾਹਿਬ ਕਹਿੰਦੇ ਤੁਸੀਂ ਮੈਨੂੰ ਪੁੱਛਿਆ, ਤੁਸੀਂ ਚਲੇ ਗਏ ਜਾ ਕੇ ਸਿੱਧਾ ਕਰੇ, ਚੰਦੂ ਮਾਜਰਾ ਜੀ ਬੜਾ ਆਕੜ ਰਹੇ ਬਰਨਾਮਾ। ਬਸ ਇਹਨਾਂ ਦੀ ਆਪਸ 'ਚ ਚੁੱਪ ਹੋ ਗਈ। ਬਾਦਲ ਸਾਹਿਬ ਕਹਿੰਦੇ ਨਹੀਂ, ਮੇਰਾ ਫੈਸਲਾ। ਉਦੋਂ ਬਹੁਤੇ ਬੰਦੇ ਬਾਦਲ ਸਾਹਿਬ ਨਾਲ ਸੀ। ਬਾਦਲ ਲੀਡਰ ਸੀ ਨਹੀਂ, ਮਤਲਬ ਟੋੜੇ ਦੇ ਵਿੱਚ ਚੁੱਪ ਹੋ ਗਏ ਨਾ ਬਾਦਲ ਦੀ ਆਰਗੂਮੈਂਟ ਦੇ। ਟੋੜੇ ਮਨ ਟੋੜਾ ਮੰਨ ਗਿਆ, ਫਿਰ ਮੰਨ ਗਿਆ। ਤੇ ਫਿਰ ਮੈਂ ਰਾਤੀ ਡਿਨਰ ਕਰਾਤਾ ਬਾਦਲ ਦਾ ਵਾਜਪਾਈ ਨਾਲ। ਅੱਛਾ, ਰਾਤੀ ਵਾਜਪਾਈ ਨੇ ਬਾਦਲ ਦੀ ਵਹੁਟੀ ਸੁਖਬੀਰ ਤੇ ਮੈਂ ਚਾਰ ਉਹਦੇ ਘਰ ਰੋਟੀ ਖਾਣ ਚਲੇ ਗਏ। ਅੱਛਾ, ਉੱਥੇ ਰੋਟੀ ਖਵਾਈ, ਰਾਤੀ ਬਿਠਾਇਆ ਮੈਂ। ਉੱਥੇ ਫੈਸਲਾ ਆਇਆ ਕਿੰਨੇ ਵਜ਼ੀਰ ਹੋਣੇ? ਨਹੀਂ ਨਹੀਂ, ਉਹਨਾਂ ਕਿਹਾ ਪੱਕਾ ਹੋ ਗਿਆ, ਬਸ ਗੱਲ ਮੁੱਕੀ। ਨਹੀਂ ਉਦੋਂ ਫਿਰ ਨਹੀਂ, ਉਦੋਂ ਤਾਂ ਫਿਰ ਨਹੀਂ ਨਾ ਬਣਿਆ ਵਾਜਪਾਈ। ਵਾਜਪਾਈ ਹਟ ਗਿਆ 13 ਦਿਨ, ਵਾਜਪਾਈ ਹਟ ਗਿਆ 13 ਦਿਨ ਸੀ, 13 ਦਿਨ ਦੀ ਸਰਕਾਰ। ਅੱਛਾ, 13 ਦਿਨ 'ਚ ਉਹਨੇ ਸਿੱਖ ਵਜ਼ੀਰ ਬਣਾ ਲਿਆ ਸਰਤਾਜ। ਵਾਜਪਾਈ ਨੇ ਸ਼ੋਅ ਕਰਤਾ ਕਿ ਮੈਂ ਸਿੱਖ ਵਜ਼ੀਰ ਬਣਾ ਲਿਆ ਪਹਿਲੀ 'ਚ, ਪਰ ਉਹ 13 ਦਿਨ ਹਟ ਗਿਆ। ਫਿਰ ਦੇਵ ਗੌੜਾ ਬਣ ਗਿਆ, ਫਿਰ ਗੁਜਰਾਲ ਬਣ ਗਿਆ,
ਪਰ ਅਕਾਲੀ ਐਮ ਪੀ ਜਿਹੜੇ ਇਹਨਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ। ਸਮਝੌਤਾ ਕੀ ਹੋਇਆ ਸੀ ਜਦੋਂ ਵਾਜਪੇਈ ਨਾਲ ਸਮਝੌਤਾ ਹੋਇਆ ਉਹਦੇ ਵਿੱਚ ਕੋਈ ਨਿੱਜੀ ਮੰਗ ਵੀ ਰੱਖੀ ਗਈ ਕੋਈ ਆਪਣੇ ਪਰਿਵਾਰ ਚੋਂ ਵਜ਼ੀਰੀ ਦੀ? ਕੋਈ ਮੰਗ ਨਹੀਂ। ਅੱਛਾ ਬਿਲਕੁਲ ਕੋਈ ਮੰਗ। ਵਜ਼ੀਰ ਬਣਦੇ ਹਾਂ ਅਸੀਂ ਜਦੋਂ 98 ਚ ਦੁਬਾਰਾ ਵਾਜਪੇਈ ਇਲੈਕਟ ਹੁੰਦਾ 13 ਮਹੀਨੇ ਲਈ, ਜਦੋਂ ਸੁਖਬੀਰ ਨੂੰ ਬਣਾਇਆ ਜਾਂਦਾ 13 ਮਹੀਨੇ ਲਈ। ਬਾਦਲ ਸਾਹਿਬ ਬਿਮਾਰ ਹੋ ਜਾਂਦੇ ਆ। ਅੱਛਾ ਇਹ ਸੁਣੀ ਜਾਓ ਨਾ, ਬਾਦਲ ਸਾਹਿਬ ਨੂੰ ਕੈਂਸਰ ਹੋ ਗਿਆ, ਇਹ ਵਜ਼ੀਰ ਬਣਨ ਤੋਂ ਪਹਿਲਾਂ ਹੀ। ਬਾਦਲ ਸਾਹਿਬ ਨੂੰ ਕੈਂਸਰ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ? ਨਾ ਨਾ, ਬਾਦਲ ਸਾਹਿਬ ਨੂੰ ਕੈਂਸਰ ਹੋ ਗਿਆ ਸੀ। ਅੱਛਾ ਤੇ ਇਹਨਾਂ ਨੂੰ ਫਲਾਈ ਕੀਤਾ ਸਿੱਧਾ ਉੱਥੇ ਨਿਊਯਾਰਕ, ਰਮੇਸ਼ ਇੰਦਰ ਨਾਲ ਗਿਆ ਤੇ ਜਦੋਂ ਜਾਣਾ ਸੀ ਇਹ ਮੈਨੂੰ ਕਹਿੰਦੇ ਚੱਲ ਵਾਜਪੇਈ ਦੀ ਕੋਠੀ। ਅੱਛਾ ਵੇਖੋ, ਬਾਦਲ ਮੇਰੇ ਬਿਨਾਂ ਟੁਰਦਾ ਨਹੀਂ ਸੀ। ਜਿੰਨਾ ਚਿਰ ਮੈਂ ਹੀ ਰਿਹਾ, ਰਾਜਨਾਥ ਕੋਲ ਕਰਾਇਆ, ਸੁਖਬੀਰ, ਜਿੰਨੇ ਕੰਮ ਮੇਰੇ ਥਰੂ ਹੁੰਦੇ ਸੀ ਸਾਰੇ। ਹੁਣ ਪਤਾ ਸੀ ਕਿ ਪਿਥਲੋਚਨ ਹੀ ਹੈ ਜਿਹੜਾ, ਸਾਰੀ ਬੀਜੇਪੀ ਮੈਨੂੰ ਮੰਨਦੀ ਸੀ। ਫਿਰ ਮੈਂ ਅਸੀਂ ਗਏ ਬਾਦਲ ਦੀ ਸੁਖਬੀਰ ਦੀ ਕੋਠੀ ਨਾ, ਉਹਦੀ ਮੈਂ ਬਾਦਲ ਸਾਹਿਬ ਦੇ ਤਿੰਨੋਂ ਬਹਿ ਗਏ ਤੇ ਇਹਨਾਂ ਨੇ ਕਿਹਾ ਵੀ ਆਪ ਤੋਂ ਵਾਜਪੇਈ ਦੀ ਕੋਠੀ, ਵਾਜਪੇਈ ਦੀ। ਇਹ ਕਹਿੰਦੀ ਮੈਂ ਜਾ ਰਹਾ ਹੂੰ। ਕਹਿੰਦੇ ਨਹੀਂ ਬਾਦਲ ਸਾਹਿਬ, ਆਪ ਠੀਕ ਹੋ ਕੇ ਆਏਗੇ, ਜੋ ਮਰਜ਼ੀ ਕਰੋ, ਮੈਂ ਪ੍ਰਾਈਮ ਮਿਨਿਸਟਰ ਬਣ ਰਿਹਾ ਹੂੰ, ਆਪ ਜੋ ਕਹੋਗੇ ਹੋਗਾ, ਮੇਰਾ ਮੈਂ ਉੱਥੋਂ ਲੈਣੇ ਵਾਲਾ ਹੂੰ, ਆਪ ਜਾਓ। ਕਹਿੰਦੇ ਜੀ ਮੇਰੀ ਇੱਕ ਰਿਕੁਐਸਟ ਹੈ, ਹੁਣ ਦੱਸੋ ਮੈਂ। ਕਹਿੰਦੇ ਜੀ ਇੱਕ ਰਿਕੁਐਸਟ ਕਿ ਤਰਲੋਚਨ ਸਿੰਘ ਬੈਠਾ ਹੈ ਆਪਕਾ, ਇਹ ਆਪਕਾ ਹੀ ਹੈ, ਇਸਕੇ ਜ਼ੁੰਮੇ ਹੈ। ਕਹਿੰਦੇ ਕਿਆ, ਮੇਰੇ ਲੜਕੇ ਕੋ ਮਿਨਿਸਟਰ ਬਣਾ ਦੋ। ਅੱਛਾ ਮੈਂ ਜਾ ਰਹਾ ਹੂੰ, ਮੈਂ ਪਤਾ ਨਹੀਂ ਆਉਣਾ। ਉਹ ਕਹਿੰਦੇ ਫਿਰ ਕੀ, ਕਿਉਂ ਕਹਤੇ ਆਉਣਾ ਨਹੀਂ ਆਉਣਾ, ਬਸ ਇਸਕੋ ਲੜਕੇ ਮੇਰੇ ਕੋ। ਕਹਿੰਦੇ ਠੀਕ ਹੈ, ਕੋਈ ਬਾਤ ਨਹੀਂ, ਤਰਲੋਚਨ ਸਿੰਘ ਬੈਠਾ ਹੈ, ਯੇ ਤੋ ਇਸੇ ਬੜਾ ਆਪਕਾ ਦੋਸਤ ਕੌਣ ਹੈ, ਔਰ ਯੇ ਮੇਰਾ ਦੋਸਤ ਹੈ, ਔਰ ਯੇ ਬੈਠਾ ਹੈ। ਬਸ ਬਾਦਲ ਸਾਹਿਬ ਚਲੇ ਗਏ, ਉੱਥੇ ਜਾ ਕੇ ਮੇਨ ਟੈਲੀਫੋਨ ਰਮੇਸ਼ ਇੰਦਰ ਪੁੱਛੋ, ਕਿ ਰਮੇਸ਼ ਇੰਦਰ ਨੂੰ ਲਓ ਜੀ ਸ਼ਾਮੀ ਉਹ ਥੋਣ ਲੱਗਾ ਸੀ। ਮੈਂ ਗਿਆ ਵਾਜਪੇਈ ਦੀ ਕੋਠੀ, ਬੜਾ ਇਤਿਹਾਸ ਹੈ, ਅਡਵਾਨੀ ਵਾਜਪੇਈ ਉਹ ਜਿਹੜਾ ਉਹ ਜਸਵੰਤ ਸਿੰਘ ਤਿੰਨ ਤੇ ਇੱਕ ਮਿਸ਼ਰਾ ਜਿਹੜਾ ਪ੍ਰਿੰਸੀਪਲ ਸੈਕਟਰੀ, ਇਹ ਚਾਰੋਂ ਬੈਠੇ। ਮੈਂ ਕਿਹਾ ਜੀ ਮੁਬਾਰਕ ਹੋ ਪ੍ਰਾਈਮ ਮੰਤਰੀ, ਮੈਂ ਦੰਦ ਬੜ ਜਾਂਦਾ ਸੀ। ਉਹ ਕਹਿੰਦੇ ਸੁਭਾਅ ਹੋਣਾ ਹੈ, ਬੈਠੇ ਹਾਂ, ਇੱਕ ਮੈਂਬਰ ਹੀ ਕੰਮ ਹੋ ਗਿਆ, ਰਾਸ਼ਟਰਪਤੀ ਨੇ ਵਾਪਸ ਕਰ ਦਿੱਤਾ ਪੁੱਛ, ਕਹਤੇ ਇੱਕ ਮੈਂਬਰ ਔਰ ਲਿਆਓ ਤਾਂ ਮੈਜੋਰਟੀ ਹੁੰਦੀ ਹੈ। 13 ਦਿਨ ਦੀ ਸਰਕਾਰ? ਨਹੀਂ ਨਹੀਂ, ਜਿਹੜੀ 13 ਮਹੀਨੇ ਵਾਲੀ, 13 ਮਹੀਨੇ ਵਾਲੀ, ਹਾਂ 13 ਮਹੀਨੇ ਵਾਲੀ ਜੀ। ਕਹਤੇ ਉਹ ਚਾਹੀਏ। ਮੈਂ ਕਿਹਾ ਜੀ ਬਸ, ਮੈਂ ਕਿਹਾ ਇਤਨੇ ਬੜੇ ਆਪ ਬੈਠੇ ਹੋ ਇੱਕ ਵਿੱਚ, ਉਹ ਕਹਤੇ ਇੱਕ ਨਹੀਂ ਮਿਲ ਰਹਾ, ਤਾਂ ਆਪ ਸੁਣਤੇ ਨਹੀਂ ਹੋ, ਹਮ ਅੰਗਰੇਜ਼ੀ ਬੋਲੇ, ਚਿੜ ਗਏ। ਮੈਂ ਕਿਹਾ ਜੀ ਇੱਕ ਮੈਂਬਰ ਚਾਹੀਏ ਨਾ, ਕਿਤਨੀ ਦੇਰ ਮੈਂ, ਮੈਂ ਕਿਹਾ ਮੈਂ ਲਿਆਉ। ਅਡਵਾਨੀ ਕਹਿੰਦਾ, ਜਸਵੰਤ ਸਿੰਘ ਕਹਿੰਦਾ ਮਖੌਲ ਨਾ ਕਰੋ। ਮੈਂ ਕਿਹਾ ਜੀ ਫਿਰ ਆਪ ਅੱਧਾ ਘੰਟਾ ਚਾਹ ਪੀਓ, ਜੇ ਉੱਠਣਾ ਨਹੀਂ ਹੈ। ਮੈਂ ਉੱਥੋਂ ਸਿੱਧਾ ਬੂਟਾ ਸਿੰਘ ਨੇ ਕਰ ਗਿਆ, ਉਦੋਂ ਬੂਟਾ ਸਿੰਘ ਐਮ ਪੀ ਇੰਡੀਪੈਂਡੈਂਟ ਆਇਆ ਸੀ ਰਾਜਸਥਾਨ, ਰਾਜਸਥਾਨ ਮੈਂ ਉਹਦੇ ਕਰ ਗਿਆ। ਆਓ ਜੀ ਆਓ, ਮੇਰਾ ਮੈਂ ਕਿਹਾ ਚਲੋ, ਮੈਂ ਕਿਹਾ ਉੱਠੋ ਚਲੋ ਚਾਹ ਪੀਣੀ ਹੈ। ਕਹਿੰਦਾ ਕਿੱਥੇ ਹੋ? ਮੈਂ ਕਿਹਾ ਬੈਠੋ ਮੇਰੀ ਗੱਡੀ। ਮੈਂ ਉਹਨੂੰ ਬਿਨਾਂ ਦੱਸੇ ਆਪਣੀ ਕਾਰ 'ਚ ਬਿਠਾ ਲਿਆ। ਅੱਛਾ ਹਾਂ। ਕਹਿੰਦਾ ਕਿੱਥੇ ਜਾ ਰਿਹਾ? ਮੈਂ ਕਿਹਾ ਤੈਨੂੰ ਵਜ਼ੀਰ ਬਣਾਉਣਾ। ਉਹ ਕਹਿੰਦਾ ਮੈਂ ਕਿਵੇਂ ਬਣ ਸਕਦਾ? ਉਹ ਮੈਂ ਕਿਹਾ ਉਸ ਲੈਣੀ ਹੈ ਕਿ ਨਹੀਂ ਲੈਣੀ ਸਰ ਜੀ, ਬਹੁਤ ਚਿਰ ਹੋ ਗਿਆ ਹੁਣ ਬਾਹਰ ਬੈਠੇ ਨੂੰ, ਵਜ਼ੀਰ ਬਣੋ। ਉਹ ਕਹਿੰਦਾ ਕਿੱਥੇ? ਮੈਂ ਕਿਹਾ ਇੰਡੀਪੈਂਡੈਂਟ ਹੋ ਨਾ। ਕਹਿੰਦਾ ਮੈਂ ਚਲੋ ਮੈਂ ਤੁਹਾਡਾ ਉਹ ਚਿੱਠੀ ਦਵਾਉਣੀ ਹੈ ਰਾਸ਼ਟਰਪਤੀ ਭਵਨ। ਉਹ ਕਹਿੰਦਾ ਉਹ ਕਿਵੇਂ ਦੇ ਦੇਗਾ? ਉਹ ਮੈਂ ਕਿਹਾ ਜੀ ਜਿਹੜਾ ਪੁਰਾਣੀ ਮਾਹੌਲ ਕਰਦਾ ਕਰਦਾ ਮੈਂ ਸਿੱਧਾ ਵਾਜਪੇਈ ਦੀ ਕੋਠੀ ਹੈ। ਕਹਿੰਦੇ ਕਿੱਥੇ ਲਿਆ? ਮੈਂ ਕਿਹਾ ਬਸ ਇੱਥੇ ਸਾਈਨ ਕਰ ਦੇ, ਕਿਤੇ ਤੇਰੀ ਵੋਟ ਹੈ। ਮਤਲਬ ਇੱਕ ਬੰਦਾ ਘੱਟ, ਇੱਕ ਚ ਘੱਟ ਸੀ, ਤਾਂ ਉਹ ਬੂਟਾ ਸੀ ਵੋਟ ਨਾਲ ਪੂਰਾ ਹਾਸੇ ਠੱਠੇ ਚ ਗੱਲ ਤੁਰੀ, ਤੁਸੀਂ ਸਰਕਾਰ ਪੂਰੀ ਕਰਤੀ। ਮੈਂ ਉਹਨੂੰ ਲੈ ਗਿਆ, ਉਹ ਚਾਰੋਂ ਖੜੇ ਹੋ ਗਏ ਜੀ ਜੰਪ ਕਰਕੇ। ਅੱਛਾ ਓਏ 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 ਬੂਟਾ ਸੀ, ਉਹਨਾਂ ਵਾਸਤੇ ਤਾਂ ਖੁਦਾ ਹੋ ਗਿਆ, ਬੂਟਾ ਸਿੰਘ ਹੋਮ ਮਿਨਿਸਟਰ ਸੀ। ਲਓ ਜੀ ਮੈਂ ਕਿਹਾ ਜੀ ਰਜਿਸਟਰ ਲਿਆਓ, ਜਾਂ ਸਾਈਨ ਕਮੀ ਹੈ। ਮੈਂ ਕੁਛ ਨਹੀਂ ਕਿਹਾ, ਮੈਂ ਕਿਹਾ ਜੀ ਰਜਿਸਟਰ ਲਿਆਓ। ਉਹ ਕਹਿੰਦੇ ਬਾਅਦ ਤੋਂ ਕਰਨੇ ਦਿਓ ਬਾਈ, ਬਾਅਦ ਮੈਂ ਕਰਨਾ, ਸਾਈਨ ਕਰਾ ਜਾਓ, ਪਹਿਲੇ ਉਸ ਲਿਆਓ, ਪਹਿਲੇ ਆਪਣਾ। ਉਹਨਾਂ ਜੀ ਸਾਈਨ ਕੀਤੇ, ਉਹ ਸਿੱਧੇ ਚਲੇ ਗਏ ਰਾਸ਼ਟਰਪਤੀ ਭਵਨ। ਉੱਥੋਂ ਸ਼ਾਮ ਨੂੰ ਲੈਟਰ ਮਿਲ ਗਿਆ। ਅੱਛਾ ਜਦ ਲੈਟਰ ਮਿਲ ਗਿਆ ਵੀ ਉਸ ਲਓ, ਤਾਂ ਮੈਂ ਫਿਰ ਚਲਾ ਗਿਆ ਵਾਜਪੇਈ ਦੇ। ਅੱਛਾ ਮੈਂ ਕਿਹਾ ਜੀ ਬਤਾਓ। ਮੈਂ ਜੀ ਦੋ ਬਾਤਾਂ, ਕਹਿੰਦੇ ਬੋਲੋ। ਮੈਂ ਜੀ ਬਾਦਲ ਸਾਹਿਬ ਰੋ ਰਹੇ ਹੈ ਬੈਠੇ, ਉਹ ਨਹੀਂ ਹਾਂ, ਕਹਿੰਦੇ ਉਹ ਨਹੀਂ ਹੋ ਸਕਦਾ। ਮੈਂ ਕਿਉਂ? ਕਹਿੰਦਾ ਤੀਨ ਮੈਂਬਰ ਹੈ ਅਕਾਲੀ ਐਮ ਪੀ ਸਿਰਫ, ਹੁਣ ਮੈਂ ਇੱਕ ਬਰਨਾਲਾ ਕੋ ਬਣਾ ਰਹਾ ਹੂੰ ਮੈਂ। ਆਪ ਬਤਾਓ, 20 ਪਾਰਟੀਆਂ ਬਾਹਰ ਬੈਠੀਆਂ, ਕੋਲੀਸ਼ਨ ਬਣਾਉਣੀ ਹੈ ਮੈਨੇ, ਪ੍ਰਾਈਮ ਮਿਨਿਸਟਰ ਬਣਨਾ ਮੈਨੇ, ਕਿਤਨੀ ਪਾਰਟੀਆਂ, ਹਰ ਇੱਕ ਕੋ ਇੱਕ ਇੱਕ ਦੂੰਗਾ,
कहते फार्मूला बना दिया कि जिसकी दसों उसको एक कैबिनेट, अच्छा जिसकी पांचों उसको स्टेट। कहता मैं फार्मूला कैसा, इसलिए मैं स्टेट वजीर बना ही नहीं रहा, सिर्फ कैबिनेट होगी मेरी कल छोटी, उसमें बरनाला होगा। बोला उसका भी हक नहीं है क्योंकि तीन बंदे पंजाब दे स्टेट दे रहे। हाँ, पर मैं इस करके भी आपने मुझे कहा कि सिक्खी बना बनाना नहीं है तो मैं उसको बना दूंगा। तो अब मैं कह जी बात सुन लो, मैं राती फिर आऊंगा खाने पे, वो मर जाएंगे, उनके कल ऑपरेशन है। जब तक उनको ऑपरेशन से पहले इतला नहीं होगी कि लड़का नहीं बनिया, फिर दोस्ती क्या हुई मुझे नहीं पता। मैंने तो बना के हटना है इसको, अच्छा जो मर्जी करो। कहते नहीं नहीं मैं साथियों से मीटिंग करूंगा, बाद में देख लेंगे, अभी जाने दो तू जिद ना कर। तो मैं कह जी वो जो अखिली वोट लाई, कहता वो तो तेरा हक है, उसकी वजह से मैं प्राइम मिनिस्टर हूँ, वो कैबिनेट मंत्री होगा। लो जी राती मैंने कहना बहुत पक्का कमाल कीता। लो जी मैं सवेरे फिर पहुंच गया। अच्छा मतलब सौ चुकड़ तो पहला ना जी ना सवेरे सौ तो दोपहरे होनी सी ना। मैं कह जी वो मैं फिर बादल साहब तो नींद नहीं आई, देखो धन वाजपाई है। अच्छा कहना त्रिलोचन मैं तेरी बड़ी कदर करता हूँ, तू क्यों जिद कर रहा है। मैं कहा जी मैं क्योंकि कमिटेड हूँ, आपने उसके सामने क्यों कहा। हाँ। बादल के त्रिलोचन सिंह बैठा है, अब मैं कमिटेड हूँ, मैं तो उसके जवाब। लो जी बादल ने देखो ये वाजपाई की मेहरबानी है, उन्हें सुखबीर नू ऐड किया, तीन होर ऐड कर ले स्टेट, एक डीएमके का एक ओ एस चार कर दे। दोपहरे ओथ कराती सुखबीर ये सूट पा के भी खड़ा बना, और दुनिया जो लाए तो बूटा सिंह खड़ा रौला पै गया बाहर, वो बाहर की ना ओथ लई ला उस बूटा सिंह खड़ा लंबा पैंट सा कैबिनेट और सुखबीर खड़ा। तो ये सुखबीर नू अंदाजा सी गल है, सुखबीर नू अंदाजा सी इस गल दा, नहीं उन्हें पता ही नहीं बनना ही नहीं सी। जद मर्जी पूछ ली तू सुखबीर नू किवें बणिया, तो अपना कोई रोल है कदे कदे उन्ने ए एहसान ना जी कदे नहीं कदे ना मां वोट ही नहीं ना उन्ने। अच्छा होर फिर चलो राजनाथ जो डिप्टी सीएम बनवाया, राजनाथ मनते नहीं सी बीजेपी वाले, ये प्रेजिडेंट सी बीजेपी का, बादशाह का टेलीफोन आया राजनाथ तू मिलना तैयार रहो, असं कोठी गए कहते जी वो कहते बीजेपी का बनेगा डिप्टी सीएम। अच्छा तो फिर राजनाथ लाओ करता रंजन कालिया, मैं सुखबीर हाँ सुखबीर बनाता राजनाथ जी मना करते उपरली लीडरशिप ओपनली कहते डिप्टी सीएम बीजेपी का बनाओ बादल दे नाल, बादल साहब ते तुसी दोने गए हां एक करवा के आए राजनाथ को, राजनाथ को उदो प्रधान सी, ओही प्रधान सी बीजेपी का, वो तो जब तक मोदी नहीं बनया ओही सी सब कुछ, मोदी वक्त भी तो ओही प्रधान सी। वैसे कदे इन्ने आसान बादल साहब ने मन्ने तुहाडे जिन्ने तुसी कम कदे नहीं कोई दत्ता कुछ कदे। अच्छा इन्नियां साझा सी ते आप वजीर क्यों ना बन गए, रामू वालिया भी तो बन गए। मैं कदे मैं देखो जदों एम पी बनता 2004 च, मैं तो पहला कभी पता ही नहीं सी कि मैं एम पी भी बन सकता। वो किदां जगाड़ लग्या, वो की होया कि मैं कुलदीप नैयर मेरे नाल बैठा एक दिन, कहिंदा तू क्यों नहीं एम पी बनता बादल नूं चलीए, ओही असीं दोनों चले गए बादल कोल बई तुसीं जदों ब्रजिंदर बनाता बई इहनूं बनाओ, वो कहिंदा नहीं हुण ते बादल कहिंदा रही नहीं। फिर कुलदीप कहिंदा इह इन्ना सियाणा है, कहिंदा जिहड़ा मेरे वर्गा कहिंदा बंदा कई बिना टुरदा नहीं। मेरा कुलदीप बड़ा वो कहता इस तो लैक सिख मैं वेख्या नहीं, इदा बोलता कहता मेरी इन्नी कैरियर है सिखा जो मैं लैक सिख नहीं देखा। ये है जो बादल साहब थोड़ा ना भगत इन बनाओ एम पी, अज गल चल गई लंघ गई। तो फिर मैं चला गया चुटारा को एक दिन, मैं क्या वो हटना दस ही सीएम, मैं क्या कोई है बादल साहब नूं कह मेरे लिए मैं बना देना। कहना यार बादल बड़ा ही अड़ियल है किवें मनेगा ये वो, मैं क्या चंगा तुहाड़ी मर्जी, मैं सोचा सी मैं ही बन जा। कहना चलो फिर असीं अपना रहने चो वेखदे आ। अच्छा तुसीं चुटाले दी बादल नाल दोस्ती दा लिहाज चले सी भी ये कह देणगे। हां तो कहना नहीं छड़ मैं आप ही इसे हरियाणे दी सीढ़ी सीटां दो है वो तेन कर देने। अच्छा तो वह फिर मैं कहता देखो बड़ा सियाणा हरियाणे जो दो बन सकते जी का पुत्र तो मैं जे बीजेपी नाल आवे तो फस गया ना बीजेपी छड़ गई थी ना 7 MLA बीजेपी छड़ गए कर जे सत्ते वोटा पा
ਤਾਂ ਦੋ ਐਮਪੀ ਬਣਦੇ ਫਿਰ ਕਿੱਦਾਂ ਰਾਜੀ ਕੀਤੇ ਸੁਣ ਕਹਿੰਦਾ ਜੀ ਫਿਰ ਕਹਿੰਦਾ ਕਹਿੰਦਾ ਤੂੰ ਜਾ ਵਾਜਪਾਈ ਨੂੰ ਬਣਾ ਵਾਜਪਾਈ ਐਮਪੀ ਵਜ਼ੀਰ ਪੀਐਮ ਹਟ ਗਿਆ ਸੀ ਮਨਮੋਹਨ ਸਿੰਘ ਬਣ ਗਿਆ ਸੀ ਵਾਜਪਾਈ ਆਇਆ ਸੀ ਇੱਥੇ ਮਨਾਲੀ ਰਹਿੰਦਾ ਸੀ ਕੋਠੀ ਲੈ ਕੇ ਵਾਜਪਾਈ ਦੇ ਪੁੱਤਰ ਤੋਂ ਪਤਾ ਨਹੀਂ ਵਾਜਪਾਈ ਜੀ ਮਨਾਲੀ ਕੋਠੀ ਬਣਾ ਦੇ ਚ ਠੀਕ ਹੈ ਉੱਥੇ ਰਹਿੰਦਾ ਸੀ ਚੁਟਾਲੇ ਨੇ ਸਾਨੂੰ ਹਵਾਈ ਜਹਾਜ਼ ਦਿੱਤਾ ਆਪਣਾ ਛੋਟਾ ਮੈਂ ਤਾਂ ਅਜੇ ਚੁਟਾਲਾ ਦੋਨੋਂ ਉੱਥੇ ਮਨਾਲੀ ਪਹੁੰਚ ਗਏ ਉਤਰ ਗਏ ਕਾਰ ਚ ਸਿੱਧੇ ਉਹਦੀ ਕੋਠੀ ਚਲੇ ਗਏ ਤੇ ਉਹ ਜਿਹੜਾ ਰੰਜਨ ਮੇਰਾ ਉਹਦਾ ਜਵਾਈ ਮੇਰਾ ਯਾਰ ਬਣਿਆ ਸੀ ਉਹ ਕਹਿੰਦਾ ਜੀ ਮੈਂ ਤਾਂ ਵਾਪਸ ਜਾ ਰਿਹਾ ਤੁਸੀਂ ਇਕੱਲੇ ਮਿਲੋ ਗਏ ਤੇ ਵਾਜਪਾਈ ਬੈਠਾ ਹੈ ਤ੍ਰਿਲੋਚਨ ਤੂੰ ਕਿਵੇਂ ਆ ਗਿਆ ਕਮਾਲ ਹੋ ਗਿਆ ਕਹਿੰਦਾ ਅੱਛਾ ਵਾਹ ਬਾਈ ਵਾਹ ਬੜਾ ਖੁਸ਼ ਹੋਇਆ ਅਸੀਂ ਬਹਿ ਗਏ ਜੀ ਦੁਪਹਿਰ ਦਾ ਤੇ ਮੈਂ ਕਿਹਾ ਜੀ ਦੋ ਐਮ ਪੀ ਬਣਨੇ ਰਿਆਣੇ ਮੈਂ ਕਹਿੰਦਾ ਹੁਣ ਬਣਨੇ ਬਣਨੇ ਮੈਂ ਕਿਆ ਕਰੂੰ ਹਾਂ ਚੁਟਾਲੇ ਕੋ ਪੁੱਛੋ ਇਸਕੇ ਲੜਕਾ ਨਾਲ ਸੀ ਕਹਿੰਦਾ ਚੁਟਾਲਾ ਨੇ ਬੜਾ ਦਗਾ ਕੀਆ ਹਮਾਰੇ ਸੇ ਕਹਿੰਦਾ ਤੇਰੇ ਕਹਿਣੇ ਸੇ ਮੈਨੇ ਬਣਾਇਆ ਚੁਟਾਲਾ ਬੰਸੀ ਲਾਲ ਨਿਕਾਲਾ ਕਭੀ ਪੁੱਛਿਆ ਤੁਮਨੇ ਕਿ ਉਸਨੇ ਮੇਰੇ ਲੰਮੇ ਮੇਲੇ ਐਮ ਐਲ ਏ ਕਿਆ ਕੀਆ ਜੇਲ੍ਹ ਮੈਂ ਡਾਲ ਦੀਏ ਮੁੱਖ ਨੁਕਸਾਨ ਉਠਾਇਆ ਮੈਂ ਤਾਂ ਬੋਲਾ ਨੀ ਕਿ ਤ੍ਰਿਲੋਚਨ ਸਿੰਘ ਬੀਚ ਮੇ ਪੜਾ ਕਹਿੰਦਾ ਇਹ ਲੜਕਾ ਸੁਣਦਾ ਸੀ ਇਹਦੇ ਵਿੱਚ ਪੁੱਛਣਾ ਅਜੇ ਨੂੰ ਕਹਿੰਦਾ ਮੈਂ ਕਿਹਾ ਜੀ ਚਲੋ ਉਹ ਤਾਂ ਗੁੱਸਾ ਛੋੜੋ ਆਪ ਤੋਂ ਇਹ ਹੈ ਕਿ ਸਾਤ ਵੋਟੇ ਆਪ ਕੀ ਅਗਰ ਹੋ ਤੋ ਦੋਨੋਂ ਐਮ ਪੀ ਹਮਾਰੇ ਬਣ ਜਾਏਗੇ ਅੱਛਾ ਕਹਿੰਦਾ ਦੋਨੋਂ ਕੌਣ ਸੇ ਮੈਂ ਕਿਹਾ ਇੱਕ ਤੋਂ ਇਹ ਬਣੇਗਾ ਕਹਿੰਦਾ ਦੂਸਰਾ ਕਹਿੰਦਾ ਦੂਸਰਾ ਅਗਰ ਤੁਮੇ ਬਣਾਤੇ ਹੈ ਆਪ ਹੀ ਬੋਲਦਾ ਅੱਛਾ ਬਾਈ ਕੋ ਪੁੱਛਣ ਕਹਿਣ ਦੀ ਲੋੜ ਹੀ ਨਹੀਂ ਉਹ ਕਹਿੰਦਾ ਅਗਰ ਤ੍ਰਿਲੋਚਨ ਸਿੰਘ ਕੋ ਬਣਾਏਗਾ ਤੋ ਸਾਤੋਂ ਵੋਟ ਉਸਕੋ ਮਿਲੇਗੀ ਪਰ ਇੱਕ ਸ਼ਰਤ ਹੈ ਅਜੇ ਉਸ ਕੋਲ ਕਹਿੰਦਾ ਅਜੇ ਅਜੇ ਸੁਣ ਲਓ ਆਪਣੇ ਬਾਪ ਕੋ ਬੋਲ ਦੇਣਾ ਸ਼ਰਤ ਇਹ ਹੈ ਕਿ ਤ੍ਰਿਲੋਚਨ ਸਿੰਘ ਇੰਡੀਪੈਂਡੈਂਟ ਹੋਗਾ ਇਹ ਆਪਕੀ ਪਾਰਟੀ ਕਾ ਨਹੀਂ ਹੋਗਾ ਅਗਰ ਇਹ ਇੰਡੀਪੈਂਡੈਂਟ ਖੜਾ ਹੋ ਜਾਏ ਔਰ ਆਪਕੀ ਵੋਟ ਵੀ ਪੜੇ ਔਰ ਮੇਰੀ ਪੜੇ ਜਿਤਾ ਮੈਂ ਜਿਤਾਊਂਗਾ ਮੈਂ ਜੋ ਬਾਕੀ ਦੋ ਤਿੰਨ ਵੋਟਾਂ ਔਰ ਉਹ ਮੈਂ ਦਿਲਾਊਂਗਾ ਅੱਛਾ ਕਿਉਂ ਦੋ ਇੱਕ ਸ਼ਰਤ ਪਵਾਰ ਦੀ ਵੋਟ ਸੀ ਇੱਕ ਮਾਇਆਵਤੀ ਦੀ ਵੋਟ ਸੀ ਉਹ ਕਹਿੰਦਾ ਮੈਂ ਦਿਲਾਊਂਗਾ ਬਸ ਕਹਿੰਦਾ ਜਾਓ ਚਲੇ ਜਾਓ ਚੁਟਾਲਾ ਕੋ ਕਹੋ ਅਗਰ ਉਹ ਕਹੇ ਤਾਂ ਕਹੇਗਾ ਤਾਂ ਮੈਂ ਵੋਟ ਦਿਲਾ ਦੂੰਗਾ ਅਸੀਂ ਚਾਰਜ ਵਾਪਸ ਆ ਗਏ ਜੀ ਇਹਨੇ ਪਿਓ ਨੂੰ ਚੁਟਾ ਲੈਣ ਉਹ ਕਹਿੰਦਾ ਠੀਕ ਹੈ ਜੋ ਕਹਿੰਦੇ ਉਹ ਹੀ ਕਰੋ ਤ੍ਰਿਲੋਚਨ ਸਿੰਘ ਹੋਏਗਾ ਇੰਡੀਪੈਂਡੈਂਟ ਹੋਏਗਾ ਅਸੀਂ ਟੈਲੀਫੋਨ ਕਰਤਾ ਉਹਨੇ ਅਡਵਾਨੀ ਦੀ ਡਿਊਟੀ ਲਾਤੀ ਅੱਛਾ ਕਿ ਸਾਰੇ ਐਮ ਐਲ ਏ ਆਪ ਪਕੜੋ ਕੋਠੀ ਮੈਂ ਔਰ ਸੁਬਹਾ ਲੈ ਕੇ ਜਾਓ ਚੰਡੀਗੜ੍ਹ ਤ੍ਰਿਲੋਚਨ ਸਿੰਘ ਕੋ ਵੋਟ ਦੋ ਬਾਈ ਕਾ ਤਾਂ ਬੱਚਾ ਅਡਵਾਨੀ ਇੰਨਾ ਡਰ ਗਿਆ ਉਸ ਵਕਤ ਉਹ ਕਹਿੰਦਾ ਮੈਂ ਐਮ ਐਲ ਏ ਨੂੰ ਵੀ ਦੇਖੋ ਮੈਨੂੰ ਵਾਜਪਾਈ ਦਾ ਫੋਨ ਆ ਗਿਆ ਮੈਂ ਐਂਟੀ ਚੁਟਾਲਾ ਹਾਂ ਤਾਂ ਅਗਰ ਕਿਸੇ ਨੇ ਵੋਟ ਗਲਤ ਡਾਲ ਦੀ ਮੈਂ ਮਰ ਜਾਊਂਗਾ ਅੱਛਾ ਇਸ ਲਈ ਆਪ ਸਾਰੇ ਜਾਓ ਉਦੋਂ ਇੱਕ ਹੁੰਦਾ ਸੀ ਉਹ ਹੋਮ ਮਿਨਿਸਟਰ ਕਰਨਾਲ ਦਾ ਆਈ ਐਸ ਹੁੰਦਾ ਸੀ ਉਹ ਮਰ ਗਿਆ ਬਾਅਦ ਉਹਦੀ ਡਿਊਟੀ ਲਾਈ ਨਾਲ ਜਾ ਇੱਥੇ ਆਏ ਸੱਤੇ ਵੋਟਾਂ ਪਈਆਂ ਮੈਂ ਇੱਕ ਵੋਟ ਦੇ ਜਿੱਤਿਆ ਔਰ ਬੰਸੀ ਲਾਲ ਦੀ ਨੂੰਹ ਆ ਰਹੀ ਮੇਰੇ ਕੋਲ ਵਾਹ ਮੈਂ ਐਮ ਪੀ ਮੈਂ ਇੰਡੀਪੈਂਡੈਂਟ ਰਿਹਾ ਸੋ ਇੱਦਾਂ ਮੈਂ ਬਣਿਆ ਤੇ ਮੈਂ ਸਮਝੋ ਵੀ ਇਹ ਵਾਜਪਾਈ ਦੀ ਮਿਹਰਬਾਨੀ ਚੁਟਾਲੇ ਦੀ ਵੈਸੇ ਮੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਬਣਾਵਾਂਗਾ ਸ਼ੁਰੂ ਤੋਂ ਹੀ ਗੱਲ ਹੋਈ ਮਤਲਬ ਸਿਚੁਏਸ਼ਨ ਹੀ ਇੰਨੀ ਵਰਸਟ ਸੀ ਕਿ ਬਣਦੀ ਸੰਭਾਵਨਾ ਹੀ ਕੋਈ ਨਹੀਂ ਸੀ ਜੇ ਮੈਂ ਨਾ ਹੁੰਦਾ ਮੈਂ ਨਾ ਹੁੰਦਾ ਤਾਂ ਦੂਜਾ ਕਾਂਗਰਸੀ ਤਾਂ ਹੁਣ ਇਹ ਜਿਵੇਂ ਹੁਣ ਹੋਇਆ ਇੱਕ ਵੋਟ ਦੇ ਹਾਰ ਗਏ ਨਾ ਇਦਾਂ ਹੀ ਹੋਇਆ ਹਾਂ ਇਹ ਸੇਮ ਸਿਚੁਏਸ਼ਨ ਹੋਈ ਮਤਲਬ ਬਾਦਲ ਸਾਹਿਬ ਦੇ ਮਨ ਚ ਨਹੀਂ ਇਹ ਗੱਲ ਦਾ ਅਸਰ ਆਇਆ ਕੀ ਬੇਟੇ ਕਿ ਗਰਮ ਦੇ ਦੇ ਕੋਈ ਗੱਲ ਪਾਣੀ ਗਰਮ ਚਾਹੀਦਾ ਹਾਂ ਗਰਮ ਹਾਂ ਗਰਮ ਦੇ ਬੇਟੇ ਨਹੀਂ ਦੇਖੋ ਤੁਹਾਡੀ ਦੋਸਤੀ ਸੀਗੀ ਮੈਨੂੰ ਤੁਹਾਨੂੰ ਬੁਲਾਈ ਵਾਜਪਾਈ ਕਰ ਰਹੇ ਜੋ ਮੈਨੂੰ ਸ਼ੱਕ ਹੈ ਨਾ ਹੁਣ ਕਦੀ ਮੈਂ ਕਿਹਾ ਹੀ ਨਹੀਂ ਅੱਜ ਤੁਹਾਨੂੰ ਕਹਿਣ ਲੱਗਾ ਗੁਰੂ ਤੋਂ ਡਰ ਕੇ ਮੈਨੂੰ ਚੁਟਾਲੇ ਨੇ ਦੁਬਾਰਾ ਨਹੀਂ ਬਣਾਇਆ ਇਹ ਬਾਦਲ ਜ਼ਿੰਮੇਵਾਰ ਹੈ ਅੱਛਾ ਦੇਖੋ ਨਾ ਮੈਂ ਚੁਟਾਲੇ ਨੂੰ ਬਣਾਉਣ ਵਾਲਾ ਮੈਂ 2010 ਵਿੱਚ ਦੁਬਾਰਾ ਬਣਨਾ ਸੀ ਮੈਂ ਬਾਦਲ ਕੋਲ ਕਿਹਾ ਮੈਂ ਕਿਹਾ ਜੀ 2010 ਚ ਚੁਟਾਲੇ ਨੇ ਬਣਾਉਣਾ ਤੇ ਦੋ ਬਣਨੇ ਤੇ ਮੈਨੂੰ ਹੁਣ ਇੰਨੀ ਸੇਵਾ ਉਹ ਜੀ ਤੁਹਾਨੂੰ ਜਾਣਦੇ ਹੀ ਹੋ ਮੈਂ ਕਿਹਾ ਜੀ ਮੈਨੂੰ ਤੁਸੀਂ ਕਹਿਣ ਲੱਗੇ ਹੋ ਜਾਣਦੇ ਹੋ ਚੁਟਾਲਾ ਤੁਹਾਡੇ ਬਿਨਾਂ ਪੱਤਾ ਹਿੱਲ ਸਕਦਾ ਚੁਟਾਲੇ ਨੂੰ ਕੋਠੀ ਤੁਸੀਂ ਦੇ ਰੱਖੀ ਹੈ ਚੁਟਾਲਾ ਹਟ ਚੁੱਕਾ ਸੀ ਨਾ ਉਹਨੂੰ ਫ੍ਰੀ ਬਾਦਲ ਨੇ ਆਪਣੀ ਕੋਠੀ ਦਿੱਤੀ ਸੀ ਪਤਾ ਤੁਹਾਨੂੰ ਜਿਹੜਾ ਸੀ ਐਮ ਦੀ ਆਪਣੀ ਕੋਠੀ ਹੈ ਨਾ ਇਹਦੇ ਨਾਲ ਦੀ ਸੀ ਐਮ ਗੈਸਟ ਕੋਠੀ ਹੈ ਚੁਟਾਲਾ ਉਹਦੇ ਜਿਹੜੇ 6 ਸਾਲ ਅੱਛਾ ਐਕਸ ਸੀ ਐਮ ਪੰਜਾਬ ਗੌਰਮੈਂਟ ਦੀ ਕੋਠੀ ਚੁਟਾਲੇ ਨੇ ਤੇ ਜਿਹੜਾ ਉੱਥੇ ਦਿੱਲੀ ਰੱਖਦਾ ਸੀ ਉਹ ਅਕਾਲੀ ਐਮ ਪੀ ਦੀ ਕੋਠੀ ਮੈਂ ਕਿਹਾ ਜੀ ਉਹ ਤੁਹਾਡੇ ਬਿਨਾਂ ਤਾਂ ਹਿੱਲ ਨਹੀਂ ਸਕਦਾ ਤੁਸੀਂ ਬਣਾਓ ਮੈਨੂੰ ਨਹੀਂ ਬਣਵਾਇਆ ਐਕਚੁਅਲੀ ਤੁਸੀਂ ਇੰਨੀ ਜਗ੍ਹਾ ਮਦਦ ਕੀਤੀ ਮੁੰਡੇ ਨੂੰ ਬਣਾਇਆ ਇਹਨਾਂ ਦੀ ਵਾਜਪਾਈ ਨਾਲ ਸਾਂਝ ਪਵਾਈ ਹਰ ਔਖੇ ਸੌਖੇ ਵੇਲੇ ਤੇ ਆਖਰ ਇੰਨੀ ਮਨ ਚ ਖਟਾਸ ਕਿਉਂ ਮੈਨੂੰ ਇਹ ਸਮਝਾਉਣੀ ਨਹੀਂ ਆਈ ਕਿ ਮੈਂ ਇੰਨਾ ਕੁਛ ਨਹੀਂ ਕੀਤਾ ਤੁਹਾਨੂੰ ਪਤਾ ਨਹੀਂ ਜਿਹੜੀ ਇਲੈਕਸ਼ਨ ਹੋਈ ਹੈ 98 ਦੀ
ਉਹ ਮੈਂ ਇਕੱਲੇ ਨੇ ਲੜੀ ਜਲੰਧਰ ਬੈਠ ਕੇ ਸਕਾਈ ਲਾਰਕ ਚ ਮੈਂ ਰਿਹਾ ਸਾਰਾ ਇਲੈਕਸ਼ਨ ਕੰਪੇਨ ਪੰਜਾਬ ਚ ਮੈਂ ਚਲਾਇਆ ਜਦੋਂ ਬਾਦਲ ਸਾਹਿਬ ਪਹਿਲੀ ਵਾਰੀ ਸੀਐਮ ਬਣਦੇ ਬਰਜਿੰਦਰ ਤੇ ਮੈਂ ਤੇ ਮਾਣਕ ਮੈਨੂੰ ਕਿਹਾ ਵੀ ਤੂੰ ਬਣਾਉਣਾ ਬਸ ਮੈਨੂੰ ਨੀ ਪਤਾ ਬਸ ਮੈਂ ਇੰਚਾਰਜ ਸਾਰੀ ਪਲੈਨਿੰਗ ਮੇਰੀ ਸਾਰਾ ਮੈਨੀਫੈਸਟੋ ਮੇਰਾ ਸਾਰਾ ਉਦੋਂ ਬੀਜੇਪੀ ਨਾਲ ਸੁਲਾਹ ਸੀ ਨਾ ਉਦੋਂ ਵਾਜਪਾਈ ਨਾਲ ਸੁਲਾਹ ਕਰਾਤੀ ਸੀ ਮੈਂ ਉਦੋਂ ਫਿਰ ਇਲੈਕਸ਼ਨ ਲੜੀ ਸਾਰੀ ਇਹ ਖੰਨਾ ਹੁੰਦਾ ਸੀ ਪ੍ਰਧਾਨ ਬੀਜੇਪੀ ਦਾ ਉਦੋਂ ਜੁਆਇੰਟ ਇਲੈਕਸ਼ਨ ਲੜੀ ਨਾ ਅੱਛਾ ਅੱਛਾ ਬੜੀਆਂ ਰਾਜਦਾਰ ਵਾਲੀਆਂ ਗੱਲਾਂ ਹੈ ਪਰ ਇਹ ਮੈਨੂੰ ਮੇਰੀ ਵੀ ਮਨ ਚ ਜਿਹੜੇ ਹੈ ਦੁੱਖ ਹੈ ਕਿ ਬਾਦਲ ਸਾਹਿਬ ਨੇ ਮੈਨੂੰ ਦੁਬਾਰਾ ਕਿਉਂ ਨੀ ਬਣਾਇਆ ਆਪ ਕਿਉਂ ਨੀ ਬਣਾਇਆ ਕਦੀ ਮੈਨੂੰ ਪੰਜਾਬ ਚ ਵੈਸੇ ਤੁਸੀਂ ਮੈਂ ਨਰੇਸ਼ ਗੁਜਰਾਲ ਨੂੰ ਤਿੰਨ ਵਾਰੀ ਕਿਉਂ ਨਹੀਂ ਨਹੀਂ ਸਮੈਲ ਕੀ ਕੀਤਾ ਕਾਰਨ ਕੀ ਸੀ ਉਹ ਮੈਨੂੰ ਜੈਲਸੀ ਸੀ ਮੇਰੇ ਬਾਦਲ ਸਾਹਿਬ ਨੂੰ ਮੈਨੂੰ ਆਪਣਾ ਲੱਗਦਾ ਹੈ ਜਿਹੜੀ ਮੇਰੀ ਚੜ੍ਹਤ ਹੈ ਨਾ ਉਹ ਇੰਨੀ ਜ਼ਿਆਦਾ ਹੋ ਗਈ ਉਹ ਮੇਰੀ ਜਿਹੜੀ ਸ਼ੋਹਰਤ ਹੈ ਉਹ ਜੈਲਸੀ ਦਾ ਕਾਰਨ ਹੋ ਗਿਆ ਮਤਲਬ ਤੁਹਾਡੀ ਜਿਹੜੀ ਉੱਪਰਲੇ ਹਲਕਾ ਬਈ ਬਈ ਇਸ ਬਿਨਾ ਗੁਜ਼ਾਰਾ ਨਹੀਂ ਬਈ ਕਿਉਂਕਿ ਬਾਦਲ ਨੇ ਹਰ ਕੋਈ ਮਾਰਤਾ ਸਵਾਏ ਮੇਰੇ ਤੋਂ ਮੇਰੀ ਪੋਲੀਟੀਕਲ ਤੁਸੀਂ ਸਿਆਸੀ ਸ਼ਰੀਕ ਨਹੀਂ ਨਾ ਇਸ ਕਰਕੇ ਬਚ ਗਏ ਨਹੀਂ ਪਰ ਉਹਨੇ ਮੈਨੂੰ ਸਪੋਰਟ ਨਹੀਂ ਕੀਤੀ ਵੀ ਜੇ ਮੈਂ ਐਮ ਪੀ ਹੁੰਦਾ ਤੇ ਇਹਨਾਂ ਨੂੰ ਕਿੰਨਾ ਬੈਨੀਫਿਟ ਹੋਣਾ ਸੀ ਵੈਸੇ ਕਦੇ ਵਜ਼ੀਰ ਬਣਨ ਦੀ ਖਾਹਿਸ਼ ਨਹੀਂ ਪੈਦਾ ਹੋਈ ਜਦੋਂ ਕਦੇ ਇੱਕ ਵਾਰੀ ਕਿਉਂਕਿ ਤੁਹਾਨੂੰ ਤਾਂ ਡਾਕਟਰ ਮਨਮੋਹਨ ਸਿੰਘ ਵੀ ਮਨਾ ਨਹੀਂ ਸੀ ਕਰ ਸਕਦੇ ਨਾ ਨਾ ਮਨਮੋਹਨ ਸਿੰਘ ਮੇਰੇ ਖਿਲਾਫ ਸੀ ਅੱਛਾ ਇਸ ਕਰਕੇ ਮੇਰਾ ਰਿਸ਼ਤੇਦਾਰ ਹੈ ਜਦੋਂ ਇਲੈਕਸ਼ਨ ਲੜਨ ਲੱਗਿਆ ਮੈਨੂੰ ਘਰ ਬੁਲਾਇਆ ਉਹਨੇ ਬ੍ਰੇਕਫਾਸਟ ਪਾਇਆ ਜੀ ਵੋਟਿੰਗ ਮੈਂ ਕਹਿੰਦਾ ਮੈਨੂੰ ਕਿਹਾ ਪਾਰਟੀ ਸ਼ਾਇਦ ਇਲੈਕਸ਼ਨ ਲੜਾ ਰਹੀ ਹੈ ਮੈਂ ਕਈ ਗਲਤੀ ਨਾ ਕਰਿਓ ਹਾਰ ਜਾਓਗੇ ਉਹਦੀ ਵੋਟੀ ਲੜ ਪਈ ਜੀ ਤੁਸੀਂ ਕਹਿੰਦੇ ਹੋ ਮੈਂ ਕਿਹਾ ਹਾਰ ਜਾਓਗੇ ਅੱਛਾ ਮੈਂ ਕਿਹਾ ਤੁਸੀਂ ਨਾ ਕਰੋ ਕਹਿੰਦੇ ਕਿਉਂ ਮੈਂ ਕਿਹਾ ਤੁਹਾਨੂੰ ਕਾਂਗਰਸੀਆਂ ਨੇ ਹਰਾ ਦੇਣਾ ਹੈ ਉਹ ਤੁਹਾਨੂੰ ਕਿਵੇਂ ਐਕਸੈਪਟ ਕਰਨਗੇ ਲਓ ਜੀ ਬੜੀ ਦੇਰ ਘੰਟਾ ਬੈਠੇ ਮੈਂ ਬੜਾ ਮਨ ਸਮਝਾਇਆ ਨਹੀਂ ਮੈਂ ਕਿਹਾ ਮੈਂ ਤੁਹਾਡਾ ਦੋਸਤ ਹਾਂ ਤੁਹਾਡਾ ਰਿਸ਼ਤੇਦਾਰ ਹਾਂ ਇਲੈਕਸ਼ਨ ਨਾ ਲੜੋ ਨਹੀਂ ਜੀ ਬੜੇ ਖੜਾ ਹੋ ਗਿਆ ਮਲਹੋਤਰੇ ਵਿਜੇ ਕੁਮਾਰ ਨੇ ਇਹਨੂੰ ਹਰਾ ਦਿੱਤਾ ਅੱਛਾ ਤੇ ਮੈਨੂੰ ਕਿਹਾ ਤੁਸੀਂ ਮੇਰੀ ਮਦਦ ਨਹੀਂ ਕਰ ਰਹੇ ਮੈਂ ਕਿਹਾ ਜੀ ਮੈਂ ਆਪਕੀ ਮਦਦ ਕਰੂੰਗਾ ਤੋ ਵਾਜਪਾਈ ਮੇਰੇ ਨਾਰਾਜ਼ ਹੋ ਜਾਏਗਾ ਦੇਖੋ ਨਾ ਇਹ ਮੈਂ ਸਾਲ ਬਾਅਦ ਉਦੋਂ ਬਣ ਗਿਆ ਤੁਸੀਂ ਬਣ ਗਿਆ ਮੈਨੂੰ ਕਿਹਾ ਜੀ ਮੈਂ ਤੇ ਬਗ ਚਲੇ ਬੀਜੇਪੀ ਦੇ ਬੜਾ ਨੇੜੇ ਆ ਤੇ ਵਾਜਪਾਈ ਨੇ ਮੈਨੂੰ ਕੁਝ ਦੇਣਾ ਹੈ ਤਾਂ ਕਿਹਾ ਮੈਂ ਤੁਸੀਂ ਕੁਝ ਦੇਣਾ ਨੀ ਕਦੇ ਕਾਂਗਰਸ ਮੈਨੂੰ ਮੈਂ ਕਿਹਾ ਇੰਦਰਾ ਗਾਂਧੀ ਨਹੀਂ ਦੇਗੀ ਨਾ ਸੋਨੀਆ ਗਾਂਧੀ ਕਦੇ ਨੀ ਦੇਗੀ ਉਹ ਕਹਿੰਦੇ ਇਹ ਐਂਟੀ ਗਿਆਨੀ ਜੈਲ ਸਿੰਘ ਹੈ ਇਹ ਗਿਆਨੀ ਦੇ ਐਂਟੀ ਹੋ ਗਏ ਨਾ ਸੋਨੀਆ ਤੇ ਮੈਂ ਉਹਨਾਂ ਦੇ ਨੇੜੇ ਆ ਤੇ ਫਿਰ ਮੈਂ ਕਿਹਾ ਜੀ ਮੈਂ ਤੇ ਉੱਥੋਂ ਸਭ ਕੁਝ ਮਿਲਣਾ ਤੇ ਉਹ ਮੇਰੇ ਮਨ ਚ ਉਹਨੂੰ ਕੁੜਤਨ ਰਹੀ ਕਿਹਾ ਵੀ ਉਹਨੇ ਮੈਨੂੰ ਇੱਕ ਦੋ ਵਾਰੀ ਅੱਛਾ ਹਾਂ ਬੜੇ ਪੈਸੇ ਟੇਢੇ ਮੇਢੇ ਰਾਹ ਸੀ ਜਿਹਨਾਂ ਤੋਂ ਪਰ ਚਲੋ ਮੈਂ ਕਦੀ ਵਜ਼ੀਰ ਬਣਨ ਲਈ ਗੱਲ ਮੈਨੂੰ ਨਹੀਂ ਪਰ ਮੈਨੂੰ ਵਾਜਪਾਈ ਨੇ ਕੈਬਨਿਟ ਸਟੇਟਸ ਦਿੱਤਾ ਮੇਰੇ ਝੰਡੇ ਚੜ੍ਹੇ ਮੇਰੇ ਸਲੂਟਾਂ ਲਈਆਂ 6 ਸਾਲ ਹਰ ਜਗ੍ਹਾ ਸਰਕਟ ਹਾਊਸ ਬਾਹਰ ਗਾਰਡ ਆਉਂਦੀ ਗਾਰਡਾਂ ਨੇ ਸਲਾਮੀਆਂ ਲਈਆਂ ਇਹ ਪਾਵਰ ਕਿੰਨੀ ਕੁ ਹੁੰਦੀ ਹੈ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਵੀ ਜੋ ਮੈਂ ਕਰ ਗਏ ਤੇ ਰੁਜ਼ਗਾਰੀ ਉਮਰ ਲੱਗੇ ਰਹਿਣ ਪਾਸ ਕੋ ਨਹੀਂ ਕਰ ਸਕਦੇ ਮੈਨੂੰ ਬਾਦਲ ਉਹਨੇ ਪਹਿਲੇ ਦਿਨ ਕੈਬਨਿਟ ਸਟੇਟਸ ਜਿੱਥੇ ਗਿਆ ਸਾਰੇ ਇੰਡੀਆ 'ਚ ਮੇਰੇ ਅੱਗੇ ਗਾਰਡਾਂ ਚੱਲਦੀਆਂ ਪੰਜਾਬ 'ਚ ਅੱਗੇ ਪੁਲਿਸ ਚੱਲਦੀ ਸਲੂਟਾਂ ਲੈਂਦਾ ਤੇ ਮੈਂ ਤਾਂ ਇੰਜੋਏ ਕੀਤਾ ਰਾਸ਼ਟਰ ਲਾਲ ਕਿਲੇ ਦੇ 15 ਅਗਸਤ ਨੂੰ ਅੱਗੇ ਕੁਰਸੀ ਲੱਗਦੀ ਮੇਰੀ ਮੈਂ ਤਾਂ ਬੈਠ ਕੇ ਮੈਂ ਤਾਂ ਇੰਜੋਏ ਕੀਤਾ ਸਿੱਖਾਂ ਦੇ ਮਾਮਲੇ ਵੀ ਤੁਸੀਂ ਵਾਹਵਾ ਲਏ ਬਹੁਤ ਐਜ ਏ ਸਿੱਖ ਸਪੋਕਸ ਪਰਸਨ ਕੋਈ ਰਿਕਾਰਡ ਹਿਸਟਰੀ 'ਚ ਨਹੀਂ ਕਰ ਸਕਦਾ ਜੋ ਜ਼ਰੂਰਤ ਮੈਂ ਦਿਖਾਈ ਹੈ ਪਾਰਲੀਮੈਂਟ ਕੋਈ ਬੋਲ ਕੇ ਦਿਖਾਵੇ ਅੱਛਾ ਵੈਸੇ ਨਿੱਜੀ ਨਿੱਜੀ ਹੈਸੀਅਤ ਦੇ ਵਿੱਚ ਲੋ ਪਾਣੀ ਲਾਈਫ ਨੂੰ ਕਿੱਦਾਂ ਸਮਝਿਆ ਜੀਵਨ ਕਿੱਦਾਂ ਸਮਝਿਆ ਇਹ ਜੀਵਨ ਦੇਖੋ ਜੀ ਦੇਖੋ ਹੁਣ ਮੈਂ 90 ਹੋ ਜਾਣਾ ਅਗਲੇ ਵਾਰੀ ਰੱਬ ਦਾ ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਮੈਂ 60 ਤੋਂ ਉੱਪਰ ਟੱਪਾਂਗਾ ਜਿਸ ਤਰ੍ਹਾਂ ਫਾਸਟ ਲਾਈਫ ਮੈਂ ਜਾਂ ਗਰੀਬੀ ਜਾਂ ਕੁੜਤਨ ਜਾਂ ਉਹ ਮੈਨੂੰ ਉਮੀਦ ਨਹੀਂ ਸੀ ਵੀ ਇੰਨੀ ਉਮਰ ਮੈਨੂੰ ਕਦੀ ਰੱਬ ਦੇਵੇਗਾ ਪਹਿਲੀ ਗੱਲ ਦੂਜਾ ਰੱਬ ਦਾ ਵਿਸ਼ਵਾਸ ਬੜਾ ਕਾਇਮ ਰਿਹਾ ਤੀਜਾ ਜੇ ਤੁਹਾਨੂੰ ਪਹਿਲਾਂ ਕਹੀ ਨਾ ਮੇਰੀ ਮੈਂਟਲ ਬੇਈਮਾਨੀ ਨਹੀਂ ਆਈ ਚੁਗਲੀ ਨਹੀਂ ਮੈਂ ਕੀਤੀ ਮੈਂ ਕਿਸੇ ਚੁਗਲੀ ਕਰਕੇ ਫਿਰ ਮੈਂ ਕਿਸੇ ਦੇ ਕੋਲ ਜਾਵਾਂ ਇਹ ਮੈਂ ਅੱਜ ਤੱਕ ਨਹੀਂ ਕੀਤਾ ਮੈਂ ਬਿਟਰੇ ਨਹੀਂ ਕਿਸੇ ਨਾ ਬਾਦਲ ਨੂੰ ਕੋਈ ਬਿਟਰੇ ਮੈਂ ਨਹੀਂ ਕਦੇ ਮੈਂ ਬਾਦਲ ਦੇ ਖਿਲਾਫ਼ ਐਕਸ਼ਨ ਮੈਂ ਨਹੀਂ ਕੋਈ ਐਸਾ ਕੀਤਾ ਕੋਈ ਜਿਹੜਾ ਕਿ ਮੈਂ ਇਹਨੂੰ ਇਹਦੀ ਵਜ਼ਾਰਤ ਬਚਾਉਣ ਲਈ ਆਤਮਾ ਸਿੰਘ ਅਤੇ ਰਵੇਲ ਸਿੰਘ ਇਹਦੇ ਤੋਂ ਬਾਗੀ ਹੋ ਗਏ ਪਤਾ ਤੁਹਾਨੂੰ ਜਦੋਂ ਬਾਦਲ ਬਣਿਆ ਨਾ ਸੰਤ ਫਤਿਹ ਸਿੰਘ ਨੇ ਇਹ ਕੱਢਤੇ ਸੀ
ਕਿਉਂਕਿ ਗਿਆਨੀ ਭਵਿੰਦਰ ਸਿੰਘ ਜਿਤਾਇਆ ਸੀ, ਗਿਆਨੀ ਭਵਿੰਦਰ ਸਿੰਘ ਜਿੱਤ ਗਿਆ ਜਦੋਂ ਨਾ, ਤਾਂ ਉਹ ਮਾਸਟਰ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ, ਬਾਦਲ ਸਾਹਿਬ ਚੀਫ ਮਿਨਿਸਟਰ ਬਣ ਗਿਆ, ਅਤੇ ਇਹ ਦੋਨੋਂ ਵਜ਼ੀਰ ਨਹੀਂ ਬਣੇ। ਅਤੇ ਬਾਦਲ ਮੈਨੂੰ ਕਹਿੰਦਾ ਜੀ ਤੁਹਾਡਾ ਤਾਂ ਆਤਮਾ ਸਿੰਘ ਸਭ ਕੁਛ ਹੈ। ਆਤਮਾ ਸਿੰਘ ਤਾਂ ਮੈਂ ਲਾਈਫ ਵਿੱਚ ਜੇ ਕੋਈ ਯਾਰ ਉਹ ਹੈ, ਉਹ ਕਹਿੰਦਾ ਤੁਸੀਂ ਉਹਨੂੰ ਮਨਾਓ, ਮੈਂ ਉਹਨੂੰ ਵਜ਼ੀਰ ਬਣਾ ਦੇਣਾ। ਉਹ ਮੈਂ ਕਿਹਾ ਜੀ ਉਹ ਪਾਰਟੀ ਹੈ। ਕਹਿੰਦਾ ਹੁਣ ਜਿਵੇਂ ਤੁਸੀਂ ਮਰਜ਼ੀ ਕਰੋ। ਮੈਂ ਆਤਮਾ ਸਿੰਘ ਨੂੰ ਆਪਣੇ ਘਰ ਬੁਲਾਇਆ ਪਟਿਆਲੇ, ਅੱਛਾ, ਨਾਲ ਰਵੇਲ 'ਚ। ਬਾਦਲ ਇੱਥੋਂ ਦਿੱਲੀ ਚੰਡੀਗੜ੍ਹ ਉੱਥੋਂ ਆਇਆ, ਇਹਨਾਂ ਦੀ ਮੀਟਿੰਗ ਕਰਾ ਕੇ ਉੱਥੇ ਐਲਾਨ ਕਰਾਤਾ, ਉਹ ਦੁਬਾਰਾ ਵਜ਼ੀਰ ਬਣਾਏ। ਬਲਕਿ ਬਾਦਲ ਮੈਨੂੰ ਹਰ ਕਦੇ ਕਿਸੇ ਕੋਈ ਔਖੇ ਕੰਮ 'ਚ ਪੂਰਾ ਜਰਾਇਬ ਦੇਣੀ ਕਰਨੀ ਪੂਰੀ, ਪਰ ਬਾਦਲ ਨੂੰ ਮੈਂ ਨਹੀਂ ਆਪਣੀ ਮਨ 'ਚ ਰਿਹਾ। ਉਹਨੂੰ ਇਹ ਹੋਇਆ ਵੀ ਇਹ ਕਿਵੇਂ ਇੱਕ ਬੰਦਾ ਚੁੱਕੀ, ਬਈ ਇਹ ਰਾਜਨਾਥ ਵੀ ਸਾਰਾ ਇਹਨੂੰ ਪੁੱਛਦਾ, ਵਾਜਪਾਈ ਵੀ ਉਹਨੂੰ ਪੁੱਛਦਾ, ਗਿਆਨੀ ਜ਼ੈਲ ਸਿੰਘ ਦਾ ਇਹ ਸਭ ਕੁਛ। ਮੈਂ ਗਿਆਨੀ ਜ਼ੈਲ ਸਿੰਘ ਵਾਲੇ ਦੀਆਂ ਮੀਟਿੰਗਾਂ ਸੀਕ੍ਰੇਟ ਕਰਵਾਈਆਂ ਰਾਸ਼ਟਰਪਤੀ ਭਵਨ 'ਚ, ਬੈਕ ਸਾਈਡ ਥੋੜੇ ਜਾ ਕੇ ਮੰਨਦੇ ਹੋ, ਪਿਛਲੇ ਗੇਟ ਤੋਂ ਆਪਣੀ ਕਾਰ 'ਚ ਲਿਜਾ ਕੇ ਪਿਛਲੀ ਲਿਫਟ 'ਚੋਂ ਲਿਆ ਗਿਆ, ਕਿਸੇ ਨੂੰ ਪਤਾ ਨਹੀਂ ਲੱਗਣਾ ਸੀ। ਮੈਂ ਗਿਆਨੀ ਜੀ ਨੂੰ ਮਿਲਾ ਤਾ ਇਹਨੂੰ ਜਦੋਂ ਇਹ ਏਜੰਡਾ ਕੀ ਸੀ ਬਈ? ਆਪਣੀ ਰਾਸ਼ਟਰਪਤੀ ਦੋਵਾਂ ਦੀ ਆਪਣੀ, ਜਦੋਂ ਗਿਆਨੀ ਜੀ ਸੀ ਐਮ ਸੀ, ਇਹ ਐਮਰਜੈਂਸੀ ਸੀ, ਇਹਨੂੰ ਲੁਧਿਆਣੇ ਟ੍ਰਾਂਸਫਰ ਕਰਵਾਇਆ, ਉੱਥੇ ਦੀ ਵੋਟੀ ਨੂੰ ਅੰਦਰ ਜਾਣ ਕੇ ਵਿਦ ਕਾਰ ਦੇ ਅਲਾਓ ਕਰਵਾਇਆ ਮਿਲਦੇ। ਗਿਆਨੀ ਜੀ ਨੇ ਪੂਰੀ ਇਹਦੀ ਮਦਦ ਕੀਤੀ, ਇਹਦੀ ਕੁੜੀ ਦੇ ਵਿਆਹ 'ਤੇ ਮੰਦੇ ਹੋਏ ਜੇਲ੍ਹ 'ਚ, ਅਤੇ ਗਿਆਨੀ ਜੀ ਰਾਸ਼ਟਰਪਤੀ ਭਵਨ ਦਾ ਸੈਕਟਰੀ ਲੈ ਕੇ ਗੁਲਦਸਤੇ ਸਟੇਜ 'ਤੇ ਲੈਣ ਆਇਆ, ਸਟੇਜ 'ਤੇ ਸਲੂਟ ਦੇ ਕੇ। ਉਹਨਾਂ ਰਿਸ਼ਤਿਆਂ 'ਚ ਕੋਲ ਤੁਸੀਂ ਸੀ? ਮੈਂ ਹੀ ਕਰਾਇਆ। ਇਹ ਤਾਂ ਫਿਰ ਆਸਾਨ ਫਰਾਮੋਸ਼ੀ ਆ। ਮੈਂ ਉਹੀ ਕਹਿੰਦਾ, ਮੈਂ ਕਦੇ ਉਹਨੂੰ ਕਦੀ ਉਹਨੇ ਬਾਦਲ ਨੇ ਬਈ ਜਦੋਂ ਮੈਨੂੰ ਐਮ ਪੀ ਕਿਉਂ ਨਹੀਂ ਚੁਣਿਆ ਉਹਨੇ ਕਦੇ ਆਪਣੇ ਵੱਲੋਂ ਕਦੇ, ਕਿ ਮੈਂ ਇਸ ਗੱਲ ਕਿਉਂ ਨਹੀਂ ਫਿਰ ਪੰਜ ਵਾਰੀ ਨਰੇਸ਼ ਨੂੰ ਤਿੰਨ ਵਾਰੀ ਭੂ ਕਿਉਂ ਦੱਸੋ ਜਦੋਂ ਲੋੜ ਪੈਂਦੀ ਤੁਹਾਡੀ ਵਰਤੋਂ? ਦੱਸੋ ਮੈਂ ਮੇਰੀ ਬੜਾ ਬੜਾ ਇਤਿਹਾਸ ਹੈ ਤੁਹਾਡੇ ਕੋਲ। ਚਲੋ ਪਰ ਹੁਣ ਖਤਮ ਨਹੀਂ, ਹੁਣ ਪਤਾ ਨਹੀਂ ਕਦੋਂ ਖਬਰ ਹੀ ਆ ਜਾਣੀ। ਨਹੀਂ ਨਹੀਂ, ਦੇਖੋ ਮੈਂ ਹੁਣ ਕਿੰਨਾ ਚਿਰ ਸੋਚ ਸਕਦਾ। ਮੇਰੀ ਵਾਹਿਗੁਰੂ ਨੇ ਕੀਤਾ ਕਿ ਮੈਂ ਇੱਕ ਤਾਂ ਮੈਨੂੰ ਖੁਸ਼ੀ ਰਹੀ ਹੈ ਸਾਰੀ ਉਮਰ, ਬੜੇ ਸੈਟਬੈਕ ਹੋਏ ਕੁਛ ਹੁੰਦੇ ਰਹੇ, ਪਰ ਰੱਬ ਨੇ ਵਾਈਫ ਚਲੀ ਗਈ, ਬੜਾ ਹੋਇਆ। ਉਹ ਤੁਹਾਨੂੰ ਬਹੁਤ ਤਗੜਾ ਝਟਕਾ, ਲੇਕਿਨ ਮੈਂ ਆਪਣੀ ਸਿਹਤ ਠੀਕ ਰੱਖੀ, ਚਰਜਾ ਫਿਰਦਾ। ਹੁਣ ਅੱਜ ਮੈਂ ਨਹੀਂ ਸੀ ਆਉਣਾ ਚਾਹੁੰਦਾ, ਮੈਂ ਤਾਂ ਆਇਆ, ਮੈਨੂੰ ਇੰਨੇ ਚਿਰ ਹੋਇਆ ਮੈਂ ਅੰਮ੍ਰਿਤਸਰ ਨਹੀਂ ਗਿਆ, ਮੈਂ ਹਵਾਈ ਜਹਾਜ਼ 'ਚ ਟਰੈਵਲ ਤਾਂ ਕਰਾਂ। ਮੈਨੂੰ ਇਹ ਡਰ ਜਿਹਾ ਲੱਗਣ ਲੱਗ ਗਿਆ ਕਿ ਮੈਂ ਹਵਾਈ ਅੱਡੇ ਹੁਣ ਕਿਵੇਂ, ਬਿਹਤਰੀਨ। ਮੈਂ ਮਤਲਬ ਕਿ ਬਿਮਾਰ ਰਿਹਾ ਪਿਛਲੇ ਹਫ਼ਤੇ, ਅੱਛਾ, ਤਾਂ ਵੀ ਮੈਂ ਆ ਗਿਆ। ਚਲੋ ਆਨੰਦ ਆਇਆ। ਅੱਛਾ, ਦਰਬਾਰਾ ਸਿੰਘ ਮੇਰੇ ਦੁਸ਼ਮਣ ਰਿਹਾ। ਅੱਛਾ, ਹਾਂ, ਇੱਕ ਬੜੀ ਵੱਡੀ ਗੱਲ ਹੈ ਕਿ ਦਰਬਾਰਾ ਸਿੰਘ ਮੇਰਾ ਬੜਾ ਯਾਰ ਹੁੰਦਾ ਸੀ ਕੈਰੋਂ ਟਾਈਮ, ਬੜਾ ਮੈਂ ਜੇ ਘਰ ਜਾਣਾ, ਇਹਨੇ ਮੈਨੂੰ ਚੰਗੀ ਤਰ੍ਹਾਂ ਮਿਲਣਾ, ਇਹਦੇ ਪੁੱਤਰ ਦੇ ਵਿਆਹ 'ਤੇ ਵੀ ਮੈਂ ਬਹੁਤ। ਪਰ ਜਦੋਂ ਗਿਆਨੀ ਜੈਲ ਸਿੰਘ ਸੀ ਐਮ ਬਣ ਗਿਆ ਤਾਂ ਇਹ ਮੇਰੇ ਖਿਲਾਫ਼ ਹੋ ਗਿਆ, ਕਹਿੰਦਾ ਨਹੀਂ ਤੂੰ ਗਿਆਨੀ ਨੂੰ ਚੁੱਕ ਰਿਹਾ, ਮੈਨੂੰ ਬੜਾ ਹੀ ਮੇਰੇ ਨਾਲ ਦੀ। ਫਿਰ ਜਦੋਂ ਸੀ ਐਮ ਬਣ ਗਿਆ ਨੇ ਮੈਨੂੰ ਬੜਾ ਤੰਗ ਕੀਤਾ, ਮੈਂ ਉਦੋਂ ਐਡੀਸ਼ਨਲ ਡਾਇਰੈਕਟਰ ਕਲਚਰ ਸੀ, ਤਨਖਾਹ ਰੋਕ ਲਈ ਪਹਿਲਾਂ ਥੋੜ੍ਹੀ ਵਾਰੀ, ਤਾਂ ਫਿਰ ਉਹ ਤਾਂ ਰੱਬੋ ਹੀ ਕੰਮ ਹੋ ਗਿਆ ਕਿ ਮੈਂ ਏਸ਼ੀਅਨ ਗੇਮ ਚਲਾ ਗਿਆ, ਇਹਨੇ ਮੈਨੂੰ ਬੜਾ ਤੰਗ ਕੀਤਾ। ਅੱਛਾ, ਹੀ ਵਾਸ ਵਨ ਸੀ ਐਮ ਕੈਸ਼ ਸੀ ਐਮ ਜਿਹਨੇ ਮੈਨੂੰ ਇਗਨੋਰ ਕੀਤਾ। ਮਤਲਬ ਲਗਭਗ ਜਿੰਨਾ ਚਿਰ ਤੁਸੀਂ ਰਿਟਾਇਰ, ਜਿੰਨਾ ਚਿਰ ਤੁਸੀਂ ਰਾਸ਼ਟਰਪਤੀ ਭਵਨ 'ਚ ਨਹੀਂ ਗਏ, ਉਦੋਂ ਤੱਕ ਤੁਹਾਡੀ ਪੰਜਾਬ 'ਚ ਵੀ ਸਰਦਾਰੀ ਸੀ ਪੂਰੀ। ਨਹੀਂ, ਪੰਜਾਬ ਦੇ ਅਫਸਰਾਂ 'ਚ ਲੋਕਾਂ 'ਚ ਮੈਂ ਆਇਆ, ਮੈਨੂੰ ਵੈਰੀ ਪਾਪੂਲਰ, ਪਰ ਮੈਂ ਨਾ ਕੋਈ ਕੰਮ ਕਰਵਾਇਆ ਕਿਸ ਤੋਂ, ਨਾ ਕਿਸੇ ਦੀ ਬਦਨਾਮ, ਮੈਂ ਇਸ ਪਾਸੇ ਨਹੀਂ ਪਿਆ ਕਿ ਮੈਂ ਲੋਕਾਂ ਦੇ ਸਿਫਾਰਿਸ਼ਾਂ ਕਰਾਵਾਂ ਕਿਸੇ ਵਜ਼ੀਰ। ਹਰ ਸਾਰੀ ਪੰਜਾਬ ਕੈਬਨਿਟ, ਹੰਸਰਾਜ ਸ਼ਰਮਾ ਫਲਾਣੇ ਸਾਰੇ ਵਜ਼ੀਰ ਮੈਨੂੰ, ਕਿਉਂਕਿ ਮੈਂ ਗਿਆਨੀ ਦਾ ਇੰਨਾ ਸਭ ਕੁਛ, ਦੇਖੋ ਗਿਆਨੀ ਸੀ ਐਮ ਅਤੇ ਮੈਂ ਮਾਰਕ ਫੈਡੇ ਸੀ, ਅਤੇ ਸਭ ਕੁਛ ਮੈਂ ਇੱਕ ਰਿਟਨ ਆਰਡਰ ਪਿਆ ਸਰਕਾਰ 'ਚ ਸੀ ਐਮ ਕਿ ਵੈਨ ਐਵਰ ਸੀ ਐਮ ਪੰਜਾਬ ਗੋਜ਼ ਆਊਟ ਆਫ ਪੰਜਾਬ, ਤ੍ਰਿਲੋਚਨ ਸਿੰਘ ਜੁਆਇੰਟ ਸੈਕਟਰੀ ਮਾਰਕ ਫੈਡ ਵਿਲ ਕੰਪਨੀ ਐਮ ਓਫੀਸ਼ੀਅਲੀ। ਅੱਛਾ, ਇਹ ਆਰਡਰ ਸੀ। ਪੰਜ ਸਾਲ ਮੈਂ ਜਿੱਥੇ ਗਿਆਨੀ ਜੀ ਗਏ ਇੰਡੀਆ 'ਚ ਮੈਂ ਨਾਲ, ਲਾਹੌਰ ਵੀ ਗਏ ਨਾਲ, ਬੰਬੇ, ਗਿਆਨੀ ਬੜਾ ਟੂਰ ਬੜਾ ਕੀਤਾ ਸੀ ਐਮ ਅਤੇ ਮੈਂ ਨਾਲ, ਅਸੀਂ ਦੋਨੋਂ ਹਰ ਜਗ੍ਹਾ, ਪੰਜ ਸਾਲ ਸਾਰਾ ਇੰਡੀਆ ਮੈਂ ਨਾਲ, ਇੰਗਲੈਂਡ ਜਾਣਾ ਸੀ ਨਾਲ, ਮੈਂ ਲੰਡਨ ਪਹੁੰਚ ਗਿਆ, ਇਹ ਪਿੱਛੋਂ ਰੁਕ ਗਿਆ। ਅੱਛਾ, ਰਾਜੀਵ ਗਾਂਧੀ ਨਾਲ ਵੀ ਤੁਹਾਡੀਆਂ ਬੜੀਆਂ ਸ਼ਾਮਾਂ, ਉਹ ਕਿਵੇਂ ਹੋਈਆਂ ਇਹ ਕਿਸੇ ਨੂੰ ਪਤਾ ਹੀ ਨਹੀਂ।
ਜਦੋਂ ਮੈਂ ਏਸ਼ੀਅਨ ਗੇਮ ਚ ਡਾਇਰੈਕਟਰ ਲੱਗਿਆ ਤੇ ਰਾਜੀਵ ਗਾਂਧੀ ਗੇਮ ਦਾ ਇੰਚਾਰਜ ਬਣ ਗਿਆ। ਅੱਛਾ, ਇੱਕ ਸਾਲ ਇਹਨੇ ਡੀਫੈਕਟੋ ਸਭ ਕੁਛ ਹੋ ਗਿਆ ਤੇ ਇਹ ਰੋਜ਼ ਮੀਟਿੰਗ ਲੈਂਦਾ ਸੀ ਡਾਇਰੈਕਟਰਾਂ ਦੀ ਤੇ ਮੈਂ ਡਾਇਰੈਕਟਰ ਸੀ ਤੇ ਸ਼ਾਮ ਨੂੰ ਜੇ ਮੈਂ ਇਸ ਕੇਸ ਨਾਲ ਬਹਿ ਕੇ ਤੇ ਮੈਂ ਇੱਕ ਸਾਲ ਇਹਦੇ ਨਾਲ ਕੰਮ ਕੀਤਾ ਤੇ ਮੈਂ ਕਿਉਂਕਿ ਪਬਲਿਸਿਟੀ ਵਾਲਾ ਸੀ ਪੀ ਆਰ ਹਾਂ ਪੀ ਆਰ ਤਾਂ ਬਹਿਣੇ ਹਰ ਜਗ੍ਹਾ ਨਾਲ ਜਾਂਦਾ ਸੀ ਐਮ ਜਾਵੇ ਤਾਂ ਨਾਲ ਹੈ ਪ੍ਰਾਈਮ ਮਿਨਿਸਟਰ ਜਾਵੇ ਤਾਂ ਨਾਲ ਰੋਜ਼ ਤਾਂ ਕੋਈ ਨਾ ਮੈਨੂੰ ਨਾਲ ਖਬਰਾਂ ਮੈਂ ਲਵਾਉਣੀਆਂ ਤੇ ਪ੍ਰੈਸ ਸਾਰੀ ਉਹ ਪਹਿਲਾਂ ਜਦੋਂ ਮੈਂ ਗਿਆ ਨਾ ਹਫ਼ਤੇ ਬਾਅਦ ਮੀਟਿੰਗ ਹੁੰਦੀ ਨਾ ਉਹ ਕਹਿੰਦਾ ਚਲੋ ਬੂਟਾ ਸਿੰਘ ਇਹ ਪ੍ਰੈਸ ਕੈਸੇ ਠੀਕ ਹੋ ਗਿਆ ਇੱਕ ਹਫ਼ਤੇ ਮੈਂ ਉਹ ਕਹਿੰਦਾ ਜੀ ਨਿਆ ਡਾਇਰੈਕਟਰ ਆ ਗਿਆ ਹੈ ਨਿਆ ਮੈਨੂੰ ਨਹੀਂ ਬਤਾਇਆ ਕਹਿੰਦਾ ਕਹਿੰਦਾ ਨਹੀਂ ਬੂਈਆ ਹਾਇਰਡ ਨਿਊ ਡਾਇਰੈਕਟਰ ਫਰੋਮ ਪੰਜਾਬ ਹੀ ਕਹਿੰਦਾ ਪਰ ਆਈ ਐਮ ਸੀਇੰਗ ਏ ਲਾਟ ਆਫ ਚੇਂਜ ਇਨ ਦਾ ਪ੍ਰੈਸ ਵਰਨਾ ਤਾਂ ਸਾਲਾ ਪ੍ਰੈਸ ਬੜਾ ਉਲਟਾ ਮਾਰੇ ਉਹ ਕਹਿੰਦਾ ਉਸਨੇ ਕਹਿੰਦਾ ਅੱਛਾ ਫਿਰ ਇੱਕ ਦੋ ਦਿਨ ਬਾਅਦ ਫਿਰ ਉਸਨੇ ਗੱਲ ਚੰਗੀ ਲੱਗੀ ਉਹਨੂੰ ਤੇ ਕਹਿੰਦਾ ਉਸ ਕੋਈ ਮੀਟਿੰਗ ਮੈਂ ਸ਼ਾਮਲ ਕਰੋ ਰਾਤ ਕੇ ਵੇਲੇ ਤੇ ਮੈਂ ਇੱਕ ਸਾਲ ਰੋਟੀ ਦੇ ਨਾਲ ਖਾਈ ਅੱਛਾ ਘੱਟ ਘੱਟ ਮੈਂ 50-100 ਵਾਰੀ ਰੋਟੀ ਦੇ ਨਾਲ ਖਾਈ ਰਾਤ ਰਾਜੀਵ ਗਾਂਧੀ ਪੈਕ ਬੁਕ ਲਾ ਲੈਂਦੇ ਨਾ ਕਦੇ ਵੀ ਅੱਛਾ ਪਰ ਉਹ ਜਦੋਂ ਬਹਿੰਦਾ ਸੀ ਮੇਰੇ ਨਾਲ ਮੈਂ ਅੱਗੋਂ ਮੈਂ ਰੱਬ ਨੇ ਅਕਲ ਦਿੱਤਾ ਕਿ ਮੈਂ ਗੱਲ ਜਦੋਂ ਪਹੁੰਚ ਜਾ ਮੈਂ ਛਾ ਜਾਣਾ ਏਸ਼ੀਅਨ ਖੇਡ ਮੈਂ ਦਿਨ ਰਾਤ ਕੰਮ ਕਰਨਾ ਮੈਂ ਸਪੋਰਟਸ ਵਾਲਾ ਬੰਦਾ ਉਹ ਫਿਰ ਮੇਰਾ ਇਹਨਾਂ ਵਾਕਫ ਹੋ ਗਿਆ ਪੁੱਛੋ ਹੀ ਨਾ ਅੱਛਾ ਜਦੋਂ ਵਾਕਫ ਹੋ ਗਿਆ ਤੇ ਉਦੋਂ ਤੇ ਫਿਰ ਇਹ ਹਾਲਾਤ ਚ ਪ੍ਰਾਈਮ ਮਿਨਿਸਟਰ ਆ ਗਿਆ ਦੇਖੋ ਨਾ ਇਹ ਉਦੋਂ ਅੱਛਾ ਇੱਕ ਕਿਸੇ ਨੂੰ ਪਤਾ ਹੀ ਨਹੀਂ ਏਸ਼ੀਅਨ ਗੇਮ ਖਤਮ ਹੁੰਦੀ ਹੈ ਨਵੰਬਰ ਚ ਤੇ ਉਦੋਂ ਇਲੈਕਸ਼ਨ ਆ ਗਈ ਕਰਨਾਟਕ ਦੀ ਤੇ ਹੈਦਰਾਬਾਦ ਦੀ ਤੇ ਇੰਦਰਾ ਨੇ ਇਹਨੂੰ ਕਿਹਾ ਤੂੰ ਜਾ ਕੇ ਇੰਚਾਰਜ ਬਣ ਤੇ ਇਹਦਾ ਮੈਨੂੰ ਟੈਨਸ਼ਨ ਹੁੰਦਾ ਕਹਿੰਦਾ ਮੈਂ ਤੂੰ ਛੁੱਟੀ ਲੈ ਲੈ ਮੈਂ ਕਿਉਂ ਤੂੰ ਮੇਰੇ ਸਾਥ ਜਾਏਗਾ ਮੈਨੂੰ ਨਾਲ ਲੈ ਕੇ ਗਿਆ ਕਰਨਾਟਕ ਮੈਂ ਉਹਦੇ ਨਾਲ ਰਿਹਾ ਸਾਰੀ ਟੂਰ ਚ ਕਹਿੰਦਾ ਮੈਨੂੰ ਬਜਰੋਜ ਤੂੰ ਨਹੀਂ ਬਤਾਉਣਾ ਮੈਂ ਕਿਆ ਬੋਲੂੰਗਾ ਇੱਕ ਹਫ਼ਤਾ ਟੂਰ ਮੈਂ ਉਹਦੇ ਨਾਲ ਸਾਰੀ ਦੁਨੀਆ ਰਹਿਣ ਸਰਦਾਰ ਕਿੱਥੋਂ ਆ ਗਿਆ ਨਹੀਂ ਫਿਰ ਤਾਂ ਦੇਖੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਸੀ ਜੇ ਚਾਹੁੰਦੇ ਮੈਂ ਉਹੀ ਕਹਿੰਦਾ ਮੰਨਦੇ ਹੋ ਕਿਉਂਕਿ ਨੇੜ ਤਾਂ ਪੰਜਾਬ ਦੇ ਕਾਂਗਰਸ ਦੇ ਨਾਲ ਜੋੜ ਕੇ ਕੋਈ ਰਾਜੀਵ ਗਾਂਧੀ ਫਸਟ ਟੂਰ ਪੋਲੀਟੀਕਲ ਉਹ ਮੈਂ ਨਾਲ ਜਾਣਾ ਉਹਦੇ ਉਹ ਤੁਸੀਂ ਫਾਇਦਾ ਨਹੀਂ ਚੱਕਿਆ ਕੋਈ ਹਜੇ ਜਦੋਂ ਬਣ ਗਿਆ ਪ੍ਰਾਈਮ ਮਿਨਿਸਟਰ ਤੇ ਇਹ ਝਗੜੇ ਸ਼ੁਰੂ ਹੋ ਗਏ ਫਿਰ ਚਲੋ ਉਹ ਤੋਂ ਲੰਘ ਗਿਆ ਫਿਰ ਉਹ ਆਉਣ ਜਾਣ ਲੱਗ ਗਿਆ ਰਾਸ਼ਟਰਪਤੀ ਨਾਲ ਉਦੋਂ ਤੋਂ ਮੈਨੂੰ ਮਿਲਦਾ ਹੀ ਸੀ ਯਾਰ ਰਾਹ ਤਲੋਚਨ ਜੇ ਵੋ ਜੋ ਜਦੋਂ ਉਹਨਾਂ ਰਾਸ਼ਟਰਪਤੀ ਭਵਨ ਪਹਿਲਾਂ ਅਖਤੁੱਲਾ ਸੀ ਉਹ ਪਹਿਲਾਂ ਮੈਨੂੰ ਮਿਲਦਾ ਸੀ ਰਾਹ ਤਲੋਚਨ ਕਿਆ ਹਾਲ ਹੈ ਉਹ ਸਾਰੇ ਹੈਰਾਨ ਹੁੰਦੇ ਸਰ ਵੀ ਪਹਿਲਾਂ ਤਲੋਚਨ ਲੈ ਕੇ ਬੋਲਦਾ ਨਾ ਉਹ ਤੇ ਮੈਂ ਤਾਂ ਨੱਚ ਅੰਦਰ ਲੱਗ ਜਾਂਦਾ ਸੀ ਗਿਆਨੀ ਜੀ ਤੱਕ ਤੇ ਉਹ ਵੀ ਕਹਿੰਦਾ ਸੀ ਆਹ ਹਾਂ ਵੀ ਤਲੋਚਨ ਮਾਰਾ ਯਾਰ ਹੈ ਜੀ ਬਸ ਕਹਿੰਦਾ ਤੂੰ ਚੱਲ ਪਈ ਫਿਰ ਜਦੋਂ ਲੜਾਈ ਹੋਈ ਤੇ ਫਿਰ ਉਹ ਲੜਾਈ ਤੋਂ ਰੋਜ਼ ਮੈਨੂੰ ਕੁਛ ਕਹਿੰਦਾ ਵੀ ਗਿਆਨੀ ਕਿਆ ਕਰ ਰਿਹਾ ਗਿਆਨੀ ਇਹ ਕਰ ਰਿਹਾ ਉਹ ਮੈਨੂੰ ਗਿਆਨੀ ਦੀ ਸ਼ਿਕਾਇਤਾਂ ਰੋਜ਼ ਮੈਨੂੰ ਕਰਦਾ ਅੱਛਾ ਤੇ ਮੈਂ ਰੋਜ਼ ਗਿਆਨੀ ਨੂੰ ਦੱਸਦਾ ਫਿਰ ਜੋ ਗਿਆਨੀ ਜੀ ਕਹਿੰਦੇ ਮੈਂ ਉਹਨੂੰ ਦੱਸਦਾ ਪਹਿਲਾਂ ਤਾਂ ਇਹ ਕੰਮ ਹੁੰਦਾ ਸੀ ਕਿ ਉਹ ਕਹਿੰਦਾ ਇਹ ਕਰਿਆ ਗਿਆਨੀ ਜੀ ਨੇ ਇਹ ਕਰਿਆ ਸਮਝਾਓ ਇਸ ਕੋ ਉਹ ਗਿਆਨੀ ਜੀ ਤੂੰ ਫੈਡ ਅਪ ਹੋ ਗਿਆ ਵੀ ਗਿਆਨੀ ਜੀ ਅਨਪੜ੍ਹ ਹੈ ਅੱਛਾ ਬਈ ਕਲਚਰ ਨਹੀਂ ਆਤਾ ਇਨਕੋ ਕਿ ਜੇ ਹੈਡ ਆਫ ਸਟੇਟ ਆਤੇ ਹੈ ਇਹ ਸਮਝਾ ਨਹੀਂ ਸਕਦੇ ਅੱਛੀ ਤਰ੍ਹਾਂ ਬਿਹੇਵ ਨਹੀਂ ਕਰਦੇ ਉਹਨੂੰ ਥੋੜਾ ਜਿਹਾ ਪਹਿਲਾਂ ਸ਼ੁਰੂ ਤੋਂ ਇਹ ਹੋਇਆ ਵੀ ਮੇਰੀ ਮਾਂ ਨੇ ਗਲਤ ਕਰਤਾ ਬਈ ਇਹਨਾਂ ਨੂੰ ਨਹੀਂ ਨਹੀਂ ਆਉਂਦਾ ਤਾਂ ਸੀ ਪਰ ਜਿਸ ਤਰ੍ਹਾਂ ਦਾ ਇਹ ਬਾਹਰੋਂ ਫਾਰਮ ਪੜ੍ਹ ਕੇ ਆਇਆ ਇਹ ਟਿਕੇਟ ਗੱਲ ਸੋ ਸ਼ੁਰੂ ਤੋਂ ਗੱਲ ਹੁੰਦੀ ਹੈ ਦੂਜਾ ਜਿਹੜੇ ਨਾਲ ਸੀ ਨਾ ਅਰੁਣ ਨਹਿਰੂ ਵਗੈਰਾ ਇਹ ਗਰੁੱਪ ਇਹ ਐਂਟੀ ਗਿਆਨੀ ਜੀ ਹੋ ਗਏ ਇੱਕ ਬੜਾ ਵੱਡਾ ਇੱਕ ਨਵੀਂ ਗੱਲ ਚੱਲ ਪਈ ਸੋ ਉਹਦੀ ਹੌਲੀ ਹੌਲੀ ਇਹਨਾਂ ਦੀ ਆਪਸ ਵੱਧ ਕੇ ਗਈ ਤੇ ਉਹ ਗਿਆਨੀ ਜੀ ਅਗੋਂ ਜਿਹੜੀ ਹੈ ਉਹ ਹੋ ਗਿਆ ਕਿ ਮੈਂ ਇਹਨੂੰ ਸਬਕ ਸਿਖਾਵਾਂ ਉਹ ਵੀ ਕੋਲਡ ਵਾਰ ਚੱਲ ਪਈ ਉਹ ਹੋ ਗਈ ਵੀ ਗਿਆਨੀ ਜੀ ਕਹਿੰਦੇ ਮੈਂ ਉਹਨੂੰ ਕੱਢ ਸਕਦਾ ਅੱਛਾ ਪ੍ਰੈਜ਼ੀਡੈਂਟ ਐਟ ਦੀ ਪਾਵਰ ਟੂ ਰਿਮੂਵ ਹਿਮ ਉਹ ਵਕੀਲਾਂ ਤੋਂ ਲਿਖਵਾ ਲਿਆ ਹੋਰ ਕਰ ਲਿਆ ਉਹ ਮੇਰੀ ਡਿਊਟੀ ਲਾਈ ਤੂੰ ਪਬਲਿਸਿਟੀ ਕਾਰਜ ਸੀ ਤੇ ਪਬਲਿਸਿਟੀ ਇੰਨੀ ਕਰਾਤੀ ਕਿ ਘਬਰਾ ਗਿਆ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਗਿਆਨੀ ਜੀ ਨੂੰ ਕੱਢ ਦਈਏ ਇੰਪੀਚਮੈਂਟ ਦਾ ਪ੍ਰੋਗਰਾਮ ਲਿਆ ਹੈ ਅੱਛਾ ਹਾਂ ਉਹ ਸਕੀਮ ਬਣ ਗਈ ਤੇ ਉਹ ਫਿਰ ਉਹ ਰੋਜ਼ ਵਿਚਕਾਰ ਮੈਂ ਮੇਰੇ ਨਾਲਜ ਸੀ ਸਾਰਾ ਦੋਨੋਂ ਪਾਸੋਂ ਕੀ ਹੋ ਰਿਹਾ ਤੇ ਫਿਰ ਮੈਂ ਸਮਝੌਤਾ ਕਿੱਦਾਂ ਮੈਂ ਕਰਾਈ ਫਿਰ ਮੈਂ ਕਿਹਾ ਰਾਜੀਵ ਨੂੰ ਵੀ ਇਹ ਹੁਣ ਆਪਾਂ ਐਂਡ ਕਿਤੇ ਕਰਾਂਗੇ ਇਹਨਾਂ ਨੂੰ ਕਿਹਾ ਮੈਂ ਕਿਹਾ ਕੀ ਚਾਹੁੰਦੇ ਆ ਕਹਿੰਦੇ ਚਾਹੁੰਦੇ ਸੋਹਾਂ ਸੋਲਾ ਚਾਹੁੰਦੇ ਆ ਮੈਂ ਕਿਸੇ ਨੂੰ ਕਹੀ ਨੀ ਗਿਆ ਜੀ ਕਹਿੰਦੇ ਮੈਂ ਡਿਸਪਲਿਨ ਨਾ ਕਰਾਂ ਨਾ ਕਰਾਂ ਮੈਂ ਕਿਹਾ ਜੇ ਕਰੋਗੇ ਸਾਰਾ ਮੁਲਕ ਸਿੱਖਾਂ ਨੂੰ ਮਾਰ ਦੇਗਾ ਸਿੱਖ ਨੇ ਕੱਟਤਾ ਤੇ ਮੈਂ ਕਿਹਾ ਕਹਿੰਦੇ ਕੁਛ ਨੀ ਕਰਨਾ
ਮਾਰਨੇ ਨਾਲੋਂ ਪਿੱਜਣਾ ਚੰਗ ਕੀ ਕਹਿੰਦੇ ਮਾਰੇ ਨਾਲੋਂ ਭਜਾਇਆ ਚੰਗ ਭਜਾਇਆ ਚੰਗ ਉਹ ਕਰਨਾ ਉਹ ਮੈਂ ਉਸ ਰੂਣ ਚੋਰੀ ਨੇ ਲਿਖਿਆ ਵੀ ਆਰਟੀਕਲ ਇੱਕ ਕਿ ਗਿਆਨੀ ਜੀ ਨੇ ਨਿਕਾਲਣਾ ਨਹੀਂ ਥਾ ਇਸਕੋ ਇੱਕ ਕੈਮਾਫਲਾਜ ਕ੍ਰੀਏਟ ਕੀਤਾ ਸੀ ਔਰ ਉਹ ਤਰਲੋਚਨ ਸਿੰਘ ਕਰਦਾ ਸੀ ਇਹ ਰੂਣ ਚੋਰੀ ਦਾ ਆਰਟੀਕਲ ਬਈ ਹੈਡਿੰਗ ਇਹ ਹੈ ਮਾਰਨਾ ਨਹੀਂ ਪਿਦਾਣਾ ਹੈ ਇਹ ਮਤਲਬ ਰੂਣ ਦੀ ਆਪਣੀ ਕਿਤਾਬ ਹੈ ਬੈਟੋਬਾਇਓਗ੍ਰਾਫੀ ਤੇ ਮੈਂ ਕਿਹਾ ਜੀ ਫਿਰ ਮੈਂ ਉਹਨੂੰ ਕਹਿ ਦਿਆਂ ਰਾਜੀਵ ਨੂੰ ਕਹਿੰਦੇ ਕੱਲ ਦੱਸਾਂ ਕਹਿੰਦੇ ਕਹਿ ਦੇ ਉਹਨੂੰ ਵੀ ਦਿਲੋਂ ਕੋਈ ਗੱਲ ਨਹੀਂ ਐਵੇਂ ਹੁਣ ਆਪਾਂ ਇਹਦਾ ਕੀ ਤਰੀਕਾ ਕਰੀਏ ਮੈਂ ਕਿਹਾ ਜੀ ਮੈਂ ਹੁਣ ਉਸੂਲਾ ਜੀ ਚਲਾਵਾਂ ਕਹਿੰਦੇ ਚਲਾ ਦੇ ਮੈਂ ਰਾਜੀਵ ਨੂੰ ਫਿਰ ਕਿਹਾ ਮੈਂ ਕਿਹਾ ਵੀ ਉਸੂਲਾ ਚਲਾਈਏ ਉਹ ਇੱਕ ਦਿਨ ਰਾਤ ਨੂੰ ਕੀ ਹੋਇਆ ਮੈਨੂੰ ਟੈਲੀਫੋਨ ਕਰਦਾ ਰਾਜੀਵ ਗਾਂਧੀ 10:30 ਸਾਨੂੰ ਪਾਉਣਾ ਯਾਰ ਉਦੋਂ ਟੈਲੀਫੋਨ ਦੂਜੇ ਹੁੰਦੇ ਘੁੰਮਣ ਕਹਿੰਦੇ ਤਰਲੋਚਨ ਹਾਂਜੀ ਉਹ ਤੋਂ ਗਿਆਨੀ ਜੀ ਤੋਂ ਸਾਈਨ ਕਰਨ ਲੱਗੇ ਅੱਜ ਤੂੰ ਤੋਂ ਕਹਿੰਦਾ ਤਾ ਵੀ ਸਭ ਠੀਕ ਹੋ ਗਿਆ ਮੈਂ ਕਿਹਾ ਕਿਆ ਕਰਨ ਲੱਗੇ ਕਹਿੰਦਾ ਮੇਰੀ ਡਿਸਮਿਸਲ ਕੇ ਅੱਛਾ ਹਾਂ ਮੈਂ ਕਿਹਾ ਕਿਆ ਕਹਿੰਦਾ ਆਈ ਬੀ ਵਾਲੇ ਮੇਰੇ ਬਾਹਰ ਬੈਠੇ ਹੈ ਡਾਇਰੈਕਟਰ ਉਹ ਕਹਿੰਦਾ ਜੀ ਸਾਰਾ ਵਾਂਟ ਟਾਈਪ ਹੋ ਚੁੱਕਾ ਲੈਟਰ ਬਣ ਗਿਆ ਅਭੀ ਪ੍ਰੈਜ਼ੀਡੈਂਟ ਸਾਈਨ ਕਰ ਦੇਗਾ ਮੈਂ ਕਿਹਾ ਜੀ ਇਹ ਜੋ ਬਾਹਰ ਬੈਠੇ ਹੈ ਇਹ ਆਪਕੋ ਡਰਾਨੇ ਇਹ ਕੁਝ ਉਨਕੀ ਨੌਕਰੀ ਦੇ ਦੋ ਇਨਕੋ ਔਰ ਕੋਈ ਕਹਿੰਦਾ ਮਾਹੌਲ ਨਾ ਕਰੋ ਅੱਛਾ ਹਾਂ ਕਿਆ ਕਰ ਰਹੇ ਹੋ ਮੈਨੂੰ ਨੀਂਦ ਨਹੀਂ ਆ ਰਹੀ ਕਹਿੰਦਾ ਨੀਂਦ ਨਹੀਂ ਆ ਰਹੀ ਮੈਨੂੰ ਤੂੰ ਆਪ ਕਹਿੰਦਾ ਯੇ ਮੈਂ ਤਾਂ ਸਾਰੀ ਰਾਤ ਸੋਊਂਗਾ ਨੀ ਮੈਂ ਕਿਹਾ ਜੀ ਆਪ ਸੋ ਜਾਓ ਮੈਂ ਜੇ ਕਹਿ ਰਿਹਾ ਕਹਿੰਦੇ ਕਿਉਂ ਮੈਂ ਕਿਹਾ ਜੀ ਮੈਂ ਆਪਣੇ ਘਰ ਮੈਂ ਸੋ ਰਹਾ ਹਾਂ ਕਹਿੰਦੇ ਇਸਕਾ ਮਤਲਬ ਕੀ ਹੁਆ ਮੈਂ ਕਿਹਾ ਗਿਆਨੀ ਜੈਲ ਸਿੰਘ ਜਗ ਤੱਕ ਤਰਲੋਚਨ ਸਿੰਘ ਕਾਗਜ਼ ਕੋ ਦੇਖ ਲੈ ਸਾਈਨ ਨਹੀਂ ਕਰ ਸਕਦਾ ਕਹਿੰਦਾ ਕਿਉਂ ਮੈਂ ਕਿਹਾ ਯੇ ਹਮਾਰਾ ਆਪਸ ਮੈਂ ਫੈਸਲਾ ਹੈ ਕਿ ਜਦ ਤੱਕ ਤਰਲੋਚਨ ਸਿੰਘ ਨਹੀਂ ਦੇਖੇਗਾ ਉਹ ਸਾਈਨ ਨਹੀਂ ਜਾਏ ਫਿਰ ਮੈਂ ਕਿਹਾ ਦੂਸਰਾ ਜਿਸ ਨੇ ਟਾਈਪ ਕਰਨਾ ਹੈ ਉਹ ਕੁਲਵੰਤ ਸਿੰਘ ਹੈ ਉਹ ਸੋ ਰਿਹਾ ਘਰ ਮੈਂ ਸੀਕ੍ਰੇਟ ਡਾਕੂਮੈਂਟ ਇੱਕ ਹੀ ਆਦਮੀ ਟਾਈਪ ਕਰ ਸਕਦਾ ਹੈ ਕੁਲਵੰਤ ਸਿੰਘ ਤਾਂ ਉਹ ਘਰ ਮੈਂ ਹੈ ਆਪ ਬਤਾਓ ਇਹ ਜੋ ਆਈ ਬੀ ਵਾਲੇ ਨੇ ਕਿਆ ਸੋਚ ਲਿਆ ਕਹਿੰਦਾ ਅੱਛਾ ਮੈਂ ਸੋ ਜੂ ਮਗਰ ਸੋਚ ਲੋ ਏਦਾਂ ਰਾਤ ਹੋਈ ਹੈ ਅੱਛਾ ਫਿਰ ਅਗਲੇ ਦਿਨ ਮੋਗਿਆ ਕੰਮ ਫਿਰ ਮੈਂ ਫਿਰ ਸੁਣ ਮੈਂ ਕਿਹਾ ਜੀ ਨੈਕਸਟ ਡੇ ਕਿਹਾ ਮੈਂ ਜੀ ਟੈਨਸ਼ਨ ਖਤਮ ਕਰੋ ਸੁਲਾ ਕਰੇ ਕਹਿੰਦੇ ਕੈਸੇ ਮੈਂ ਕਿਹਾ ਕੱਲ ਸਵੇਰੇ ਆਪ ਰਾਸ਼ਟਰਪਤੀ ਭਵਨ ਆਪਕੀ ਮੁਲਾਕਾਤ ਸ਼ੁਰੂ ਕਰਵਾਏ ਮੈਂ ਜੀ ਚਾਰ ਮੁਲਾਕਾਤਾਂ ਕਰਾਤੀਆਂ ਅੱਛਾ ਇਸ ਤਰ੍ਹਾਂ ਹੀ ਆਇਆ ਮਿਲ ਕੇ ਚਲਾ ਗਿਆ ਜਦੋਂ ਮਿਲ ਕੇ ਆਉਂਦਾ ਮੈਨੂੰ ਬਾਹਰ ਆ ਕੇ ਦੱਸਤਾ ਕਿ ਕਿਆ ਹੋਇਆ ਫਿਰ ਆਪਣਾ ਫਿਰ ਮੈਨੂੰ ਕਹਿੰਦਾ ਦੂਜੀ ਮੁਲਾਕਾਤ ਤਰਲੋਚਨ ਸਿੰਘ ਤੂੰ ਨੇ ਫਸਾ ਦੀ ਮਜੋ ਕਿਉਂ ਕਹਿੰਦਾ ਉਹ ਤਾਂ ਬੋਲਤੇ ਹੀ ਰਹਤੇ ਮੁਝੇ ਤਾਂ ਬੋਲਣੇ ਕਾ ਟਾਈਮ ਹੀ ਨਹੀਂ ਦੇਤਾ ਕਹਿੰਦਾ ਉਹ ਤਾਂ ਬੋਲਤੇ ਹੀ ਰਹਤੇ ਕਹਿੰਦੇ ਨਾ ਜੋ ਬੋਲਤੇ ਮੈਨੂੰ ਸਮਝ ਨਹੀਂ ਆਤੀ ਪਤਾ ਗੱਲ ਜੀ ਕਹਿੰਦੇ ਮੱਝ ਟੋਬੇ ਚ ਵੜ ਗਈ ਤੇ ਉਹ ਚੋਂ ਮੱਝ ਕੱਢਣੀ ਸਭ ਤੋਂ ਵੱਡਾ ਇੱਕ ਆਰਟ ਹੈ ਤੇ ਮੈਨੂੰ ਉਹ ਆਉਂਦਾ ਤੇ ਜਿਹੜਾ ਇਹ ਹੀ ਸਰਕਾਰ ਹੈ ਗਿਆਨੀ ਜੀ ਮਿਸਾਲਾਂ ਪੰਜਾਬੀ ਦੀ ਦਿੰਦੇ ਸੀ ਕਿ ਰਾਜਾ ਮੇਰੇ ਕਹਿੰਦਾ ਸੀ ਰਾਜੇ ਵਕਤ ਮੈਂ ਇਹ ਕੀਤਾ ਉਹਨੂੰ ਘੰਟਾ ਦਾ ਉਹਨਾਂ ਲੈਕਚਰ ਕਰਦੇ ਆਪਣਾ ਗਿਆਨੀ ਬੜੀ ਆਦਤ ਸੀ ਟੱਗ ਟਿਪ ਪ੍ਰਧਾਨ ਮੰਤਰੀ ਕੋ ਟਾਈਮ ਕਿੱਥੇ ਮੈਨੂੰ ਕਹਿੰਦਾ ਜੀ ਬਸ ਮੈਂ ਕਿਹਾ ਜੋ ਕਹਤੇ ਹੈ ਬੇਅਰ ਕਰੋ ਗੱਪ ਖਤਮ ਕਰਨੀ ਹੈ ਬਸ ਚਾਰ ਮੀਟਿੰਗ ਹੋਈ ਹਾਂ ਬਸ ਚਾਰ ਮੀਟਿੰਗ ਬਾਅਦ ਬਸ ਫਿਰ ਸੁਲਾ ਹੋਈ ਸੁਲਾ ਚ ਕੀ ਹੋਇਆ ਇਹ ਕਿਸੇ ਨੂੰ ਪਤਾ ਹੀ ਨਹੀਂ ਹਿਸਟਰੀ ਚ ਹੈ ਮੈਂ ਬੋਲਾਂਗਾ ਤੁਹਾਡੇ ਤੇ ਕਿ ਰਾਸ਼ਟਰਪਤੀ ਰਿਟਾਇਰ ਹੋਣ ਵਕਤ ਕੋਈ ਉਸਨੂੰ ਘਰ ਨਹੀਂ ਸੀ ਮਿਲਦਾ ਪਹਿਲਾ ਘਰ ਰਾਸ਼ਟਰਪਤੀ ਜੈਲ ਸਿੰਘ ਨੂੰ ਮੈਂ ਦਵਾਇਆ ਰਾਜੀਵ ਗਾਂਧੀ ਕੋਲ ਉਸ ਤੋਂ ਬਾਅਦ ਟ੍ਰੈਡੀਸ਼ਨ ਬਣ ਗਈ ਕਿ ਰਿਟਾਇਰਡ ਨੂੰ ਘਰ ਮਿਲੇ ਇਹ ਹਿਸਟਰੀ ਚ ਰਿਕਾਰਡ ਇਹ ਮੇਰੀ ਸੁਲਾ ਦੀ ਪਹਿਲੀ ਨਿਸ਼ਾਨੀ ਕਿ ਗਿਆਨੀ ਜੀ ਰਹਿਣਗੇ ਕਿੱਥੇ ਪਿੰਡ ਜਾਣਾ ਪੈਣਾ ਸੀ ਦਿੱਲੀ ਤਾਂ ਘਰ ਹੀ ਨਹੀਂ ਗਿਆਨੀ ਜੀ ਕੋਲ ਬਿਲਕੁਲ ਮੈਂ ਕਿਹਾ ਜੀ ਘਰ ਨਹੀਂ ਉਹਨਾਂ ਪਾਸ ਫਿਰ ਕਹਿੰਦਾ ਉਹ ਤਾਂ ਕਾਨੂੰਨ ਹੀ ਨਹੀਂ ਹੈ ਫਿਰ ਕਹਿੰਦਾ ਕੋਈ ਖਰੀਦ ਲਓ ਪੈਸੇ ਪੂਸੇ ਦੇ ਦਿੱਤੇ ਮੈਂ ਕਿਹਾ ਜੀ ਖਰੀਦਿਆ ਕਹਾਂ ਆਪ ਬੁਰਾ ਲੱਗੇਗਾ ਤੋ ਫਿਰ ਫੈਸਲਾ ਹੋਇਆ ਕਿ ਐਮ ਪੀ ਕਾ ਇੱਕ ਹਾਊਸ ਦੇ ਦਿਓ ਇੱਕ ਐਕਸ ਐਮ ਪੀ ਮੈਂ ਜਿਵੇਂ ਐਮ ਪੀ ਦਾ ਘਰ ਗਿਆਨੀ ਜੀ ਨੂੰ ਅਲਾਟ ਕਰ ਉਸ ਤੋਂ ਬਾਅਦ ਸਾਰਿਆਂ ਨੂੰ ਮਿਲਣਾ ਸ਼ੁਰੂ ਪਰ ਉਸ ਤੋਂ ਬਾਅਦ ਫਿਰ ਇੱਕ ਰੂਲ ਬਣ ਗਿਆ ਸੋ ਗਿਆਨੀ ਜੀ ਨੂੰ ਸੁਲਾ ਚ ਮੈਂ ਕਰ ਦਵਾਇਆ ਉਹਨੇ ਫਿਰ ਡਿਨਰ ਕੀਤਾ ਗਿਆਨੀ ਜੀ ਦਾ ਘਰ ਬੁਲਾਇਆ ਆਪਣੇ ਉੱਥੇ ਫਿਰ ਫੈਸਲਾ ਹੋਇਆ ਵੀ ਗੱਲ ਮੁੱਕ ਗਈ ਫਿਰ ਕਹਿੰਦੇ ਇੱਕ ਹੋਰ ਕਰੋ ਲੋਕਾਂ ਨੂੰ ਦਿਖਾਵੇ ਇੱਕ ਵਜ਼ੀਰ ਸੀ ਫੋਰਨ ਜਿਹੜਾ ਗਿਆਨੀ ਦੇ ਖਿਲਾਫ਼ ਬੋਲਿਆ ਸੀ ਪਾਰਲੀਮੈਂਟ ਉਹਨੂੰ ਡਿਸਮਿਸ ਕਰਵਾਇਆ ਅੱਛਾ ਹਾਂ ਉਹਦਾ ਅਸਤੀਫਾ ਉਹਦਾ ਡਿਸਮਿਸ ਕਮਾਲ ਵੈਸੇ ਉਹ ਖੁਸ਼ਵੰਤ ਸਿੰਘ ਵਾਲਾ ਕਿੱਸਾ ਵੀ ਮੈਨੂੰ ਬੜਾ ਵਧੀਆ ਲੱਗਦਾ ਜਿਹੜਾ ਖੁਸ਼ਵੰਤ ਸਿੰਘ ਨੇ ਲਿਖਿਆ ਕਹਿੰਦਾ ਜੀ ਮੈਨੂੰ ਇਹ ਦੋ ਅਵਾਰਡ ਦੇ ਗਿਆ ਪਰ ਅਖੀਰ ਦਵਾਏ ਕਿੰਨੇ ਤਰਲੋਚਨ ਜਿਹੜਾ ਆਪ ਕੁਛ ਨੀ ਮੰਗਦਾ ਲੋਕਾਂ ਨੂੰ ਦਿੰਦਾ ਇੰਡਾਈਟਮੈਂਟ ਨੂੰ ਦਿਆਂਗਾ ਕਾਪੀ ਕਰ ਠੀਕ ਹੈ ਇੰਡਾਈਟਮੈਂਟ ਲਿਖ ਗਿਆ ਆਟੋਰੀਅਲ
ਆਪਣਾ ਜਿਹੜਾ ਕਾਲਮ ਲਿਖਦਾ ਸੀ ਆਪਣਾ, ਇਸ ਕਾਲਮ ਚ ਲਿਖਿਆ ਉੱਪਰ ਕਾਲਮ ਦਾ ਹੈਡਿੰਗ ਸ਼ਾਬਾਸ਼, ਕਿਤੇ ਕੌਮ ਨੇ ਸ਼ਾਬਾਸ਼ ਦਿੱਤੀ ਮੈਨੂੰ। ਨਿੱਜੀ ਨੇ ਨਾ ਬੜੀਆਂ ਲੰਬੀਆਂ। ਵੈਸੇ ਫਿਰ ਕਿੱਸਾ ਸੁਣਾ ਵੀ ਦਿਓ ਖੁਸ਼ਵੰਤ ਸਿੰਘ ਵਾਲਾ। ਖੁਸ਼ਵੰਤ ਸਰ, ਖੁਸ਼ਵੰਤ ਸਿੰਘ ਦੇਖੋ ਮੇਰਾ ਬੜਾ ਯਾਦ ਸੀ। ਖੁਸ਼ਵੰਤ ਸਿੰਘ ਨਾਲ ਮੇਰਾ ਸੰਬੰਧ ਜੁੜਿਆ ਜਦੋਂ ਮੈਂ ਪਬਲਿਕ ਰਿਲੇਸ਼ਨ ਚ ਰਿਹਾ, ਫਿਰ ਮਾਰਕਫੈਡ ਚ ਰਿਹਾ, ਬੜੀ ਮੇਰਾ ਦੋਸਤੀ ਹੋ ਗਈ। ਬੰਬੇ ਜਦੋਂ ਸੀ ਮੈਂ ਇਲਸਟ੍ਰੇਟਡ ਵੀਕਲੀ, ਜਦੋਂ ਵੀ ਮਿਲ ਕੇ ਆਉਂਦਾ ਸੀ ਮੈਂ ਉਹਨਾਂ ਨੂੰ ਪੰਜਾਬ ਵੀ ਬੁਲਾਇਆ, ਦੋ ਵਾਰੀ ਟੂਰ ਕਰਵਾਇਆ ਕੀਤਾ। ਔਰ ਇੱਕ ਤੁਹਾਨੂੰ ਹਿਸਟੋਰੀਕਲ ਮੈਂ ਗੱਲ ਦੱਸਣੀ ਚਾਹੁੰਦਾ ਜੀ, ਭੁੱਲ ਗਿਆ। ਇਤਨਾ ਵੱਡੇ ਇਸ਼ੂ ਹੋਏ, ਅਸੀਂ ਇੰਦਰਾ ਦੇ ਖਿਲਾਫ਼ ਤਾਂ ਬੋਲਦੇ ਹਾਂ, ਤਿੰਨ ਵਾਰੀ ਇੰਦਰਾ ਗਾਂਧੀ ਨੇ ਅਕਾਲੀਆਂ ਨਾਲ ਸੁਲਾਹ ਕਰਨ ਦੀ ਕੋਸ਼ਿਸ਼ ਕੀਤੀ। ਅੱਛਾ। ਔਰ ਜਿਹੜੀ ਅਖੀਰਲੀ ਸੁਲਾਹ ਕਰਨ ਦੀ ਕੋਸ਼ਿਸ਼ ਕੀਤੀ 1980 ਦੀ ਦਸੰਬਰ 'ਚ ਇਲੈਕਸ਼ਨ ਹੋਣੀ ਸੀ, ਜਦੋਂ ਇੰਦਰਾ ਹਟ ਗਈ ਸੀ ਐਮਰਜੈਂਸੀ 'ਚ ਮੁਰਾਰਜੀ ਦੀ ਚਰਨ ਸਿੰਘ ਹਕੂਮਤ, ਤਾਂ ਜਿਹੜੀ ਨਵੀਂ ਇਲੈਕਸ਼ਨ ਆਉਣੀ ਸੀ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਚਾਹੁੰਦੀ ਸੀ ਅਕਾਲੀਆਂ ਨਾਲ ਸੁਲਾਹ ਕਰਨ। ਦੇਖੋ ਅਸੀਂ ਗੱਲਾਂ ਤਾਂ ਕੱਢਦੇ ਹਾਂ, ਸਾਰੇ ਨੈਗੇਟਿਵ ਸੋਚਦੇ ਹਾਂ ਕਿ ਇੰਦਰਾ ਗਾਂਧੀ ਨੇ ਖੁਸ਼ਵੰਤ ਸਿੰਘ ਦੀ ਡਿਊਟੀ ਲਾਈ ਕਿ ਮੈਂ ਆਪ ਚਾਹਤੀ ਹਾਂ ਕਿ ਪੰਜਾਬ ਮੇਂ ਵੀ ਆਪ ਅਕਾਲੀਆਂ ਸੇ ਸੁਲਾਹ। ਇਹ ਮਤਲਬ ਕਿ ਐਮਰਜੈਂਸੀ ਤੋਂ ਬਾਅਦ ਜਦੋਂ ਹਟ ਗਈ ਇਹ ਉਦੋਂ ਦੀ ਗੱਲ ਹੈ। ਅਤੇ ਖੁਸ਼ਵੰਤ ਸਿੰਘ ਦਾ ਮੈਨੂੰ ਟੈਲੀਫੋਨ ਆਇਆ, ਕਹਿੰਦਾ ਤਲੋਚਨ ਜੀ ਮੇਰਾ ਇੱਕ ਮੈਸੇਜ ਆਇਆ ਤੇਰੇ ਨਾਲ ਸਾਂਝ ਕਰਨੀ ਹੈ, ਅਤੇ ਮੈਂ ਹੁਣ ਚੰਡੀਗੜ੍ਹ ਆ ਰਿਹਾ, ਤੂੰ ਆ ਜਾ ਚੰਡੀ। ਅੱਛਾ। ਅਤੇ ਮੈਂ ਕਿਹਾ ਮੈਂ ਤਾਂ ਚੰਡੀਗੜ੍ਹ ਹੀ ਹਾਂ। ਅਤੇ ਅਸੀਂ ਦੋਨੋਂ ਇੱਥੇ ਬੈਠੇ ਅਤੇ ਮੈਨੂੰ ਕਹਿੰਦਾ ਮੈਨੂੰ ਬਾਦਲ ਨਾਲ ਮੁਲਾਕਾਤ ਕਰਾ। ਅੱਛਾ। ਮੈਂ ਬਾਦਲ ਸਾਹਿਬ ਨੂੰ ਟੈਲੀਫੋਨ ਕੀਤਾ, ਕਹਿੰਦਾ ਮੈਂ ਤਾਂ ਪਠਾਨਕੋਟ ਹਾਂ, ਬਾਦਲ ਸਾਹਿਬ ਐਜ਼ ਸੀ ਐੱਮ ਪਠਾਨਕੋਟ ਇਹ 1979 'ਚ, ਜਦੋਂ ਮਤਲਬ ਕਿ ਐਮਰਜੈਂਸੀ ਤੋਂ ਬਾਅਦ ਇਹ ਸੀ ਐੱਮ ਬਣੇ। ਅਤੇ ਅਸੀਂ ਦੋਨੋਂ ਪਠਾਨਕੋਟ ਪਹੁੰਚ ਗਏ। ਬਾਦਲ ਸਾਹਿਬ ਪਠਾਨਕੋਟ ਦੇ ਅੱਗੇ ਇੱਕ ਕੈਨਾਲ ਰੈਸਟ ਹਾਊਸ ਹੈ। ਅੱਛਾ। ਉੱਥੇ ਠਹਿਰੇ ਸੀ, ਉੱਥੇ ਆ ਗਏ, ਸਾਡੇ ਕਮਰੇ ਵੀ ਬੁੱਕ ਹੋ ਗਏ ਦੋਨਾਂ ਦੇ। ਅਤੇ ਉੱਥੇ ਬਹਿ ਗਏ, ਰਾਜ ਜੀ ਖਾਣਾ ਖਾਓ ਜੀ, ਖਾਣਾ ਖਾ। ਖੁਸ਼ਵੰਤ ਕਹਿੰਦਾ ਜੀ ਮੈਂ ਤਾਂ ਇੱਕ ਕੰਮ ਲੈ ਕੇ ਆਇਆ ਬੜਾ, ਆਈ ਮੈਂ ਮਿਸਰੀ ਮਿਸਰੀ ਕਿਹਾ ਵਰਡ ਉਹਨੇ, ਕਿਉਂਕਿ ਇੰਦਰਾ ਗਾਂਧੀ ਹੈ ਸੈਂਟ ਵੀ ਹੈ। ਬਾਲ ਸਾਹਿਬ ਕਹਿੰਦੇ ਅੱਛਾ ਕੀ ਗੱਲ ਹੋ ਗਈ ਸਰ ਸਾਹਿਬ ਜੀ ਨਸਲ ਦੇ ਬਾਅਦ, ਕਹਿੰਦੇ ਬਾਲ ਸਾਹਿਬ ਮੈਂ ਤੁਹਾਡਾ ਦੋਸਤ ਹਾਂ, ਉਹ ਛੱਡੋ ਹੁਣ ਆਪਾਂ ਹਿਸਟਰੀ ਨਹੀਂ ਕਹਿਣਾ ਚਾਹੁੰਦੇ, ਅਤੇ ਮੈਂ ਇੱਕ ਬੜਾ ਪੋਲੀਟੀਕਲ ਅੱਜ ਕੰਮ ਕਰਨ ਆਇਆ। ਉਹ ਕਹਿੰਦੇ ਦੱਸੋ, ਕਹਿੰਦੇ ਮੈਂ ਵੀ ਇਹ ਚਾਹੁੰਦਾ ਅਤੇ ਇੰਦਰਾ ਗਾਂਧੀ ਵੀ ਚਾਹੁੰਦੀ ਹੈ। ਕਹਿੰਦੇ ਕੀ? ਕਿ ਜਿਹੜੀ ਇਹ ਇਲੈਕਸ਼ਨ ਹੁਣ ਪਾਰਲੀਮੈਂਟ ਦੀ ਹੈ, ਇਹ ਅਕਾਲੀ ਅਤੇ ਕਾਂਗਰਸ ਸੁਲਾਹ ਨਾਲ ਲੜਾ। ਅੱਛਾ। ਅਤੇ ਸੁਲਾਹ ਕਰ ਲਈ, ਜੋ ਪਿਛਲਾ ਹੋ ਗਿਆ ਉਹ ਸਾਰਾ ਖਤਮ। ਐਮਰਜੈਂਸੀ 'ਚ ਤੁਸੀਂ ਮੁਖਾਲਫਤ ਕੀਤੀ, ਮੋਰਚੇ ਲਾ ਲਏ, ਹਾਲਾਂਕਿ ਕਹਿੰਦੀ ਉਹ ਕਿ ਮੇਰਾ ਕੀ ਕਸੂਰ ਹੈ, ਮੈਂ ਕੀ। ਉਸ ਤੋਂ ਬਾਅਦ ਤੁਹਾਡੀ ਸਰਕਾਰ ਆ ਗਈ, ਇੰਦਰਾ ਜੇਲ੍ਹ 'ਚ ਗਈ, ਫਲਾਣੀ ਗਈ, ਅਤੇ ਕਹਿੰਦੇ ਉਹ ਦਿਲੋਂ ਸੁਲਾਹ ਚਾਹਤੀ, ਸੀਟਾਂ ਵੰਡ ਲਈਏ, 13 ਸੀਟਾਂ ਫਿਰ ਵੰਡ ਕੇ ਲੜ ਲਈਏ, ਅਤੇ ਦੋਵਾਂ ਦੀ ਸੁਲਾਹ ਹੋਵੇ, ਅਤੇ ਉਹਦਾ ਫਾਇਦਾ ਤੁਹਾਨੂੰ ਹੀ ਰਹਿ ਰਹੇਗਾ ਕਿ ਪੰਜਾਬ ਦੀ ਸਰਕਾਰ ਸਰਕਾਰ ਤੁਹਾਡੀ ਰਹੇਗੀ। ਨਹੀਂ ਇਹ ਸਰਕਾਰ ਦੀ ਸੀ ਨਾ ਜੀ, ਉੱਥੇ ਭੱਜਣ ਨਾਲ ਦੀ ਸੀ ਰਹਿਣੇ, ਇੱਥੇ ਸੀ। ਲਓ ਜੀ ਸਾਰਾ ਜ਼ੋਰ ਲਾਇਆ, ਬਾਦਲ ਸਾਹਿਬ ਨਹੀਂ ਮੰਨੇ। ਜਿਵੇਂ ਬਾਦਲ ਸਾਹਿਬ ਦੀ ਆਦਤ ਕੀ ਹੈ, ਉਹ ਜੀ ਮੈਂ ਕਹਾਉਣਾ, ਮੈਨੂੰ ਕੀ ਅਥਾਰਟੀ ਹੈ ਜੀ, ਪਾਰਟੀ ਕਰਦੀ ਹੈ, ਪਾਰਟੀ ਨੂੰ ਪੁੱਛਾਂਗੇ ਜੀ ਪਾਰਟੀ ਦੀ ਤੁਹਾਨੂੰ ਪਤਾ ਹੀ ਹੈ ਕੀ ਰਾਏ ਹੈ, ਪਾਰਟੀ ਕਿਵੇਂ ਬਣ ਜਾਏਗੀ। ਲਓ ਜੀ ਖੁਸ਼ਵੰਤ ਨੇ ਕਿਹਾ ਮੇਰੇ ਸਾਹਮਣੇ, ਹੁਣ ਉਹ ਮਰ ਗਿਆ। ਬਾਦਲ ਸਾਹਿਬ ਇਹ ਹਿਸਟਰੀ 'ਚ ਜਾਣੀ ਹੈ ਗੱਲ ਕਿ ਖੁਸ਼ਵੰਤ ਸਿੰਘ ਗੁਆ ਹੈ, ਔਰ ਮੈਂ ਲਾਈਫ ਵਿੱਚ ਕਦੇ ਝੂਠ ਨਹੀਂ ਬੋਲਦਾ, ਮੈਂ ਰਾਈਟਰ ਹਾਂ। ਇਹ ਐਸਾ ਮੋੜ ਹੈ ਹਿਸਟਰੀ 'ਚ ਕਿ ਤੁਸੀਂ ਗੁਆ ਰਹੇ ਹੋ, ਗੁਆ ਰਹੇ ਹੋ। ਹਾਂ, ਵੀ ਸੁਲਾਹ ਹੋ ਜਾਏ ਇਹਦਾ ਸਿੱਖਾਂ ਨੂੰ ਵੀ ਫਾਇਦਾ, ਪੰਜਾਬ ਨੂੰ ਵੀ ਫਾਇਦਾ। ਦੂਜਾ ਕਹਿੰਦਾ ਵੀ ਇੱਕ ਕਾਗਜ਼ ਲਿਓ, ਮੈਂ ਤੁਹਾਨੂੰ ਲਿਖ ਕੇ ਦੇਣਾ। ਉਹ ਕਹਿੰਦੇ ਕੀ? ਕਿ ਇੰਦਰਾ ਗਾਂਧੀ ਹਨੇਰੀ ਵਾਂਗੂ ਜਿੱਤ ਕੇ ਆ ਰਹੀ। ਅੱਛਾ। ਔਰ ਨੈਕਸਟ ਪ੍ਰਾਈਮ ਮਿਨਿਸਟਰ ਹੋਈ। ਜਿਹੜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਦਰਾ, ਉਹ ਦੂਰ ਕਰਨ। ਇਹਨਾਂ ਦੇ ਪੱਲੇ ਵੀ ਕੀ ਰਹਿਣਾ ਸੀ ਜੇ ਕਾਂਗਰਸ ਨਾਲ ਸੁਲਾਹ ਪਾ ਲੈਂਦੇ ਤੇ ਹਕੂਮਤ ਨਾਲ ਲੜਕੀ ਤੇ ਪੰਜਾਬ ਦੇ ਵਿੱਚ ਲੋਕਾਂ 'ਚ ਪ੍ਰਵਾਨ ਹੁੰਦੇ ਸੀ? ਨਹੀਂ, ਉਸ ਤੋਂ ਬਾਅਦ 80 ਤੋਂ ਬਾਅਦ ਫਿਰ ਛੁੱਟੀ ਹੋ ਗਈ, 18 ਸਾਲ ਆਏ ਨਹੀਂ, ਬਾਅਦ ਨਹੀਂ ਆ, ਬਾਅਦ ਨਹੀਂ ਆ। ਫਿਰ ਤਾਂ ਹਾਲਾਤ ਵੀ ਬੜੇ ਨਹੀਂ, ਮੈਨੂੰ ਉਹੀ ਜੇ ਉਸ ਨੂੰ ਸੁਲਾਹ ਹੋ ਜਾਂਦੀ ਪਰ ਫਿਰ ਹਾਲਾਤ ਖਰਾਬ ਵੀ ਸ਼ਾਇਦ ਨਾ ਹੁੰਦੇ। ਨਹੀਂ, ਜੇ ਉਹ ਉਦੋਂ ਸੁਲਾਹ ਹੁੰਦੀ ਤਾਂ ਫਿਰ ਸ਼ਾਇਦ ਇਹ ਬਲੂ ਸਟਾਰ ਹੁੰਦੀ ਨਾ ਹੁੰਦਾ, ਫਿਰ ਸ਼ਾਇਦ ਫਿਰ ਹਾਲਾਤ। ਇਹ ਖੁਸ਼ਵੰਤ ਨੇ ਕਿਹਾ ਅੱਜ ਮਰਨ ਤੱਕ, ਉਹ ਲਿਖਿਆ ਵੀ ਉਹਨਾਂ ਕਿਤੇ ਪਤਾ ਨਹੀਂ, ਉਹ ਕਹਿੰਦਾ ਗਿਆ ਕਿ ਮੈਂ ਗਿਆ
ਕਹਿੰਦਾ ਇਹ ਲੈ ਕੇ ਇਹਨਾਂ ਨੇ ਇਨਕਾਰ ਕਰਤਾ। ਤੁਸੀਂ ਗਵਾਹ ਸੀ? ਹਾਂ ਮੈਂ ਤਿੰਨੋ ਸੀ, ਤਿੰਨੇ ਸੀ। ਬਲਕਿ ਉਸ ਤੋਂ ਬਾਅਦ ਫਿਰ ਮੁੜ ਕੇ ਕਦੇ 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 ਬਾਦਲ ਸਾਹਿਬ ਨੇ ਦੁਬਾਰਾ ਜ਼ਿਕਰ ਨਹੀਂ ਕੀਤਾ ਇਹ ਵੀ ਜੇ ਉਦੋਂ ਇੰਜ ਕਰ ਲਈ? ਨਹੀਂ ਉਸ ਤੋਂ ਪਹਿਲਾਂ ਤਿੰਨ ਵਾਰੀ ਹੋਰ ਇਸ ਤੋਂ ਪਹਿਲਾਂ ਵੀ ਹੋਇਆ। ਅੱਛਾ ਪਹਿਲਾਂ ਕੀ ਹੋਇਆ ਕਿ ਜਦੋਂ ਬਾਦਲ ਸਾਹਿਬ ਨੇ 71 ਚ ਰਿਜ਼ਾਈਨ ਕੀਤਾ, ਯਾਦ ਹੈ ਨਾ, ਵੀ ਜਨਸੰਘ ਛੱਡ ਗਈ ਤੇ ਬਾਦਲ ਸਾਹਿਬ ਮਿਨਾਰਟੀ ਚ ਆ ਗਏ, ਯਾਦ ਨੀ ਤੁਹਾਨੂੰ? ਬਈ ਬਾਦਲ ਸਾਹਿਬ ਜਦੋਂ ਸੀਐਮ ਬਣੇ ਨਾ, ਉਹ ਪੰਜਾਬੀ ਜਿਹੜੀ ਉਹ ਯੂਨੀਵਰਸਿਟੀ ਦੀ ਜਿਹੜੀ ਡਿਮਾਰਕੇਸ਼ਨ ਦੇ ਮਾਮਲੇ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸਰਕਾਰ ਟੁੱਟਣ ਲੱਗੀ ਸੀ, ਮਿਨਾਰਟੀ ਹੋ ਗਈ ਸੀ ਤੇ ਪਾਵਰਟੀ ਗਵਰਨਰ ਸੀ, ਤਾਂ ਇੰਦਰਾ ਗਾਂਧੀ ਕੋਲ ਮੈਸੇਜ ਭਿਜਵਾਇਆ ਬਾਦਲ ਸਾਹਿਬ ਨੇ ਸਾਡੀ ਮਦਦ ਕਰੋ। ਅੱਛਾ ਉਹ ਤਾਲਬ ਨਿਰੰਜਨ ਸਿੰਘ ਤੇ ਰਾਜਾ ਨਰਿੰਦਰ ਸਿੰਘ ਇਹ ਦੋਨੋਂ ਗਏ ਇੰਦਰਾ ਗਾਂਧੀ ਨੂੰ ਕਹੇ ਵੀ ਅਸੀਂ ਬਾਦਲ ਸਾਹਿਬ ਸੁਲਾਹ ਚਾਹਤੇ ਹੈ, ਆਪ ਮਦਦ ਕਰੋ ਇਨਕੋ ਬਚਾਓ, ਨਹੀਂ ਤੇ ਪ੍ਰਧਾਨ ਉਹ ਦੁਬਾਰਾ ਉਦੋਂ ਗੁਰੂ ਨਾਨਕ ਸਿੰਘ ਦੁਬਾਰਾ ਬਣ ਜਾਣਾ ਸੀ, ਸਮਝ ਗਏ? ਤੇ ਬਾਦਲ ਸਾਹਿਬ ਨੇ ਲਿਖ ਕੇ ਦੇ ਦਿੱਤਾ ਕਿ ਮੈਂ ਅਸੈਂਬਲੀ ਡਿਜ਼ੋਲਵ ਕਰਦਾ। ਹੁਣ ਇਹ ਪਾਵਰਟੀ ਦੀ ਮਰਜ਼ੀ ਸੀ, ਮੰਨੇ ਨਾ ਮੰਨੇ, ਉਹ ਗਵਰਨਰ ਉੱਪਰ ਹੋਣਾ ਸੀ ਤੇ ਉਹ ਇੰਦਰਾ ਨੇ ਟੈਲੀਫੋਨ ਕਰਤਾ ਪਾਵਰਟੀ ਨੂੰ ਕਿ ਜੋ ਬਾਦਲ ਕਹਤੇ ਉਹ ਕਰੋ। ਬਾਗਲਾ ਉਹਦਾ ਸ਼ਕਤੀ ਹੁੰਦਾ ਸੀ, ਉਹਨੂੰ ਪੁੱਛ ਲਓ ਜਦ ਮਰਜ਼ੀ, ਤੇ ਉਹ ਫਿਰ ਕਰਕੇ ਅੱਛਾ ਜਦੋਂ ਟੁੱਟ ਗਈ ਉਸ ਤੋਂ ਬਾਅਦ ਉਹ ਇੰਦਰਾ ਨੇ ਸੁਨੇਹਾ ਭੇਜਿਆ ਤਾਲਬ ਨੂੰ ਕਿ ਵੀ ਆਪ ਸੁਲਾਹ ਕਰੋ, ਇਲੈਕਸ਼ਨ ਆ ਰਹੀ ਹੈ, ਦੇਖੋ ਨਾ ਫਿਰ 72 ਦੀ ਇਲੈਕਸ਼ਨ ਆ ਗਈ ਨਾ। ਤੇ ਉਸ ਵੇਲੇ ਫਿਰ ਇਹਨੇ ਮੈਸੇਜ ਭੇਜਿਆ ਵੀ ਇਹ ਕਰੋ। ਉਹ ਮੈਸੇਜ ਲੈ ਕੇ ਬਾਦਲ ਸਾਹਿਬ ਕਹਿੰਦੇ ਜੀ ਉੱਥੇ ਆ ਜਾਓ ਮੁਕਤਸਰ, ਤੇ ਆਤਮਾ ਸਿੰਘ, ਰਵੇਲ ਸਿੰਘ, ਸੇਖਵਾਂ ਇਹ ਤਿੰਨੋਂ, ਮੈਂ ਵੀ ਨਾਲ। ਅੱਛਾ ਅਸੀਂ ਪਹੁੰਚ ਗਏ ਮੁਕਤਸਰ ਗੁਰਦੁਆਰੇ ਸੰਤਾਂ ਕੋਲ, ਸੰਤ ਬੈਠੇ ਮੰਜੀ ਤੇ ਬਾਦਲ ਸਾਹਿਬ ਨਾਲ। ਦੱਸੋ ਜੀ, ਆਤਮਾ ਸਿੰਘ ਨੇ ਤੇ ਰਵੇਲ ਸਿੰਘ ਨੇ ਕਿਹਾ ਜੀ ਵੀ ਇਹ ਸਾਡੀ ਸੁਲਾਹ ਹੋਈ ਸੀ ਇੰਦਰਾ ਗਾਂਧੀ ਨਾਲ ਕਿ ਵੀ ਇਲੈਕਸ਼ਨ ਆਏਗੀ ਇਕੱਠੇ ਲੜਾਂਗੇ, ਤੇ ਤੁਸੀਂ ਹੁਣ ਵਾਅਦਾ ਪੂਰਾ ਕਰੋ ਤੇ ਅਸੀਂ ਇਕੱਠੇ ਇਲੈਕਸ਼ਨ ਲੜੀਏ। ਉਦੋਂ ਬਾਦਲ ਸਾਹਿਬ ਕਹਿੰਦੇ ਜੀ ਦੱਸੋ, ਸੰਤ ਕਹਿੰਦੇ ਬਾਦਲ ਸਾਹਿਬ ਤੁਸੀਂ ਦੱਸੋ ਨਾ। ਬਸ ਸੰਤ ਜੀ ਤੁਸੀਂ ਮਾਲਕ ਹੋ, ਮੈਂ ਕਹੋ ਨਾ ਬੋਲਣ ਵਾਲਾ, ਜੇ ਤੁਸੀਂ ਕਹੋ ਇਲੈਕਸ਼ਨ ਲੜਨੀ ਹੈ ਮੈਂ ਲੜਾਂਗਾ, ਜੇ ਤੁਸੀਂ ਸੁਲਾਹ ਕਹੋ ਸੁਲਾਹ, ਅਸੀਂ ਤੇ ਬੈਠੇ ਹਾਂ। ਸੇਖਵਾਂ ਨੇ ਕਿਹਾ ਉੱਥੇ, ਅੱਛਾ ਇਹਦਾ ਪਿਓ ਜਿਹੜਾ ਮਰ ਗਿਆ ਸੇਖਵਾਂ, ਇਹਦਾ ਉਜਾਗਰ ਸਿੰਘ, ਉਜਾਗਰ ਸਿੰਘ ਸੇਖਵਾਂ, ਸੇਵਾ ਸਿੰਘ, ਉਹ ਕਹਿੰਦਾ ਦੇਖੋ ਜੀ ਸਾਰੇ ਬੈਠੇ ਆਪਾਂ ਵੀ ਜੋ ਹਾਲਾਤ ਇਸ ਵੇਲੇ ਬਣੇ ਹੈ ਨਾ, ਵੀ ਜੇ ਸੁਲਾਹ ਹੁੰਦੀ ਹੈ ਤੇ ਸੀਟਾਂ ਅਸੀਂ ਇਕੱਠੀ ਹੋ ਕੇ ਲੜੀਏ ਤਾਂ ਪਾਰਟੀ ਖੜੀ ਹੋ ਜਾਂਦੀ ਹੈ, ਇਹਦੀ ਸਾਨੂੰ ਕੀ ਅਰਜ਼ ਹੈ? ਲਓ ਜੀ ਸੰਤਾਂ ਨੇ ਕਿਹਾ ਬਾਦ ਸਾਹਿਬ, ਉਹ ਨਹੀਂ ਜੀ ਜਿਵੇਂ ਕਹੋ। ਨੈਕਸਟ ਡੇ ਮੀਟਿੰਗ ਸੀ ਦੁੱਖ ਨਿਵਾਰਨ ਪਟਿਆਲੇ ਅਕਾਲੀ ਦਲ ਦੀ, ਗੁਰੂ ਨਾਨਕ ਸਿੰਘ ਦੀ ਮੀਟਿੰਗ ਸ਼ਾਮਿਲ ਹੋਇਆ ਉੱਥੇ, ਸੇਖਵਾਂ ਆਤਮਾ ਸਿੰਘ ਸਭ ਨੇ ਕਿਹਾ ਤੇ ਸੰਤ ਬੈਠਾ ਚੁੱਪ ਰਿਹਾ, ਬਾਦਲ ਸਾਹਿਬ ਬੋਲੇ ਹੀ ਨਾ, ਗੁਰੂ ਨਾਨਕ ਸਿੰਘ ਲੜ ਪਿਆ ਜਿਵੇਂ ਅੱਜ ਤੁਸੀਂ ਕਹਿ ਰਹੇ ਹੋ ਕਿ ਨਹੀਂ ਨਹੀਂ ਜੀ ਹੁਣ ਸੁਲਾਹ ਕਿਵੇਂ ਕਰਨੀ ਕਾਂਗਰਸ ਨਾਲ, ਮਰ ਜਾਂਗੇ ਜੇ ਉਹ। ਗੁਰੂ ਨਾਨਕ ਸਿੰਘ ਵਿੱਚੋਂ ਚਾਹੁੰਦਾ ਸੀ ਸੁਲਾਹ ਨਾ ਹੋਵੇ ਕਿਉਂਕਿ ਉਹ ਕਾਂਗਰਸ ਵਿੱਚ ਆਪ ਜਾ ਰਿਹਾ ਸੀ, ਬਾਅਦ 'ਚ ਅੰਬੈਸਡਰ ਬਣ ਗਿਆ, ਯਾਦ ਹੈ? ਤੇ ਉਹਨੇ ਫਿਰ ਹੋਣ ਨਾ ਦਿੱਤੀ, ਉਹ ਟੁੱਟ ਗਈ। ਸੋ ਮੀਨ ਕੇਂਦਰਾ ਦੀ ਉੱਥੇ ਵੀ ਸਾਨੂੰ ਸੈਕਿੰਡ ਟਾਈਮ ਇਹ ਗੱਲ ਵਿੱਚ ਰਹਿ ਗਈ। ਔਰ ਉਹ ਇਲੈਕਸ਼ਨ ਹੋਈ, ਇਕੱਲਾ ਜਿੱਤਿਆ ਆਪਣਾ ਉਹ ਬਾਦਲ ਦਾ ਭਰਾ, 13 ਚੋਂ ਇੱਕ ਸੀਟ ਜਿੱਤੀ ਸੀ, 12 ਹਾਰ ਕੇ 12 ਕਾਂਗਰਸ ਜਿੱਤ ਕਾਂਗਰਸ। ਉਦੋਂ ਇਹ ਉਦੋਂ ਵੀ ਇਹ ਆਫਰ ਸੀ। ਚਲੋ ਇਹ ਲੰਬੀਆਂ ਗੱਲਾਂ ਨੇ ਵੈਸੇ, ਨਹੀਂ ਨਹੀਂ ਮੇਰਾ ਮਤਲਬ ਜਿਹੜੀ ਵੈਸੇ ਰਾਸ਼ਟਰਪਤੀ ਭਵਨ ਚ ਤੁਹਾਡੇ ਹੁੰਦਿਆਂ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਇਹ 3-4 ਵਾਰੀ ਉੱਥੇ ਮੀਟਿੰਗਾਂ ਲਈ ਗਏ ਵੀ ਇਹ ਇੰਦਰਾ ਗਾਂਧੀ ਬੁਲਾਉਂਦੀ ਰਹੀ, ਉਹ ਕਿਸੇ ਵੀ ਬੜੇ ਅਹਿਮ ਨੇ? ਦੇਖੋ ਉਹ ਜਿਹੜੀ ਮੀਟਿੰਗਾਂ ਜੋ ਪਾਂਡੇ ਗਵਰਨਰ ਲਿਖ ਗਿਆ, ਆਪਾਂ ਉਹਨੂੰ ਬਿਲੀਵ ਕਰੀਏ ਕਿ ਉਹ ਮੀਟਿੰਗਾਂ ਸਾਰੀਆਂ ਤੋਂ ਪਹਿਲਾਂ ਇੰਦਰਾ ਦਾ ਮੂਡ ਐਂਟੀ ਬਣ ਚੁੱਕਾ ਸੀ, ਉਹਨੇ ਕਰਨਾ ਹੀ ਸੀ ਬਸ। ਉਹ ਜਿਹੜਾ ਪਾਂਡੇ ਨੂੰ ਅਗਰ ਮੰਨੀਏ ਤਾਂ ਇਹ ਸਾਰਾ ਆਈ ਵਾਸ਼। ਸਰਦਾਰ ਵੀਰ ਦਵਿੰਦਰ ਸਿੰਘ ਕਹਿੰਦੇ ਨੇ ਕਿ ਬਲੂ ਸਟਾਰ ਆਪਰੇਸ਼ਨ ਤੋਂ ਕੁਝ ਦਿਨ ਪਹਿਲਾਂ ਸਾਰੇ ਕਾਂਗਰਸੀ ਜਿਹੜੇ ਅਹਿਮ ਸੀ, ਵਿੱਚੇ ਦਰਬਾਰਾ ਸਿੰਘ, ਸੰਤੋਖ ਸਿੰਘ ਰੰਧਾਵਾ, ਕੈਪਟਨ ਅਮਰਿੰਦਰ, ਵੀਰ ਦਵਿੰਦਰ, ਸਾਰੇ ਇਹ ਸਾਰਿਆਂ ਨੂੰ ਸੱਦਿਆ ਸੀ ਔਰ ਇੰਦਰਾ ਗਾਂਧੀ ਨੇ ਉੱਥੇ ਕਿਹਾ ਕਿ ਤੁਸੀਂ ਕੱਲ ਨੂੰ ਮੈਨੂੰ ਆਣ ਕੇ ਅਲਾਮਾ ਦਿਓਗੇ, ਆਹ ਮੈਨੂੰ ਕਰਨਾ ਪੈ ਰਿਹਾ। ਉਹਦੇ ਵਿੱਚ 2-3 ਲੋਕ ਜਿਹੜੇ ਸੀ ਉਹ ਤਾਂ ਕਹਿੰਦੇ ਸੀ ਇਹ ਤੁਸੀਂ ਬਹੁਤ ਚੰਗਾ ਕਰ ਰਹੇ ਹੋ, ਹੁਣੇ ਹੀ ਕਰੋ ਜਿੰਨਾ ਜਲਦੀ ਹੋ ਸਕਦਾ, ਪਰ ਉੱਥੇ ਵੀਟੋ ਇਹਨਾਂ ਨੇ ਕੀਤਾ, ਅਮਰਿੰਦਰ ਸਿੰਘ ਨੇ, ਵੀਰ ਦਵਿੰਦਰ ਸਿੰਘ ਨੇ ਵੀ ਨਹੀਂ ਇੱਕ ਵਾਰੀ ਗੱਲ ਕਰਨੀ ਚਾਹੀਦੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ। ਉੱਥੋਂ ਉਸ ਦਿਨ ਇੰਦਰਾ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ BSF ਦੇ ਚੌਪਰ ਦੇ ਵਿੱਚ ਸੰਤ ਨੂੰ ਮਿਲਣ ਲਈ ਭੇਜਦੀ ਹੈ।
ਇਹ ਬੀਰ ਦਵਿੰਦਰ ਸਿੰਘ ਨੇ ਮੇਰੇ ਨਾਲ ਗੱਲ ਦੇ ਵਿੱਚ ਕਿਹਾ ਕਿ ਅਸੀਂ ਉਸ ਮੀਟਿੰਗ ਤੋਂ ਸ਼ਾਮ ਦੀ ਮੀਟਿੰਗ ਤੋਂ ਬਾਅਦ ਰਾਤ ਕਪੂਰਥਲਾ ਭਵਨ ਚ ਆ ਕੇ ਠਹਿਰ ਗਏ ਪਰ ਮੈਨੂੰ ਰਾਤ ਕਹਿੰਦੇ 12 ਦੇ ਆਸ ਪਾਸ ਉਠਾਇਆ ਗਿਆ ਮੈਨੂੰ ਰਾਜੀਵ ਗਾਂਧੀ ਦਾ ਫੋਨ ਆਇਆ ਕਿ ਮਾਮਾ ਚਾਹੁੰਦੇ ਆ ਕਿ ਤੁਸੀਂ ਸਵੇਰੇ ਨਾਲ ਜਾਓ ਇਹ ਕੈਪਟਨ ਅਮਰਿੰਦਰ ਸਿੰਘ ਦੀ ਡਿਊਟੀ ਲੱਗੀ ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਤਾਂ ਅਮਰਿੰਦਰ ਸਿੰਘ ਨੂੰ ਪੁੱਛੋ ਵੀ ਮੈਨੂੰ ਖੜਨਾ ਚਾਹੁੰਦਾ ਕਹਿੰਦੇ ਮੈਨੂੰ ਕਿਹਾ ਗਿਆ ਵੀ ਤੂੰ ਤਿਆਰ ਰਹੋ ਤੇ ਸਵੇਰੇ ਕਹਿੰਦੇ ਮੈਨੂੰ ਨਾਲ ਭੇਜ ਦਿੱਤਾ ਗਿਆ ਅਮਰਿੰਦਰ ਸਿੰਘ ਮੈਨੂੰ ਸਰਕਟ ਹਾਊਸ ਦੇ ਵਿੱਚ ਛੱਡ ਕੇ ਆਪ ਇਕੱਲੇ ਸੰਤ ਨੂੰ ਮਿਲਣ ਚਲੇ ਗਏ ਔਰ 2.5 ਘੰਟੇ ਮੀਟਿੰਗ ਤੋਂ ਬਾਅਦ ਵਾਪਸ ਆਏ ਤੇ ਉਦੋਂ ਤੱਕ ਉਹਨਾਂ ਨੇ ਆਪਣੀ ਕਾਰ ਮੰਗਵਾ ਲਈ ਸੀ ਮੈਨੂੰ ਕਹਿੰਦੇ ਤੁਸੀਂ ਜਾਣਾ ਤੇ ਆ ਜਾਓ ਮੈਂ ਨਿਕਲਣ ਲੱਗਿਆ ਮੈਨੂੰ ਸੰਤ ਠੀਕ ਲੱਗਦਾ ਇਹ ਬੀਰ ਦਵਿੰਦਰ ਸਿੰਘ ਕਹਿੰਦੇ ਸੋ ਇਹ ਸਵਾਲ ਜਿਹੜੇ ਆ ਇਹ ਵੀ ਉਦੋਂ ਉੱਠੇ ਸੀ ਵੀ ਇੰਦਰਾ ਗਾਂਧੀ ਲਾਸਟ ਵੀ ਟਰਾਈ ਕਰ ਰਹੀ ਸੀ ਇਹ ਫਿਰ ਗਲਤ ਆ ਦੇਖੋ ਜੀ ਇਹ ਮੈਂ ਕੋਈ ਵਿਟਨੈਸ ਨਹੀਂ ਨਾ ਮੇਰੇ ਨੋਟਿਸ ਚ ਹੈ ਕਿਉਂਕਿ ਉਹ ਗਿਆਨੀ ਜ਼ੈਲ ਸਿੰਘ ਇਗਨੋਰਡ ਸੀ ਪਹਿਲੀ ਗੱਲ ਤੇ ਸੋਚੋ ਇਹਨਾਂ ਦੇ ਨਾਲ ਉਹਨਾਂ ਦੇ ਨਾਲ ਕੋਈ ਕੁਛ ਕਿਸ ਨਹੀਂ ਪਹਿਲੀ ਗੱਲ ਤੇ ਆ ਕਿ ਇੰਦਰਾ ਨੇ 6 ਮਹੀਨੇ ਪਹਿਲਾਂ ਹੀ ਗਿਆਨੀ ਜ਼ੈਲ ਸਿੰਘ ਨਾਲ ਕੋਈ ਮੁਲਾਕਾਤ ਨਹੀਂ ਸੀ ਇਸ ਕਰਕੇ ਉਹਨੂੰ ਪਤਾ ਨਹੀਂ ਸੀ ਇਹ ਨੈਗੋਸੀਏਸ਼ਨ ਦਾ ਜਿਹੜਾ ਹੋਮ ਸੈਕਟਰੀ ਜਾਂ CID ਦੇ ਕੋਈ ਗਿਆਨੀ ਜੀ ਨੂੰ ਦੱਸਦੇ ਨਹੀਂ ਸੀ ਸੋ ਇਹ ਅਮਰਿੰਦਰ ਸਿੰਘ ਬੜਾ ਚਾਹੁੰਦਾ ਸੀ ਸੁਲਾਹ ਹੋਵੇ ਔਰ ਮੈਂ ਇਹਦੀ ਦਾਤ ਦੇਣਾ ਕਿ ਇੰਨੀ ਵੀ ਰਿਜ਼ਾਈਨ ਵੀ ਕੀਤਾ ਦੇਖੋ ਜੀ 20 MPਾਂ ਚੋਂ ਕਿਸੇ ਹੋਰ MP ਨੇ ਕੀਤਾ ਬੀਰ ਦਵਿੰਦਰ ਨੇ ਕੀਤਾ ਵੀ ਇਹ ਦੱਸੋ ਨਾ ਜਿਹੜੇ ਸਵਾਲ ਹੈ ਇੱਕ ਬੰਦਾ ਨਿਤਰਿਆ ਉਸ ਵਕਤ ਇਹ ਅਸੀਂ ਸਿੱਖਾਂ ਨੇ ਕਦਰ ਨਹੀਂ ਪਾਈ ਕਿ 20 MP ਪੰਜਾਬ ਦੇ ਨਹੀਂ ਸਿੱਖਾਂ ਨੇ ਕਦਰ ਪਾਈ 2 ਵਾਰੀ ਮੁੱਖ ਮੰਤਰੀ ਬਣਾਇਆ ਨਹੀਂ ਨਹੀਂ ਉਹ ਛੱਡੋ ਉਸ ਵਕਤ ਕੋਈ ਬੰਦਾ ਜਿਹੜਾ ਨਿਤਰਿਆ ਦੇਖੋ ਇੱਕ ਗੱਲ ਸੋਚੋ ਬਲਿਊ ਸਟਾਰ ਤੋਂ ਬਾਅਦ ਕੱਲਾ ਅਮਰਿੰਦਰ ਸਿੰਘ ਹੈ ਜਿਹਨੇ ਪਾਰਟੀ ਛੱਡੀ ਇਹ ਡਰਿਆ ਨਹੀਂ ਔਰ MP ਛੱਡੀ MP ਵੀ ਰਿਜ਼ਾਈਨ ਕੀਤਾ ਪਰ ਇਹੀ ਬੰਦਾ ਤੇ ਦੁਬਾਰਾ ਕਾਂਗਰਸ ਨੂੰ ਸੱਤਾ ਚ ਲੈ ਕੇ ਆਉਂਦਾ 2 ਵਾਰੀ ਨਹੀਂ ਪਰ ਉਹ ਇਸ ਕਰਕੇ ਵੀ ਅਕਾਲੀਆਂ ਨੇ ਕੱਢਿਆ ਤੁਹਾਡੇ ਦੋਸਤ ਨੇ ਸਵਾਲ ਹੈ ਕਿ ਅਮਰਿੰਦਰ ਅਕਾਲੀ ਦਲ ਚ ਆ ਗਿਆ ਸੀ ਉਹਨੂੰ ਟਿਕਟ ਨਹੀਂ ਦਿੱਤਾ ਨਹੀਂ ਫਿਰ ਜੇ ਦੁਬਾਰਾ ਮੰਗਿਆ ਕਹਿੰਦੇ ਜਿੱਥੋਂ ਚਲੇ ਜਾਓ ਸਮਾਣੇ ਚਲੇ ਜਾਓ ਫਲਾਣੀ ਜਾਓ ਨਹੀਂ ਦਿੱਤੀ ਫਿਰ ਵੀ ਨਹੀਂ ਸਵਾਲ ਹੈ ਕਿ ਇਹਨੂੰ ਰੋਲ ਜਿਹੜੀ ਪਹਿਲਾਂ ਆਪਾਂ ਕਿਹਾ ਸੀ ਕਿ ਕਿਸੇ ਲੀਡਰ ਨੂੰ ਹੋਰ ਕਿਉਂਕਿ ਜੇ ਉਹ ਫਿਰ ਰਹਿ ਜਾਂਦਾ ਤਾਂ ਇਹ ਅੱਜ ਦਵੇਦਾਰ ਅਕਾਲੀ ਦਲ ਦਾ ਹੁੰਦਾ ਸਵਾਲ ਇਹ ਹੈ ਕਿ ਜਿਹੜੀ ਆਪਾਂ ਪਹਿਲੀ ਵਾਰੀ ਲਾਈਨ ਸ਼ੁਰੂ ਕੀਤੀ ਸੀ ਵੀ ਇਹਨੂੰ ਕਿਵੇਂ ਕੱਢਿਆ ਗਿਆ ਬਿਲਕੁਲ ਮੈਂ ਕਿ ਜੇ ਬਰਨਾਲਾ ਸਾਹਿਬ ਨੂੰ ਮੈਨੂੰ ਨਾਲ ਲੈ ਕੇ ਬਾਲ ਸਾਹਿਬ ਬਾਜਪਾਈ ਜੀ ਕੋਲ ਇਹਨੂੰ ਕੋਈ ਗਵਰਨਰ ਬਣਾ ਦਿਓ ਜੀ ਮਤਲਬ ਕਿ ਇੰਨੀ ਜ਼ੋਰ ਲਾ ਕੇ ਅਸੀਂ ਆ ਕੇ ਇਹਨਾਂ ਨੂੰ ਗਵਰਨਰ ਬਣਵਾਤਾ ਤੋ ਬਾਦਕ ਉਹ ਕਹਿੰਦਾ ਵਾਜਪਾਈ ਉਹਨੂੰ ਆਰਾਮ ਕਰਨੇ ਦਿਓ ਅਭੀ ਤਾਂ ਸੈਂਟਰ ਵਜ਼ੀਰ ਸੇ ਹਟੇ ਹੈ ਨਹੀਂ ਜੀ ਨਹੀਂ ਇਤਨਾ ਬੜਾ ਲੀਡਰ ਹਮਾਰਾ ਤਾਂ ਕਿ ਕਿਤੇ ਚੰਡੀਗੜ੍ਹ ਨਾ ਰਹਿ ਜਾਏ ਮਤਲਬ ਇਹ ਆ ਕੇ ਕਿਤੇ ਸਿਆਸਤ ਸ਼ੁਰੂ ਤਾਂ ਕਿ 5 ਸਾਲ ਬਾਅਦ ਹੀ ਬਿਠਾਇਆ 10 ਸਾਲ ਸੋ ਮੇਰਾ ਮਤਲਬ ਸਾਡੀ ਸਿਆਸਤ ਦੇ ਵਿੱਚ ਇਹ ਵੀ ਡਰ ਹੁੰਦੇ ਨਾ ਟੀਨਸੀ ਦੀ ਮੈਂ ਚਿੱਠੀ ਲੈ ਆਇਆ ਗਵਰਨਰ ਬਣਨ ਦੀ ਅੱਛਾ ਵਾਜਪਾਈ ਜੀ ਕੋਲੋਂ ਇਹ ਤਾਂ ਕਾਰਡ ਤੇ ਹੈ ਪੁੱਛ ਲਿਓ ਤੇ ਉਹਨੂੰ ਉੱਥੇ ਨਹੀਂ ਲੈਣ ਦਿੱਤਾ ਅੱਛਾ ਲੈਟਰ ਰਿਕਾਰਡ ਤੇ ਮਤਲਬ ਗਵਰਨਰ ਬਣ ਰਾਜਸਥਾਨ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਸੀ ਤੇ ਵੀਟੋ ਕਰਕੇ ਬਾਦਲ ਸਾਹਿਬ ਕਹਿੰਦੇ ਨਹੀਂ ਨਹੀਂ ਲੈਣਾ ਅੱਛਾ ਉਸ ਤੋਂ ਬਾਅਦ ਉਹ ਸਦਵਾਉਣਾ ਸੀ ਇੱਕ ਸਿੱਖ ਵਜ਼ੀਰ ਬਾਦਲ ਸਾਹਿਬ ਦਾ ਇਹਨਾਂ ਨੇ ਬਾਦਲ ਸਾਹਿਬ ਨੇ ਪਾ ਲਿਆ ਜੀ ਉਹ ਊਧਮ ਸਿੰਘ ਨਗਰ ਜਦ ਫੈਸਲਾ ਹੋਏਗਾ ਤਾਂ ਵਜ਼ੀਰ ਬਣਾ ਗਿਆ ਸੀ ਉਹ ਦੀਪ ਸਿੰਘ ਨੂੰ ਵਜ਼ੀਰ ਹੀ ਨਹੀਂ ਬਣਨ ਦਿੱਤਾ ਤੇ ਫਿਰ ਇੱਕ ਦਿਨ ਕੀ ਮੈਨੂੰ ਵਾਜਪਾਈ ਜੀ ਰਾਤ ਨੂੰ ਕਹਿੰਦੇ ਕਿ ਬਈ ਸਿੱਖ ਵਜ਼ੀਰ ਹੈ ਨਹੀਂ ਬੜਾ ਰੌਲਾ ਪੈ ਗਿਆ ਤੇ ਮੈਂ SSL ਵਾਲੀਏ ਕੋ ਵਜ਼ੀਰ ਬਣਾ ਰਹਾ ਹਾਂ ਅੱਛਾ ਹਾਂ ਤੇ ਮੈਂ ਬਾਦਲ ਸਾਹਿਬ ਨੂੰ ਦੱਸਤਾ ਮੈਂ ਕਿਹਾ ਜੀ ਗਿਆ ਕੰਮ ਕਹਿੰਦੇ ਕੀ ਮੈਂ ਕਿਹਾ ਜੀ ਉਹ ਤਾਂ ਮੈਨੂੰ ਵਾਜਪਾਈ ਕਹਿੰਦੇ ਫਿਰ ਮੈਂ ਕਿਹਾ ਜੀ ਇਜਾਜ਼ਤ ਦਿਓ ਮੈਂ ਢੀਂਡਸਾ ਜੀ ਨੂੰ ਸਵੇਰੇ ਬਣਾ ਦਿਆਂ ਕਹਿੰਦੇ ਅੱਛਾ ਜਾ ਕੇ ਉਹ ਸਵੇਰੇ ਮੈਂ ਦੱਸਿਆ ਜੀ ਬਾਦਲ ਸਾਹਿਬ ਹਾਂ ਕਰਦੀ ਉਹ ਫਿਰ ਢੀਂਡਸਾ ਜੀ ਤਾਂ ਵਜ਼ੀਰ ਬਣੇ ਅੱਛਾ ਹਾਂ ਫਿਰ ਤੁਸੀਂ ਕਹਿੰਦੇ ਮੈਂ ਹੁਣ ਕੀ ਹਾਂ ਕੁਛ ਵੀ ਨਹੀਂ ਪਰ ਗੁਰੂ ਦੀ ਕਿਰਪਾ ਹੈ ਕੋਈ ਅਹੰਕਾਰ ਚ ਨਹੀਂ ਬੋਲ ਰਿਹਾ ਇਹ ਸੱਚ ਫਿੱਟ ਹੈ ਢੀਂਡਸੇ ਨੂੰ ਪੁੱਛ ਲਓ ਸਾਰੀਆਂ ਗੱਲਾਂ ਨਹੀਂ ਸਾਰੇ ਦਿੰਦੇ ਢੀਂਡਸੇ ਨੂੰ ਪੁੱਛ ਲਓ ਦੋ ਗੱਲਾਂ ਠੀਕ ਹਨ ਜੋ ਮੈਂ ਕਹੀਆਂ ਜਦੋਂ ਬੀਬਾ ਬਣੀ ਤੇ ਉਹ ਕਹਿੰਦੇ ਸੀ ਵੀ ਦੋ ਬਣਾ ਲੋ ਪਹਿਲਾਂ ਗੱਲ ਇਹ ਬੀਬਾ ਦਾ ਨਾਂ ਹੀ ਨਹੀਂ ਸੀ ਕਿ ਦੋ ਸਟੇਟ ਬਣ ਜਾਣਗੇ ਇੱਕ ਨਰੇਸ਼ ਗੁਜਰਾਲ ਤੇ ਇੱਕ ਕੋਈ ਹੋਰ ਢੀਂਡਸੇ ਵਿਚਾਰੇ ਦਾ ਨਾਂ ਕੱਟਤਾ ਸੀ ਉਹ ਵੀ ਮੇਰਾ ਮਤਲਬ ਤੋਂ ਵਰਨਾ ਢੀਂਡਸਾ ਵੀ ਬਣ ਸਕਦਾ ਸੀ ਪਰ ਢੀਂਡਸਾ ਇਲੈਕਸ਼ਨ ਹਾਰ ਗਿਆ ਸੀ ਪਰ MP ਤਾਂ ਸੀ ਉਹ ਹੁਣ ਅਰੁਣ ਜਸਰੇ ਨਹੀਂ ਬਣਿਆ ਬਿਲਕੁਲ ਹਾਂ ਤਾਂ ਉਹ ਪਰ ਬਾਦ ਸਾਹਿਬ ਨਹੀਂ ਜੀ ਨਹੀਂ ਨਹੀਂ ਬਾਦ ਸਾਹਿਬ ਕਹਿੰਦੇ ਸੀ ਪਤਾ ਨਹੀਂ ਕੀ ਹੈ ਜੀ ਕੀ ਹੈ ਪਰ ਮਿੰਟ 'ਚ ਉਹ ਬੀਬਾ ਬਣ ਗਈ ਫਿਰ ਇਹ ਚੰਦੂ ਮਾਜਰਾ ਜ਼ੋਰ ਲੈਂਦਾ ਹੀ ਰਿਹਾ ਅਖੀਰ ਦਮ ਤੱਕ ਚਿੱਠੀ ਦੇ ਦਿਓ ਮੈਨੂੰ ਮੈਂ ਕੁਛ ਬਸ ਉਹਨੂੰ ਮਿਲੀ ਨਹੀਂ ਚਿੱਠੀ ਸਿਆਸਤ ਵੀ ਬੜੀ ਟੇਢੀ ਹੈ ਬੜੀ ਜੀ ਹਿਸਟਰੀ ਜਿਹੜੀ ਹੈ ਇਹ ਸਿੱਖਾਂ ਦੀ ਖਾਸ ਕਰਕੇ ਹੋਰ ਸ਼ਾਇਦ ਕਿਸੇ ਪਾਰਟੀ ਨਾ ਹੋਵੇ
ਔਰ ਇਤਿਹਾਸ ਗੁਰੂ ਸੁੱਖ ਰੱਖੇ ਆਫਟਰ ਆਲ ਜਿੱਦਿਓਂ ਆਪਾਂ ਤੁਸੀਂ ਇਹ ਜੋ ਨਰੇਸ਼ਨ ਕਰਦੇ ਹਾਂ ਇਸ ਕਰਕੇ ਕਿ ਰਿਪੀਟ ਨਾ ਹੋਵੇ ਗਲਤੀਆਂ ਤੋਂ ਸਿੱਖੀਏ ਇਤਿਹਾਸ ਜਿਹੜਾ ਗਲਤੀਆਂ ਨੂੰ ਦੂਰ ਕਰਨ ਲਈ ਹੈ ਇਹ ਨਹੀਂ ਕਿ ਗਲਤ ਇਤਿਹਾਸ ਲਿਖ ਕੇ ਆਪਣੀ ਸ਼ੋਹਰਤ ਲੈਣ ਲਈ ਮੈਂ ਜੋ ਬੋਲ ਰਿਹਾ ਉਹਦੇ ਮੇਰਾ ਕੋਈ ਮੈਨੂੰ ਐਡਵਾਂਟੇਜ ਨਹੀਂ ਮੈਂ ਇਹ ਦੱਸ ਰਿਹਾ ਵੀ ਇਹ ਹਿਸਟਰੀ ਜਿਹੜੀ ਮੇਰੇ ਨੌਲੇਜ ਹੈ ਜਿੱਥੇ ਮੈਂ ਵਿਟਨੈਸ ਹਾਂ ਉਹ ਸੱਚਾਈ ਜਾਵੇ ਬਸ ਹੁਣ ਬਹੁਤ ਸਾਰੇ ਪਹਿਲੂ ਰਹਿ ਗਏ ਇਹ ਅਗਲੀ ਮੀਟਿੰਗ ਚ ਬਸ ਮੇਰਾ ਮਤਲਬ ਇਹ ਹੈ ਗੁਰੂ ਕਰੇ ਜੋ ਇਤਿਹਾਸ ਹੈ ਉਹ ਠੀਕ ਜਾਵੇ ਲੋਕਾਂ ਨੂੰ ਬੜਾ ਕੁਛ ਹੈ ਦੇਖੋ ਮੈਂ ਜਦੋਂ ਟੌੜਾ ਸਾਹਿਬ ਦੀ ਸੁਲਾਹ ਕਰਾਈ ਉਹ ਮੈਨੂੰ ਪਤਾ ਕਿਉਂ ਕਰਾਈ ਮੈਂ ਟੌੜਾ ਸਾਹਿਬ ਦੇ ਘਰ ਗਿਆ ਮੈਂ ਕਿਹਾ ਟੌੜਾ ਸਾਹਿਬ ਉੱਥੇ ਰਹਿੰਦੇ ਸੀ ਕਹਿੰਦੇ ਆ ਵੀ ਚਾਹ ਤਲੋਚਣਾ ਟੌੜਾ ਸਾਹਿਬ ਦੇ ਪਿੰਡ ਟੌੜਾ ਕੇ ਨਹੀਂ ਨਹੀਂ ਇੱਥੇ ਕੋਠੀ ਸੀ ਦਿੱਲੀ ਦਿੱਲੀ ਟੌੜਾ ਸਾਹਿਬ ਨਾਲ ਮੇਰੀ ਬਣਦੀ ਤੇ ਸ਼ੁਰੂ ਤੋਂ ਚੰਗੀ ਸੀ ਪਰ ਮੈਂ ਬਾਦਲ ਗਰੁੱਪ ਮੰਨਦਾ ਸੀ ਤੇ ਮੈਨੂੰ ਕਹਿੰਦੇ ਸੀ ਤੂੰ ਮੇਰੇ ਨਾਲ ਨਹੀਂ ਹੈ ਉਹਦੇ ਨਾਲ ਸਰਨੇ ਸੁਰਨੇ ਸਾਰੇ ਤੇ ਮੈਂ ਟੌੜਾ ਸਾਹਿਬ ਨੂੰ ਕਿਹਾ ਜੀ ਮੈਂ ਗੱਲ ਕਰਨ ਆਇਆ ਕਹਿੰਦੇ ਦੱਸੋ ਮੈਂ ਕਿਹਾ ਜੀ ਮਰਨ ਤੋਂ ਪਹਿਲਾਂ ਅਕਾਲੀ ਬਣ ਜਾਣਾ ਤਲੋਚਨ ਮੂੰਹ ਅਕਲ ਕਹਿੰਦੇ ਮੇਰੇ ਮੂੰਹ ਤੇ ਮੈਂ ਤੂੰ ਮਰਨ ਮੈਨੂੰ ਮਰਨ ਕਹਿ ਰਿਹਾ ਮੈਂ ਕਿਹਾ ਜੀ ਮਰਨਾ ਸਭ ਨੇ ਹੈ ਮੈਂ ਤੁਹਾਡਾ ਦੋਸਤ ਹਾਂ ਅੱਛਾ ਜਦ ਤੱਕ ਪੰਥ ਚ ਮੁੜ ਕੇ ਨਹੀਂ ਆਓਗੇ ਉਹ ਗੱਲ ਨੀ ਬਣਨੀ ਦੋਨਾਂ ਦੀ ਗੱਲਬਾਤ ਨਹੀਂ ਕਹਿੰਦਾ ਹੈ ਮੈਂ ਕਿਹਾ ਤੁਹਾਡੇ ਮੂੰਹ ਤੇ ਕੋਈ ਕਿਸੇ ਨੇ ਕਿਹਾ ਨੀ ਮੈਂ ਅੱਜ ਕਹਿਣ ਆਇਆ ਮੈਂ ਪੰਥਕ ਹੋ ਜਾਓ ਇਹ ਗੱਲ ਮੈਂ ਲਿਖੀ ਵੀ ਹੈ ਫਿਰ ਉਹ ਜੀ ਬਸ ਬਲਕਿ ਮੈਂ ਇੱਥੋਂ ਆਰੰਭ ਕੀਤੀ ਔਰ ਜਦੋਂ ਮੈਂ ਉਹਨਾਂ ਦੇ ਮਨ ਚ ਪਾਈ ਵੀ ਸੁਲਾ ਕਰੋ ਉਸ ਤੋਂ ਬਾਅਦ ਰੱਬ ਨੇ ਕੀ ਕਹਿੰਦਾ ਕਿ ਬਾਦਲ ਸਾਹਿਬ ਡਿੱਗ ਪਏ ਇੱਥੇ ਯਾਦ ਹੈ ਚੂਲਾ ਟੁੱਟ ਗਿਆ ਚੋਆ ਤੇ ਉੱਥੇ ਫਿਰ ਮੈਂ ਚੌੜਾ ਸਾਹਿਬ ਨੂੰ ਮਿਰਾਜਪੁਰ ਸ੍ਰੀ ਲਿਆ ਤੇ ਦੋਨੋਂ ਰੋਣ ਲੱਗ ਗਏ ਅੱਛਾ ਦੋਨੋਂ ਮਨ ਕਲਕੱਤਾ ਨਾਲ ਵੇਖੋ ਸਭ ਤੋਂ ਵੱਧ ਬਾਦਲ ਟੌੜਾ ਜੋ ਮੇਰੇ ਨਾਲ ਸਪੋਰਟ ਜੋ ਕੀਤੀ ਤਾਂ ਉਹ ਕਲਕੱਤੇ ਦੀ ਮਨਜੀਤ ਸਿੰਘ ਦੀ ਉਹਦੀ ਮਿਹਰਬਾਨੀ ਹੈ ਉਹਨੇ ਪੂਰੇ ਪੋਜ਼ਿਟਿਵ ਜਿਹੜੇ ਦੋਏ ਰੋਣ ਲੱਗ ਗਏ ਜੀ ਆਪਸ ਵਿੱਚ ਅੱਛਾ ਕਮਾਲ ਹੋ ਗਈ ਨਿਕਲਿਆ ਬਾਹਰ ਨਿਕਲਿਆ ਮੈਂ ਬਾਹਰ ਹੀ ਖੜਾ ਸੀ ਤੇ ਮੈਂ ਕਿਹਾ ਚੌੜਾ ਸਾਹਿਬ ਨਹੀਂ ਨਹੀਂ ਭਾਵਕ ਹੋ ਗਏ ਸੀ ਮੈਂ ਕਿਹਾ ਚੰਗਾ ਹੋ ਗਿਆ ਨਾ ਇਹ ਜਦੋਂ ਭਾਵਕ ਬੰਦਾ ਹੁੰਦਾ ਤੇ ਕੁੜੱਤਾ ਨੱਟ ਜਾਂਦੀ ਹੈ ਚਲੋ ਗੁਰੂ ਰੱਖੇ ਮੈਂ ਗਿਆ ਕਹਿੰਦੇ ਨਹੀਂ ਵਾਹਿਗੁਰੂ ਕਰੇ ਠੀਕ ਹੋਣ ਲਓ ਜੀ ਉਹ ਚਲੇ ਗਏ ਤੇ ਮੈਂ ਫਿਰ ਬਾਦਲ ਸਾਹਿਬ ਨੂੰ ਪੁੱਛਿਆ ਕਹਿੰਦੇ ਨਹੀਂ ਹੁਣ ਤੇ ਮੈਨੂੰ ਹੀ ਲੱਗਿਆ ਠੀਕ ਹੀ ਹੈ ਮੈਂ ਕਿਹਾ ਜੀ ਮੈਂ ਅੱਗੇ ਚੱਲਾਂ ਗੱਲ ਤੋਰਾ ਹਾਂ ਉਹ ਕਹਿੰਦੇ ਜਿਵੇਂ ਮਰਜ਼ੀ ਤੋਰੀ ਕਰੋ ਬਾਦਲ ਸਾਹਿਬ ਨੇ ਫਿਰ ਸੁਲਾ ਦੀ ਗੱਲ ਹਾਂ ਕੀਤੀ ਇਹ ਅੱਗੇ ਬੜਾ ਲੰਬਾ ਕਿੱਸਾ ਹੈ ਇਹਦੇ 'ਚ ਬੜੇ ਉਤਰਾਅ ਚੜਾਅ ਆਏ ਇੱਕ ਵਾਰੀ ਤੇ ਮੈਂ ਇਹ ਵੀ ਕਰਵਾ ਲਿਆ ਕਿ ਬਾਦਲ ਸਾਹਿਬ ਮੰਨ ਗਏ ਮੈਨੂੰ ਕਿ ਚਲੋ ਜਿਹੜੀ ਕੱਲ੍ਹ ਇਲੈਕਸ਼ਨ ਹੋ ਰਹੀ ਹੈ ਸ਼੍ਰੋਮਣੀ ਕਮੇਟੀ ਦੀ ਟੋੜੇ ਨੂੰ ਦੁਬਾਰਾ ਪ੍ਰਧਾਨ ਬਣਾ ਦਿੰਦੇ ਹਾਂ ਅੱਛਾ ਆਪ ਹਸਪਤਾਲ 'ਚ ਸੀ ਤੇ ਟਿੰਡਸੇ ਨਾਲ ਗੱਲ ਕਰ ਲਓ ਮੈਂ ਟਿੰਡਸਾ ਜੀ ਨੂੰ ਕੋਟੀ ਗਿਆ ਉਹ ਮੰਨ ਗਏ ਅਸੀਂ ਦੋਨੋਂ ਹਸਪਤਾਲ ਆ ਗਏ ਕਹਿੰਦੇ ਵੀ ਹਾਂ ਵੀ ਠੀਕ ਹੈ ਫਿਰ ਫੈਸਲਾ ਇਹੀ ਹੈ ਚੌੜਾ ਸਾਹਿਬ ਨਾਲ ਗੱਲ ਕਰ ਲਓ ਮੈਂ ਚੌੜਾ ਸਾਹਿਬ ਦੇ ਕੋਠੀ ਪਹੁੰਚ ਗਿਆ ਉਹ ਕੋਠੀ ਨਿਕਲ ਕੇ ਟ੍ਰੇਨ ਪਹੁੰਚ ਗਏ ਤੇ ਮੈਂ ਟ੍ਰੇਨ 'ਚ ਟੈਲੀਫੋਨ ਮਿਲਾਇਆ ਉਦੋਂ ਮੋਬਾਈਲ ਉਹਦਾ PA ਕਹਿੰਦਾ ਜੀ ਉਹ ਅਗਲੇ ਡੱਬੇ 'ਚ ਬੈਠੇ ਹੈ ਤੇ ਤੁਹਾਨੂੰ ਜਦੋਂ ਉਤਰਦੇ ਹਾਂ ਤੇ ਗੱਲ ਉਦੋਂ ਡੱਬੇ ਉਦੋਂ ਉਤਰੇ ਸਰੰਦ ਤੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਜੀ ਉਹ ਗੱਲ ਮੈਂ ਮੁਕਾਤੀ ਹੈ ਕਹਿੰਦੇ ਕੀ ਮੈਂ ਕਿਹਾ ਜੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹ ਹੁਣ ਤੁਹਾਨੂੰ ਹੀ ਪ੍ਰਧਾਨ ਬਣਾ ਦੀ ਕਿ ਪੱਕੀ ਗੱਲ ਮੈਂ ਕਿਹਾ ਹਾਂਜੀ ਸ਼੍ਰੋਮਣੀ ਕਮੇਟੀ ਹੋ ਗਈ ਹੈ ਤੁਸੀਂ ਬਾਦਲ ਸਾਹਿਬ ਨਾਲ ਟੈਲੀਫੋਨ 'ਤੇ ਗੱਲ ਕਰ ਲਓ ਵੀ ਕੁਝ ਤਾਂ ਕਿ ਗੱਲ ਮੁਕਾਈਏ ਤੇ ਉਹ ਕਹਿੰਦੇ ਮੈਂ ਹੁਣ ਪਿੰਡ ਜਾ ਰਿਹਾ ਪਿੰਡ ਮੇਰਾ ਮੋਬਾਈਲ ਨਹੀਂ ਚੱਲਦਾ ਸਵੇਰੇ ਮੈਂ ਨਾਭੇ ਪਹੁੰਚਾਂਗਾ ਅੱਛਾ ਤੇ ਉੱਥੇ ਮੇਰੇ ਨਾਲ ਗੱਲ ਕਰਾ ਦਿਓ ਮੈਂ ਤੇ ਟਿੰਡਸਾ ਦੋਨੋਂ ਬਾਦਲ ਸਾਹਿਬ ਦੇ ਕਮਰੇ 'ਚ ਪਹੁੰਚ ਗਏ ਸਵੇਰੇ 10 ਵਜੇ ਉੱਥੋਂ ਮੋਬਾਈਲ ਮਿਲੇ ਮੋਬਾਈਲ ਹੀ ਨਹੀਂ ਮਿਲਿਆ ਅੱਛਾ ਬੱਕੋ ਗੱਲ ਟੁੱਟ ਗਈ ਨਹੀਂ ਤਾਂ ਉਸ ਦਿਨ ਨਹੀਂ ਤਾਂ ਇਹ ਵੀ ਗੱਲ ਮੁੱਕ ਗਈ ਸੀ ਫਿਰ ਚੱਲੀ ਗੱਲ ਫਿਰ ਉਸ ਤੋਂ ਬਾਅਦ ਟੌੜਾ ਸਾਹਿਬ ਨੇ ਘਰ ਅਖੰਡ ਪਾਠ ਰਖਾ ਲਿਆ ਦਿੱਲੀ ਇੱਕ ਦਿਨ ਕਹਿੰਦੇ ਮੈਂ ਕਿਹਾ ਕਿਉਂ ਕਹਿੰਦੇ ਮੈਂ ਰੱਬ ਦਾ ਸ਼ੁਕਰੀਆ ਮੈਂ ਕਿਹਾ ਚਲੋ ਮੈਂ ਸਿੱਖਾਂ ਨੂੰ ਬੁਲਾ ਲਿਆ ਕਹਿੰਦੇ ਸੰਗਤ ਹੋਏਗੀ ਨਾ ਮੈਨੂੰ ਕਹਿੰਦੇ ਮੈਂ ਬਾਦਲ ਸਾਹਿਬ ਨੂੰ ਕਿਹਾ ਜੀ ਉਹਨਾਂ ਨੇ ਸੰਗਤ ਬੁਲਾ ਲਈ ਹੈ ਥੋੜ੍ਹੀ ਜਿਹੀ ਤੇ ਮੈਂ ਤੁਸੀਂ ਵੀ ਤਾਂ ਸੰਗਤ ਹੋ ਆਓ ਚਲੀਏ ਉਹਨਾਂ ਦੇ ਘਰ ਅਖੰਡ ਪਾਠ ਦਾ ਭੋਗ ਹੈ ਅੱਛਾ ਮੈਂ ਬਾਦਲ ਸਾਹਿਬ ਨੂੰ ਉਹਨਾਂ ਦੇ ਘਰ ਲੈ ਗਿਆ ਤੇ ਰਿਕਾਰਡ ਟੁੱਟ ਗਿਆ ਜੀ ਜਦੋਂ ਗਿਆ ਉਦੋਂ ਚੌੜਾ ਖੜਾ ਹੋ ਗਿਆ ਮੈਨੂੰ ਕਹਿੰਦਾ ਤੂੰ ਰੋਜ਼ਨਾ ਇਹ ਕੀ ਮੈਂ ਕਿਹਾ ਜੀ ਤੁਸੀਂ ਮੈਨੂੰ ਕਿਹਾ ਸੀ ਨਹੀਂ ਸੰਗਤ ਅਲਾਊਡ ਹੈ ਤੇ ਕਿ ਸੰਗਤ ਬਾਹਰ ਕੱਢ ਦਈਏ ਮੈਂ ਕਿਹਾ ਬਾਦਲ ਸਾਹਿਬ ਨੂੰ ਮੋੜ ਦਿੰਦੇ ਹਾਂ ਸੰਗਤ ਨੂੰ ਵੀ ਮੋੜ ਦਈਏ ਏਦਾਂ ਹੀ ਸਾਰੇ ਸਾਰੇ ਬੈਠੇ ਕਹਿੰਦੇ
ਬੈਠੇ ਕੀਰਤਨ ਹੋਇਆ, ਕਹਿੰਦੇ ਹੋਰ ਬਦਮਾਸ਼ੀ ਨਾ ਕਰੀ, ਟੋੜਾ ਤਾਂ ਮੇਰਾ ਇੱਦਾਂ ਬੋਲਦਾ। ਮੈਂ ਕਿਹਾ ਜੀ ਜੋ ਹੁਣ ਸੰਗਤ ਜੋ ਕਰੇਗੀ, ਲਓ ਜੀ ਜੋ ਖਤਮ ਹੋਇਆ, ਬਾਦਲ ਸਾਹਿਬ ਖੜੇ ਹੋ ਗਏ, ਉਹੀ ਜਿਵੇਂ ਬਈ ਬੜੀ ਬੜਾ ਅੱਛਾ ਲੱਗਿਆ ਅੱਜ ਗੁਰੂ ਮਹਾਰਾਜ ਦੇ ਆਏ, ਟੋੜਾ ਸਾਹਿਬ ਦੇ ਘਰ ਆਏ, ਲਓ ਜੀ ਖਤਮ। ਉਹ ਬਾਹਰ ਆ ਕੇ ਲੰਚ ਲੰਗਰ ਸੀ, ਉਹ ਟੇਬਲ ਤੇ ਬਾਦਲ ਸਾਹਿਬ ਬਿਠਾ ਤੇ, ਮੈਂ ਨਾਲ ਬਹਿ ਗਿਆ, ਨਾਲ ਟੋੜਾ ਬਿਠਾ ਤਾ, ਇਕੱਠਾ ਲੰਚ ਖਵਾਤਾ, ਸਾਰੀ ਦੁਨੀਆਂ ਰੌਲਾ ਪੈ ਗਿਆ, ਇਕੱਠੇ ਹੋ ਗਏ। ਬਸ ਪਰਸੋਂ ਮੈਂ ਉੱਥੋਂ ਚੱਲੀ ਗੱਲ, ਉੱਥੋਂ ਕਹਾਣੀ ਬਣ ਗਈ, ਮਰ ਮੁੱਕ ਗਿਆ। ਫਿਰ ਇਹਨਾਂ ਨੂੰ ਪ੍ਰਧਾਨ ਬਣਾ ਸਕਦਾ, ਬਸ ਫਿਰ ਪ੍ਰਧਾਨ ਬਣਾਇਆ, ਪ੍ਰਧਾਨ ਬਣਾਏ, ਫਿਰ MP ਬਣਾਏ। ਪਰ ਇਹ ਬਾਦਲ ਦੇਖੋ, ਟੌੜਾ ਸਾਹਿਬ ਦੇ ਦੁਆਰਾ ਆਉਣ ਨਾਲ ਬਾਦਲ ਦੁਆਰਾ CM ਬਣਿਆ, ਨਹੀਂ ਤਾਂ ਬਾਦਲ ਸਾਹਿਬ ਦੁਆਰਾ CM ਨਹੀਂ ਸੀ ਬਣਦੇ। ਦੇਖੋ ਉਦੋਂ ਬਾਦਲ ਸਾਹਿਬ ਜੇਲ੍ਹ ਗਏ ਤੇ ਟੌੜਾ ਖੜਾ ਹੋ ਗਿਆ ਜੇਲ੍ਹ ਦੇ ਬਾਹਰ, ਉਹਨੇ ਕਿਹਾ ਮਹਾਰਾਜਾ ਨੂੰ ਚੈਲੰਜ ਕੀਤਾ ਉਹਨੇ, ਜੇ ਉਹ ਟੌੜੇ ਦੀ ਸਪੋਰਟ ਨਾ ਆਉਂਦੀ, ਜਿਵੇਂ ਪਿਓ ਪੁੱਤਰ ਦੋਨੋਂ ਜੇਲ੍ਹ ਗਏ ਸੀ, ਬਿਕਾਜ਼ ਆਫ ਟੌੜਾ ਪਾਰਟੀ ਖੜੀ ਹੋ ਗਈ। ਇਹ ਲਾਸਟ ਜਿਹੜੇ ਦੇ ਦੁਆਰਾ ਬਣਨਾ ਜਿਹੜਾ ਹੈ ਉਹ ਟੌੜੇ ਦੀ ਮਿਹਰ। 99 ਤੋਂ ਬਾਅਦ ਇੱਕ ਵਾਰੀ ਹਰੇ ਇਸੇ ਕਰਕੇ ਤੇ ਦੁਬਾਰਾ ਫਿਰ ਸਬਕ ਵੀ ਲਿਆ। ਖੈਰ ਹੁਣ ਆਪਾਂ ਇਹਨਾਂ ਗੱਲਾਂ ਨੂੰ ਅੱਗੇ ਵਧਾਵਾਂਗੇ ਅਗਲੀ ਵਾਰ ਲਈ, ਅੱਜ ਛੱਡਦੇ। ਚਲੋ ਜੀ, ਗੁਰੂ ਕਰੇ ਬਸ ਇਹ ਸੱਚੇ ਪਾਤਸ਼ਾਹ, ਕੋਈ ਗਲਤ ਨਹੀਂ, ਕੋਈ ਮੋਟਿਵ ਨਹੀਂ ਕਿਸੇ ਦੇ ਖਿਲਾਫ਼ ਬੋਲਣ ਦਾ, ਜੋ ਕਿਹਾ ਉਹ ਸੱਚਾਈ ਹੈ, ਸੱਚਾਈ ਕਾਇਮ ਰਹੇ। ਤੁਹਾਡਾ ਬਹੁਤ ਧੰਨਵਾਦ ਜੀ। ਨਾ ਨਾ ਨਾ, ਤਗੜੇ ਹੋਵੋ ਬਸ, ਬੜੇ ਚਿਰ ਮਗਰੋਂ ਲੋਕ ਪੁੱਛਦੇ ਕਿੱਥੇ ਗਏ, ਰੋਜ਼ ਕਿੱਥੇ ਗਏ, ਨਹੀਂ ਚੱਲਦਾ ਫਿਰਦਾ ਇਤਿਹਾਸ ਉਦੋਂ। ਮਿਹਰਬਾਨੀ।